ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਐਸੀ ਲਾਲ ਤੁਜਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਦਰ ਹੈ। ਜਾ ਕੀ ਛੋ ਜਗਤ ਕੋ ਲਾਗੈ ਤਾਂ ਪਰ ਤੁਸੀਂ ਟਰ ਹੈ। ਨੀਚਾ ਹੈ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਨੋਰੇ ਸੰਤ ਹੋ ਖਰ ਜੀ ਉੱਤੇ ਸਭੈ ਸਰੈ। ਹਰਸੋ ਹੀਰਾ ਛੱਡ ਕੈ ਕਰਹਿ ਆਨ ਕੀ ਆਸ, ਤੇ ਨਰ ਦੋਜਿਕ ਜਾਹਿੰਗੇ ਸਤ ਪਾਖੈ ਰਵਿਦਾਸ। ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਵਿਉ ਦਰਸ਼ਨ ਦੇਖੇ। ਸਾਜੂ ਸਾਤੇ ਤਾ ਜਗੀ ਦੁਆਪੁਰ ਪੂਜਾ ਚਾਰ, ਤੀਨੋ ਜੋ ਤੀਨੋ ਦੜੇ ਕਲ ਕੇਵਲ ਨਾਮ ਆਧਾਰ। ਬਾ ਪਿੱਪਲ ਦਾਸ ਗੁਰ ਸਰਵਣ ਦਾ ਸਰੀ ਦਾਸ ਗੁਰ ਜੋਏ, ਸੋਹ ਮਰੀ ਰੱਖਿਆ ਕਰੇ ਬਿਘਨ ਲਾਗੈ ਕੋਏ। ਤਨ ਤਨ ਸਾਹਿਬ ਗੁਰ ਗਰੀਬ ਦਾਸ ਬੰਧੋ ਨਿਸਵਾ ਛਾਮ, ਚਰਨ ਕਮਲ ਕੋ ਦੰਡਵਤ ਕੋਟ ਕੋਟ ਪ੍ਰਣਾਮ, ਚਰਨ ਕਮਲ ਕੋ ਦੰਡਵਤ ਕੋਟ ਕੋਟ ਪ੍ਰਣਾਮ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰ ਉਪਦੇਸ਼ ਪ੍ਰਸ਼ਨ ਉੱਤਰ ਸੱਚਖੰਡ ਵਾਸੀ ਸੰਤ ਸਰਵਣਦਾਸ ਜੀ ਮਹਾਰਾਜ ਅਤੇ ਸੱਚਖੰਡ ਵਾਸੀ ਸੰਤ ਹਰੀਦਾਸ ਜੀ ਮਹਾਰਾਜ, ਕਿਰਤ ਕਵੀ ਚਰਨ ਸੇਵਕ ਕਵੀ ਤੋਤਾ ਰਾਮ ਪੰਛੀ, ਧਰਮਪੁਰਾ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਓਮ ਜਗਤ ਕਾ ਪਾਲਣਹਾਰਾ, ਹੱਥ ਜੋੜ ਪ੍ਰਣਾਮ ਹਮਾਰਾ, ਤੀਨ ਭਵਨ ਕੇ ਸਿਰਜਨਹਾਰੇ, ਉਪਜਤ ਪਾਲਣ ਕਰਤ ਸਹਾਰੇ, ਮੰਗਲ ਰੂਪ ਪ੍ਰਭੂ ਤੇਰੋ ਨਾਮਾ, ਪੂਰਨ ਕਰਤ ਸਰਵ ਕੇ ਕਾਮਾ, ਸੰਤ ਕਥਾ ਹਿਤ ਸਿਮਰਤ ਨਾਮਾ, ਬੁੱਧ ਵਿਸ਼ੇਸ਼ ਕਰੋ ਭਗਵਾਨਾ, ਗਿੱਲ ਗ੍ਰਾਮ ਜਿਸ ਨਾਮ ਵਖਾਨਤ, ਜ਼ਿਲ੍ਹਾ ਬਠਿੰਡਾ ਸਭ ਜਨ ਜਾਣਤ, ਪਿੱਪਲ ਦਾਸ ਮਹਾਮੁਨ ਗਿਆਨੀ, ਹੋ ਵਿਰਕਤ ਚਿਤ ਦੇਸ ਗਿਲਾਨੀ, ਛੋਡ ਨਗਰ ਬੱਲਾਂ ਵਿੱਚ ਆਇਓ, ਜ਼ਿਲ੍ਹਾ ਜਲੰਧਰ ਕੁਟੀਆ ਪਾਇਓ, ਜਪ ਤਪ ਸੰਜਮ ਸੀਲ ਸੰਤੋਖਾ, ਦਇਆਬਾਨ ਮਨ ਨਹੀਂ ਸਿਰੁਖਾ, ਬਚਨ ਰਸੀਲੇ ਬੋਲਤ ਰਸਨਾ, ਸੁਣ ਮਨ ਸੀਤ ਹੋਤ ਸੁਭ ਬਚਨਾ, ਚਾਰ ਪਦਾਰਥ ਬਖਸ਼ਣ ਵਾਲੇ, ਜੰਤ ਅਨਾਥਨ ਕੇ ਪ੍ਰਤਪਾਲੇ, ਆਜੂ ਬਿਰਧ ਸੌ ਸਾਲ ਤਕਰੀਬਨ, ਤਨ ਅਰੋਗ ਬਪ ਸੁੰਦਰ ਜੀਵਨ, ਬੱਲਾ ਨਗਰ ਸ਼ੋ ਭਾਗ ਜਗਾਵਨ, ਹਯੋ ਅਵਤਾਰ ਸੰਤ ਜਗ ਪਾਵਨ, ਜੋ ਜਨ ਚਰਨ ਸੰਤ ਚਲ ਪਕੜੇ, ਮਿਰਤ ਪਾਪ ਕੁਲ ਮਨ ਕੇ ਝਗੜੇ, 1955 ਬਿਕਰਮ ਜਾਨੋ, ਕੱਤਕ 26 ਬ੍ਰਸਪਤ ਮਾਨੋ, ਪਾਂਚ ਭੂਤ ਤਨ ਛੋੜ ਸਿਧਾਨੇ, ਚਲੀ ਜੋਤ ਜਾਏ ਜੋਤ ਮਿਲਾਨੇ, ਤੈ ਪੀਛੇ ਦੋਇ ਪੁੱਤਰ ਨਿਸ਼ਾਨਾ, ਤਾਕੇ ਨਾਮ ਸੁਣੋ ਤਰਕਾਨਾ, ਸੇਵਾ ਦਾਸ ਇੱਕ ਨਾਮ ਸੁਨੀਜੈ, ਸਰਵਣ ਦਾਸ ਪੇ ਕਲ ਮੁਖਸ਼ੀ ਜੈ, ਤਾਂ ਕੀ ਕੀਰਤ ਦੇਸ ਸ਼ੁਭ ਛਾਈ, ਸੋ ਕੀਰਤ ਕਵ ਛਿਨਕ ਬਤਾਈ, ਸੰਤ ਚਰਨ ਸਦਇਆ ਮਹਾਨਾ,
ਸੰਤ ਦਇਆ ਮਤ ਦੇਤ ਅਜਾਨਾ, ਸੰਤਨ ਕੀ ਗੱਲ ਵੇਦ ਬਤਾਵਤ, ਪੂਰਨ ਭੇਦ ਵੇਦ ਨਹੀਂ ਪਾਵਤ, ਸੰਤ ਸਦਾ ਥਿਰ ਜਾ ਭਗਵਾਨਾ, ਸੁਫਨ ਸਮਾਨ ਜੋ ਦਿਸੇ ਜਹਾਨਾ, ਤੋਤਾ ਰਾਮ ਮਤ ਗੀਨ ਜਿਉਂ ਬੋਰਾ, ਸੰਤ ਸਮਗੁਣ ਕਥ ਸਕੇ ਨਾ ਔਰਾ, ਤੋਤਾ ਰਾਮ ਮਤਹੀਨ ਜਿਉਂ ਬੋਰਾ, ਸੰਤ ਸਮਗੁਣ ਕਥ ਸਕੇ ਨਾ ਔਰਾ। ਦੁਹਾ ਕਥਾ ਹਰੀ ਭਗਵਾਨ ਕੀ, ਸੇਵਾ ਸੰਤ ਹਿਤ ਲਾਏ, ਜਗਤ ਸਮੁੰਦਰ ਦੁੱਖ ਸੇ ਤੁਰਤ ਮੋਖ ਤਵ ਪਾਏ, ਪਰਮ ਜੋਤ ਪਰਮਾਤਮਾ ਮੰਗਲ ਰੂਪ ਅਪਾਰ, ਸੰਤ ਕਥਾ ਹਿਤ ਅਰਜ ਗੈ ਬਖਸ਼ੋ ਮਤ ਉਦਾਰ, ਸੰਤ ਕਥਾ ਹਿਤ ਅਰਜ ਗੈ ਬਖਸ਼ੋ ਮਤ ਉਦਾਰ। ਸਵੈਯਾ ਆਦ ਪ੍ਰਣਾਮ ਕਰੂੰ ਗੁਰੂ ਕੋ, ਗੁਰੂ ਨਾਨਕ ਜੋਤ ਸਦਾ ਜਗ ਜੋਤੀ, ਗੁਰੂ ਨਾਨਕ ਜੋਤ ਪ੍ਰਗਾਸ ਰਹੀ, ਜਗ ਮੈਂ ਜਿਮ ਜੋਤ ਜਗੇ ਲਖ ਜੋਤੀ, ਪੌਣ ਕਾ ਵੇਗ ਕਰੂੰ ਰਸਨਾ, ਉਪਮਾ ਗੁਰੂ ਨਾਨਕ ਮੂਲ ਨ ਹੋਤੀ, ਮਮਦਾਸ ਕੇ ਕੰਠ ਬਿਰਾਜ ਗੁਰੂ, ਜਿਵੇਂ ਸੂਤਰੇ ਕੇ ਸਾਥ ਹੈ ਮਾਲ ਪਰੋਤੀ, ਮਮਦਾਸ ਕੇ ਕੰਠ ਵਿਰਾਜ ਗੁਰੂ, ਜਿਵੇਂ ਸੂਤਰੇ ਕੇ ਸਾਥ ਹੈ ਮਾਲ ਪਰੋਤੀ। ਕਵਿਤ ਨਾਨਕ ਨਿਰੰਜਨੀ ਦਰਦ ਦੁੱਖ ਪੰਜਨੀ, ਹੈ ਬਾਣੀ ਪਾਪ ਖੰਡਨੀ ਨਿੰਦਕ ਖਲ ਖੰਡਨੀ, ਮੁਕਤ ਨਿਕੰਦਨੀ ਤੇ ਮੁਖੜਾ ਕਮੰਜਨੀ, ਜਿਉ ਪਾਨ ਤਮ ਚੰਡਨੀ ਜਨੋ ਕੁਵਾਰ ਵੰਡਨੀ, ਜੋਤੀ ਪਰ ਚੰਡਨੀ ਕਮੰਡੀਓ ਕੁਖੰਡਨੀ, ਭਗਤ ਵਾਰ ਵੰਡਨੀ ਤੇ ਪਾਪੀਆਂ ਕੋ ਦੰਡਨੀ, ਨੂਰ ਨੈਣ ਅੰਜਨੀ ਤੇ ਉਪਮਾ ਉਲੰਘਣੀ, ਵਿਘਨ ਕੋਲ ਭੰਗਨੀ ਤੇ ਮਮ ਸੁਧ ਛੰਦਨੀ। ਕਵਿਤ ਅੰਗਦ ਗੁਰ ਬੰਦਨਾ ਮਿਟਤ ਕੁਲ ਫੰਦਨਾ, ਪਗ ਦੋ ਕੰਬਜਨਾ ਤੇ ਮੁਕਤੀ ਮੁਕੰਦਨਾ, ਤੀਸਰੇ ਅਮਰਦਾਸ ਅਮਰ ਸਦੀਵ ਕਾਲ, ਪਾਂਚ ਪੂਤ ਛੋਟ ਜੋਤ ਮਿਲ ਗਏ ਨਿਰੰਜਨਾ, ਪਾਂਚ ਪੂਤ ਛੋਟ ਜੋਤ ਮਿਲ ਗਏ ਨਿਰੰਜਨਾ, ਰਾਮਦਾਸ ਅੰਜਲੰ ਚਰਨ ਪਾਪ ਖੰਜਨਾ, ਵਿਘਨ ਕੋਲ ਛੰਡਨਾ ਕਰੂੰਗਾ ਸਦ ਬੰਦਨਾ, ਪੰਚਮ ਕੁਰਬਾਨੀ ਮੈਂ ਜਬਾਨੀ ਕਿਵੇਂ ਆਖ ਸਕੂੰ, ਰਹਿ ਗਈ ਕਹਾਣੀ ਜਾਨੀ ਰਵ ਔਰ ਚੰਦਨਾ, ਰਹਿ ਗਈ ਕਹਾਣੀ ਜਾਨੀ ਰਵ ਔਰ ਚੰਦਨਾ। ਕਵਿਤ ਹਰ ਜੋ ਗੋਬਿੰਦ ਹਰ ਰਾਏ ਜੀ ਸਹਾਏ ਹੋ, ਮੀਰ ਪੀਰੀ ਹੱਥ ਅਤੇ ਮਾਲਕ ਜਗਾਨ ਕੇ, ਸ਼੍ਰੀ ਹਰਿ ਕ੍ਰਿਸ਼ਨ ਨਿਮਾਮ ਮਮ ਵਾਰ ਵਾਰ, ਸ਼ਕਤੇ ਸਰੂਪ ਦੁੱਖ ਕਟਤ ਅਜਾਨ ਕੇ, ਨੌਵੇਂ ਜੋ ਤਾਰੀ ਜਿੰਦ ਧਰਮ ਹਿਤ ਵਾਰੀ, ਬਣ ਨਾਮ ਦੇ ਵਪਾਰੀ ਪਤ ਰੱਖ ਹਿੰਦੂ ਆਨ ਕੇ, ਗੁਰੂ ਦਸ਼ਮੇਸ਼ ਜਗ ਜੀਵਤ ਹਮੇਸ਼ ਹੋ, ਕੰਪਤ ਤੁਰਕ ਤੀਰ ਛੁੱਟੇ ਜਾਂ ਕਮਾਨ ਕੇ, ਗੁਰੂ ਦਸ਼ਮੇਸ਼ ਜਗ ਜੀਵਤ ਹਮੇਸ਼ ਹੋ, ਕੰਪਤ ਤੁਰਕ ਤੀਰ ਛੁੱਟੇ ਜਾਂ ਕਮਾਨ ਕੇ।
ਬੱਲਾਂ ਉੱਤਮ ਭਾਗ ਸੇ ਸਾਧੂ ਧਰਮ ਅਵਤਾਰ ਦਰਸ਼ਨ ਕਰਕੇ ਸ਼ਾਂਤ ਚਿੱਤ ਨਾਸਤ ਪਾਪ ਹਜ਼ਾਰ ਦਰਸ਼ਨ ਕਰਕੇ ਸ਼ਾਂਤ ਚਿੱਤ ਨਾਸਤ ਪਾਪ ਹਜ਼ਾਰ ਜਨਮ ਮਾਲਵੇ ਦਾ ਡੇਰਾ ਵਿੱਚ ਬੱਲਾਂ ਤੇਜ ਚਮਕਦਾ ਵਿੱਚ ਸੰਸਾਰ ਦੇਖੋ ਪਿੱਪਲ ਦਾਸ ਸੀ ਨਾਮ ਮਹਾਤਮਾ ਦਾ ਮੱਥੇ ਨਾਮ ਦਾ ਰੂਪ ਅਪਾਰ ਦੇਖੋ ਮੂਰਤ ਰੱਬ ਦੀ ਕਿਮੀਆਂ ਨਜ਼ਰ ਵਾਲੇ ਪਾਪੀ ਜੀਵਾਂ ਦਾ ਕਰਤ ਉਧਾਰ ਦੇਖੋ ਪੂਰਵ ਤਰਫ ਪਹਾੜ ਦੀ ਤਾਰ ਵਿੱਚੋਂ ਸੂਰਜ ਚਮਕਦਾ ਸੀ ਠਾਠਾਂ ਮਾਰ ਦੇਖੋ ਬਚਨ ਬੋਲਦੇ ਸੱਚ ਜਵਾਨ ਵਿੱਚੋਂ ਜੀਵ ਜੰਤ ਨੂੰ ਦਿੰਦੇ ਸਨ ਤਾਰ ਦੇਖੋ ਸੌ ਸਾਲ ਤਕਰੀਬ ਸਨ ਉਮਰ ਵਾਲੇ ਸੰਤ ਨਦੀ ਤੇ ਮੇਘਲਾ ਥਾਰ ਦੇਖੋ ਰਿੱਧ ਸਿੱਧ ਤਪੱਸਿਆ ਤੇਜ ਬੰਕਾ ਸੋਲਾਂ ਕਲਾ ਤੇ ਮੁਕਤ ਦੁਆਰ ਦੇਖੋ ਐਸੇ ਕੋਈ ਜਗਾਨ ਤੇ ਸੰਤ ਵਿਰਲੇ ਡਿੱਠੇ ਅਸਾਨੇ ਨਜ਼ਰ ਗੁਜ਼ਾਰ ਦੇਖੋ ਇਸ ਦੇਸ਼ ਤੇ ਧਰਤੀ ਦੇ ਭਾਗ ਚੰਗੇ ਅਤੇ ਪਿੰਡ ਦੇ ਕਰਨ ਉਧਾਰ ਦੇਖੋ ਬੱਲਾਂ ਨਗਰ ਦੇ ਭਾਗ ਜਗਾਉਣ ਖਾਤਰ ਤਦੋਂ ਸੰਤਾਂ ਨੇ ਲਿਆ ਅਵਤਾਰ ਦੇਖੋ ਬਿਨਾਂ ਭਾਗ ਦੇ ਸੰਤ ਮਿਲਾਪ ਨਾਗੀ ਤੋਤਾ ਰਾਮ ਦੀ ਨਮੋ ਹਜ਼ਾਰ ਦੇਖੋ ਬਿਨਾਂ ਭਾਗ ਦੇ ਸੰਤ ਮਿਲਾਪ ਨਾਗੀ ਤੋਤਾ ਰਾਮ ਦੀ ਨਮੋ ਹਜ਼ਾਰ ਦੇਖੋ ਕਵਿਤ ਜੀਵਾਂ ਕੇ ਉਧਾਰ ਨੇ ਕੋ ਪਾਪੀਆਂ ਦੇ ਤਾਰ ਨੇ ਕੋ ਮੂਰਖ ਸੁਧਾਰ ਨੇ ਕੋ ਆਏ ਸੰਸਾਰ ਸੀ ਬਚਨ ਰਸੀਲੇ ਤਪ ਤੇਜ ਦੇ ਹਠੀਲੇ ਵਿਸ਼ੇ ਪਾਂਚ ਜਿਨ ਕੀਲੇ ਸ਼ਿਵ ਸ਼ੰਕਰ ਮੁਰਾਰ ਸੀ 1985 ਸਨ ਬਿਕਰਮੀ ਮਹੀਨਾ ਅਸੋ 26 ਦਿਨ ਗਏ ਛੱਡ ਦਿੱਤੀ ਗੁਲਜ਼ਾਰ ਸੀ ਵੀਰਵਾਰ ਦਿਨ ਫਿਰ ਟਾਈਮ ਸੀ ਸਵੇਰ ਵਾਲਾ ਪੂਰਵਾ ਨਛੱਤਰਾ ਮੈਂ ਪੁੱਜੇ ਮੁਖ ਦੁਆਰ ਸੀ ਵੀਰਵਾਰ ਦਿਨ ਫਿਰ ਟਾਈਮ ਸੀ ਸਵੇਰ ਵਾਲਾ ਪੂਰਵਾ ਨਛੱਤਰਾ ਮੈਂ ਪੁੱਜੇ ਮੁਖ ਦੁਆਰ ਸੀ ਕਵਿਤ ਸੰਤ ਕੇ ਮਿਲਾਪ ਦੁੱਖ ਸਭ ਹੀ ਬੁਲਾਏ ਜਾਤ ਸੰਤ ਕੇ ਮਿਲਾਪ ਜੀਵ ਪਾਵਤ ਨਜਾਤ ਹੈ ਸੰਤ ਜਦੋਂ ਮਿਲੇ ਜਾਣੋ ਰੱਬ ਦਾ ਦੀਦਾਰ ਹੋਇਆ ਸੰਤਨ ਬਗੈਰ ਸਭ ਦੁੱਖ ਦੀ ਜਮਾਤ ਹੈ ਸੰਤ ਉਪਕਾਰੀ ਆਉਂਦੇ ਜਗ ਅਵਤਾਰੀ ਧੁੰਦ ਮੇਟ ਦਿੰਦੇ ਸਾਰੀ ਜਗ ਚਾਂਦਨੀ ਕਰਾਤ ਹੈ ਸੰਤ ਕੇ ਮਿਲਾਪ ਅਜਾ ਮਲ ਨੇ ਮੁਕਤ ਪਾਏ ਸੰਤ ਕੇ ਮਿਲਾਪ ਪਾਪ ਕੋਟ ਮਿਟ ਜਾਤ ਹੈ ਸੰਤ ਕੇ ਮਿਲਾਪ ਪਾਪ ਕੋਟ ਮਿਟ ਜਾਤ ਹੈ ਪਿੱਪਲ ਦਾਸ ਮਹਾਤਮਾ ਮੁਖ ਪਾਈ ਪੁੱਤਰ ਦੋ ਨਿਸ਼ਾਨ ਜਗ ਖਾਸ ਪਿਆਰੇ ਜੋਤਾਂ ਦੋ ਜਹਾਨ ਤੇ ਛੱਡ ਜਾਂਦੇ ਸੇਵਾ ਦਾਸ ਤਾਂ ਸਰਵਣ ਦਾਸ ਪਿਆਰੇ ਸੋਹਣਾ ਕਦਰ ਸੀਲੜੇ ਵਾਕ ਮਿੱਠੇ
ਰੰਗ ਨਾਮ ਮਜੀਠ ਦਾ ਖਾਸ ਪਿਆਰੇ, ਤੀਰ ਧਰਮ ਤੇ ਸੀਲ ਸੰਤੋਖ ਵਾਲੇ, ਪੂਰਨ ਆਸ ਕਰਦੇ ਜੋ ਨਿਰਾਸ ਪਿਆਰੇ, ਦਿੰਦੇ ਮਾਣ ਨੇ ਮਾਣਿਆ ਬੰਦਿਆਂ ਨੂੰ, ਆਸ ਬੰਦ ਨਾ ਜਾਏ ਨਿਰਾਸ ਪਿਆਰੇ, ਕਰ ਉੱਜੜ ਦੇ ਕਈ ਵਸਾ ਦਿੱਤੇ, ਦਿੰਦੇ ਭੁੱਖਿਆਂ ਮੁੱਖ ਗਿਰਾਸ ਪਿਆਰੇ, ਜਿਸ ਵਾਸ਼ਨਾ ਨਾਲ ਕੋਈ ਚੱਲ ਆਵੇ, ਪੂਰੀ ਕਰ ਦੇ ਉਸ ਦੀ ਆਸ ਪਿਆਰੇ, ਦਿਲਾਂ ਵਾਂਗ ਤੰਦੂਰ ਦੇ ਤਪਦਿਆਂ ਨੂੰ, ਦਰਸ਼ਨ ਦੇ ਕਰਦੇ ਠੰਡੜਾ ਠਾਰ ਪਿਆਰੇ, ਤੋਤਾ ਰਾਮ ਸੀ ਹੱਥ ਦੇ ਸਖੀ ਦਾਤੇ, ਵੇਦ ਸੁਰਤੀਆਂ ਬਚਨ ਬੇਲਾਸ ਪਿਆਰੇ, ਤੋਤਾ ਰਾਮ ਸੀ ਹੱਥ ਦੇ ਸਖੀ ਦਾਤੇ, ਵੇਦ ਸੁਰਤੀਆਂ ਬਚਨ ਬੇਲਾਸ ਪਿਆਰੇ, ਡੇਰੇ ਪੁੱਜ ਕੇ ਕਵੀ ਨੇ ਨਜ਼ਰ ਫੇਰੀ, ਕੋਈ ਫਰਕ ਨਾ ਗੁਰਾਂ ਦੀ ਸ਼ਾਨ ਅੰਦਰ, ਤਪ ਤੇਜ ਜਹਾਨ ਤੇ ਚਮਕਦਾ ਸੀ, ਚੰਦ ਚਮਕਦਾ ਜਿਵੇਂ ਅਸਮਾਨ ਅੰਦਰ, ਪੀੜ ਸੰਗਤਾਂ ਦੀ ਆ ਕੇ ਲੱਗੀ ਰਹਿੰਦੀ, ਪੀਰਾਂ ਪੁਰੀ ਹੈ ਜਿਵੇਂ ਮੁਲਤਾਨ ਅੰਦਰ, ਉੱਪਰ ਨਹਿਰ ਦੇ ਦਿਸ ਦਾ ਖੂਬ ਡੇਰਾ, ਨਜ਼ਰ ਮਾਰ ਦੇਖੋ ਉੱਚੇ ਨਿਸ਼ਾਨ ਅੰਦਰ, ਤੀਰਥ ਰੂਪ ਤ੍ਰਿਵੈਣੀ ਦੇ ਘਾਟ ਉੱਤੇ, ਕੋਈ ਫਰਕ ਨਾ ਸੰਤ ਭਗਵਾਨ ਅੰਦਰ, ਬੇਗਮਪੁਰੀ ਆਨੰਦ ਦੇ ਦੇਣ ਵਾਲੀ, ਰਹੇ ਰੁਤਬ ਸੰਤ ਕੁਰਬਾਨ ਅੰਦਰ, ਪੋ ਪਾਲਾ ਨਾ ਪਾਪ ਦਾ ਪੋ ਸਕੇ, ਤਪ ਜੇਠ ਨਾ ਹਾੜ ਤੂਪਾਨ ਅੰਦਰ, ਜਿੱਥੇ ਕਾਮ ਕ੍ਰੋਧ ਦੀ ਗਮਤਾ ਨਾ, ਵੈਰ ਭਾਵਨਾ ਈਰਖਾ ਮਾਨ ਅੰਦਰ, ਜਿੱਥੇ ਰੁਤਬ ਸੰਤ ਦੀ ਸਦਾ ਰਹਿੰਦੀ, ਪਤ ਝੜਨਾ ਇਸ ਦੌਰਾਨ ਅੰਦਰ, ਧਰਮ ਰਾਜ ਦੇ ਦੂਤ ਸਤਾਣ ਵਾਲੇ, ਪਾਉਂਦੇ ਪੈਰ ਨਾ ਇਸ ਮਕਾਨ ਅੰਦਰ, ਤਿੰਨ ਤਾਪ ਸੰਤਾਪ ਦੀ ਜੁਰਤ ਨਾਗੀ, ਪਰਮ ਪੂਤ ਦਾ ਨਸ ਦਾ ਗਿਆਨ ਅੰਦਰ, ਲੋਕੀ ਹੁੰਮ ਹੁੰਮ ਆ ਕੇ ਚਲੇ ਆਉਂਦੇ, ਯਸ਼ ਫੈਲਿਆ ਕੁੱਲ ਜਹਾਨ ਅੰਦਰ, ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ, ਸੰਤ ਆਉਂਦੇ ਨਾ ਜਰਾ ਗੁਮਾਨ ਅੰਦਰ, ਦੁੱਖ ਦੂਰ ਹੁੰਦੇ ਸਭ ਰੋਗੀਆਂ ਦੇ, ਜਿਹੜਾ ਰਹੇਗਾ ਸੰਤ ਫਰਮਾਨ ਅੰਦਰ, ਪੂਤ ਭਰਮ ਦਾ ਉੱਠ ਕੇ ਨੱਠ ਜਾਂਦਾ, ਛਾਇਆ ਸੁਕੜਾ ਨਾ ਰਹੇ ਨਦਾਨ ਅੰਦਰ, ਬੱਚਾ ਬਿਰਧ ਜਵਾਨ ਸਭ ਚਲੇ ਆਉਂਦੇ, ਡੇਰਾ ਦੇਖ ਕੇ ਖੂਬ ਮੈਦਾਨ ਅੰਦਰ, ਤੋਤਾ ਰਾਮ ਕੁਰਬਾਨ ਮਹਾਨ ਉੱਤੋਂ, ਸੁਣੇ ਬਚਨ ਜਾਂ ਗੁਰਾਂ ਦੇ ਕਾਨ ਅੰਦਰ, ਤੋਤਾ ਰਾਮ ਕੁਰਬਾਨ ਮਹਾਨ ਉੱਤੋਂ, ਸੁਣੇ ਬਚਨ ਜਾਂ ਗੁਰਾਂ ਦੇ ਕਾਨ ਅੰਦਰ। ਪ੍ਰਸ਼ਨ ਸੰਤ ਹਰੀਦਾਸ ਜੀ ਦੁਹਰਾ। ਹੱਥ ਜੋੜ ਹਰੀਦਾਸ ਜੀ, ਅਰਜ ਕਰੀ ਗੁਰਪਾਸ, ਸਭ ਸੰਗਤ ਕੇ ਹਿਤ ਲੀਏ ਕਰਤੇ ਹੈ ਅਰਦਾਸ। ਦੋਹਰਾ, ਦੁੱਖ ਰੂਪ ਸੰਸਾਰ ਤੇ ਕਿਸ ਵਿਧ ਉਤਰੇ ਪਾਰ, ਸਤਿਗੁਰ ਪਰਮ ਦਿਆਲ ਜੀ ਕਹੋ ਉਪਦੇਸ਼ ਸੁਧਾਰ।
ਸਤਿਗੁਰ ਪਰਮ ਦਿਆਲ ਜੀ ਕਹੋ ਉਪਦੇਸ ਸੁਧਾਰ। ਉੱਤਰ ਗੁਰੂ ਦੋਹਰਾ, ਸੁਣ ਸਿੱਖ ਉੱਤਮ ਵਾਕ ਤੂੰ, ਧਰੋ ਕਾਨ ਤਰ ਧੀਰ, ਜੀਵਤ ਮਰਨਾ ਕਠਿਨ ਹੈ, ਪਕੜਨ ਜਿਉ ਸ਼ਮਸ਼ੀਰ। ਦੋਸਤਰ ਮਾਇਆ ਈਸ ਦੀ, ਤਰਨਾ ਸਿੰਧ ਮਝਾਰ, ਮਨ ਜੀਤੇ ਜਗ ਜੀਤ ਗੈ, ਪਾਵਤ ਮੋਖ ਦੁਆਰ। ਮਨ ਜੀਤੇ ਜਗ ਜੀਤ ਗੈ, ਪਾਵਤ ਮੋਖ ਦੁਆਰ। ਉਪਦੇਸ਼ ਗੁਰੂ ਜੀ ਦਾ 35 ਅੱਖੇ ਦੁਆਰਾ। ਇੱਕ ਓਮ ਤੋਰੀ ਤੇ ਚੱਲੀ ਆਈ, ਪਹਿਲੇ ਗੁਰਾਂ ਨੂੰ ਫੇਟ ਚੜ੍ਹਾਈ ਦੀਏ, ਤਨ ਮਨ ਤੇ ਤਨ ਸਭ ਸੌਂਪ ਗੁਰ ਕੋ, ਹੱਥ ਜੋੜ ਕੇ ਅਰਜ ਸੁਣਾਈ ਦੀਏ। ਅਸ਼ਟ ਅੰਗ ਨੂੰ ਜੋੜਨਾ ਵਾਂਗ ਡੰਡੇ, ਚਰਨ ਗੁਰਾਂ ਦੇ ਗੰਗ ਤਕਾਈ ਦੀਏ। ਗੁਰੂ ਮੂਰਤੀ ਚਿੱਤ ਦੇ ਕੈਮਰੇ ਤੇ, ਅਕਸ਼ ਖਿੱਚ ਤਸਵੀਰ ਖਚਾਈ ਦੀਏ। ਸਰਵਣ ਦਾ ਜੋ ਰਮਜ ਗੁਰ ਦੱਸ ਦੇ ਹੈ, ਉਸ ਜੁਗਤ ਮੈਂ ਸੁਰਤ ਟਕਾਈ ਦੀਏ। ਸਰਵਣ ਦਾ ਜੋ ਰਮਜ ਗੁਰ ਦੱਸ ਦੇ ਹੈ, ਉਸ ਜੁਗਤ ਮੈਂ ਸੁਰਤ ਟਕਾਈ ਦੀਏ। ਐੜਾ ਆਖਦਾ ਇਸ਼ਕ ਦੀ ਚੋਟ ਤੈਨੂੰ, ਪਹਿਲੋਂ ਜਗਤ ਜੰਜੀਰ ਨੂੰ ਤੋੜ ਆਵੀਂ, ਦੇਹ ਮਾਣ ਅਭਿਮਾਨ ਨੂੰ ਤੋੜ ਕਰਕੇ, ਭਾਂਡਾ ਭਰਮ ਦਾ ਮਿੱਤਰਾ ਫੋੜ ਆਵੀਂ। ਛੱਡ ਕੁੱਲ ਗਰਿਸਤ ਦੇ ਸਾਕ ਨਾਤੇ, ਸਾਧ ਸੰਗ ਪ੍ਰੀਤ ਨੂੰ ਜੋੜ ਆਵੀਂ। ਨਾਲੇ ਕਾਮ ਕ੍ਰੋਧ ਨੂੰ ਦਮਨ ਕਰਨਾ, ਮਨ ਵਿਸ਼ੇ ਬੇਕਾਰਾਂ ਤੋਂ ਮੋੜ ਆਵੀਂ। ਸਰਵਣ ਦਾਸ ਜਖਾਨ ਨੂੰ ਜਾਨ ਸੁਪਨਾ, ਲੋਕ ਲਾਜ ਲਕੀਰ ਮਰੋੜ ਆਵੀਂ। ਸਰਵਣ ਦਾਸ ਜਖਾਨ ਨੂੰ ਜਾਨ ਸੁਪਨਾ, ਲੋਕ ਲਾਜ ਲਕੀਰ ਮਰੋੜ ਆਵੀਂ। ਈੜੀ ਈੜੀ ਇਸ ਜਖਾਨ ਦਾ ਬੀਜ ਜਾਣੋ, ਫੁਰਨਾ ਰੂਪ ਨੂੰ ਸਮਝ ਸੰਸਾਰ ਬੇਟਾ। ਜਿਵੇਂ ਬੀਜ ਸਰੀਰ ਨੂੰ ਗਾਲ ਕਰਕੇ, ਬੀਜ ਬਿਰਖ ਦਾ ਰੂਪ ਸਾਕਾਰ ਬੇਟਾ। ਬੀਜ ਵਾਂਗ ਬ੍ਰਹਮ ਨਿਰਾਕਾਰ ਹੈ ਸੀ, ਫਿਰ ਬਿਰਖ ਦਾ ਰੂਪ ਸਾਕਾਰ ਬੇਟਾ। ਫਲ ਫੁੱਲ ਤੇ ਜੜ ਪਤ ਹੋਇਆ, ਡਾਲ ਪੀੜ ਹੈ ਰੂਪ ਅਪਾਰ ਬੇਟਾ। ਬੀਜ ਬ੍ਰਹਮ ਤੇ ਬਿਰਖ ਸੰਸਾਰ ਸਮਝੋ, ਸਰਵਣ ਦਾਸ ਜੋ ਕਿਹਾ ਨਿਖਾਰ ਬੇਟਾ। ਬੀਜ ਬ੍ਰਹਮ ਤੇ ਬਿਰਖ ਸੰਸਾਰ ਸਮਝੋ, ਸਰਵਣ ਦਾਸ ਜੋ ਕਿਹਾ ਨਿਖਾਰ ਬੇਟਾ। ਸੱਸਾ ਸਮਝਣਾ ਰਮਜ ਦਾ ਅਤਿ ਔਖਾ, ਮੰਜ਼ਲ ਫਕਰ ਦੀ ਕੋਈ ਆਸਾਨ ਨਾਹੀਂ। ਜਿਚਰ ਕਲਮ ਨਾ ਸੀਸ ਕਟਾਏ ਆਪਣਾ, ਉੱਪਰ ਕੰਨ ਦੇ ਕਦੇ ਮੁਕਾਮ ਨਾਹੀਂ। ਉੱਪਰ ਸੀਸ ਦੇ ਕਦੀ ਨਾ ਫਿਰੇ ਕੰਗਾ, ਆਰੀ ਨਾਲ ਜੇ ਪੇਟ ਚ ਰਾਨ ਨਾਹੀਂ। ਸੂਤ ਨਿਕਲੇ ਨਾ ਕਦੀ ਤੰਦ ਚੰਗਾ,
ਰੂਏ ਪਿੰਜਣ ਸੇ ਬਦਨ ਪਿੰਜਾਨ ਨਾਹੀ। ਪਹਿਲੇ ਆਪਣੇ ਆਪ ਕੋ ਖਤਮ ਕਰੀਏ, ਸਰਵਣ ਦਾਸ 84 ਮੈਂ ਜਾਣ ਨਾਹੀ। ਪਹਿਲੇ ਆਪਣੇ ਆਪ ਕੋ ਖਤਮ ਕਰੀਏ, ਸਰਵਣ ਦਾਸ 84 ਮੈਂ ਜਾਣ ਨਾਹੀ। ਹਾ 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 ਆਖਦਾ ਹਰੀ ਸੇ ਪਿਆਰ ਪਾ ਕੇ, ਫੇਰ ਦੁਨੀਆਂ ਸੇ ਪਿਆਰ ਦੀ ਲਾਉਣ ਕੀ ਏ। ਤਿਆਗ ਦੇਤ ਜੋ ਗੁਰੂ ਦਾ ਬਾਕ ਬੰਦਾ, ਉਸ ਬੰਦੇ ਨੂੰ ਫੇਰ ਸਮਝਾਉਣ ਕੀ ਏ। ਗੁਰੂ ਬਾਕ ਤੇ ਕਰੇ ਪ੍ਰਤੀਤ ਨਾਹੀ, ਉਸ ਬੰਦੇ ਸੇ ਮਗਜ਼ ਖਪਾਉਣ ਕੀ ਏ। ਤੁਰ ਪਿਆ ਜੋ ਗੁਰੂ ਦੇ ਮਿਲਣ ਜਾਣਾ, ਫਿਰ ਪਿਛਾਂਹ ਨੂੰ ਪੈਰ ਪਰਤਾਉਣ ਕੀ ਏ। ਸਰਵਣ ਦਾਸ ਗੁਰ ਸ਼ਬਦ ਦੀ ਚੋਟ ਲੱਗੀ, ਹੋਰ ਉਸ ਨੂੰ ਚੋਟ ਲਗਾਉਣ ਕੀ ਏ। ਸਰਵਣ ਦਾਸ ਗੁਰ ਸ਼ਬਦ ਦੀ ਚੋਟ ਲੱਗੀ, ਹੋਰ ਉਸ ਨੂੰ ਚੋਟ ਲਗਾਉਣ ਕੀ ਏ। ਕੱਕਾ ਕੱਕਾ ਕਾਮ ਕ੍ਰੋਧ ਦੀ ਚੋਟ ਮੰਦੀ, ਸੰਗਲਾ ਦੀਪ ਮਛੰਦਰੇ ਲੁੱਟਿਆ ਸੀ। ਸਿੰਘੀ ਰੇਖ ਨੂੰ ਬੇਸਵਾ ਵਸ ਕੀਤਾ, ਲੱਕੜ ਵਾਂਗ ਸਰੀਰ ਸਭ ਸੁੱਕਿਆ ਸੀ। ਸਰੂਪ ਨਖਾ ਨੂੰ ਵਿਸ਼ੇ ਦੀ ਚੋਟ ਲੱਗੀ, ਰਾਵਣ ਵੰਸ਼ ਦਾ ਫੈਸਲਾ ਮੁੱਕਿਆ ਸੀ। ਕਾਮ ਆਣ ਕੇ ਵਿਸ਼ੇ ਦੀ ਚੋਟ ਕੀਤੀ, ਇੰਦਰ ਗੌਤਮ ਦੇ ਘਰਾਂ ਨੂੰ ਟੁੱਕਿਆ ਸੀ। ਸਰਵਣ ਦਾਸ ਲੰਗੋਟ ਦਾ ਜਤੀ ਹੋ ਕੇ, ਸਤੀ ਵਿੱਚ ਮੈਦਾਨ ਦੇ ਬੁੱਕਿਆ ਸੀ। ਸਰਵਣ ਦਾਸ ਲੰਗੋਟ ਦਾ ਜਤੀ ਹੋ ਕੇ, ਸਤੀ ਵਿੱਚ ਮੈਦਾਨ ਦੇ ਬੁੱਕਿਆ ਸੀ। ਖੱਖਾ ਖੱਖਾ ਖੁਦੀ ਤਕਬਰੀ ਕਰੀ ਜਾਂਦਾ, ਖੁਦੀ ਤੱਕੜੀ ਵਿੱਚ ਵੀ ਤੁਲਦੀ ਏ। ਧਰਮ ਰਾਜ ਦਰਬਾਰ ਦੇ ਵਿੱਚ ਲੇਖਾ, ਰੱਤੀ ਇੱਕ ਵੀ ਜਿੱਥੇ ਨਾ ਭੁੱਲਦੀ ਏ। ਮਾਨਸ ਜਨਮ ਨਾ ਮਿਲੇਗਾ ਫੇਰ ਮੁੜ ਕੇ, ਚਿੰਤਾ ਮਣੀ ਇਹ ਵੱਡੇ ਮੁੱਲ ਦੀ ਏ। ਪਾਪ ਪੁੰਨ ਇਨਸਾਨ ਕੋ ਸਮਝ ਹੁੰਦੀ, ਸਿਰ ਤਾਜ 84 ਵਿੱਚ ਕੁੱਲ ਦੀ ਏ। ਸਰਵਣ ਦਾਸ ਵਿਚਾਰ ਕੇ ਦੇਖ ਸੱਜਣ, ਹਰੀਦਾਸ ਕਿਉਂ ਚਿੱਤ ਚੋਂ ਫੁੱਲ ਦੀ ਏ। ਸਰਵਣ ਦਾਸ ਵਿਚਾਰ ਕੇ ਦੇਖ ਸੱਜਣ, ਹਰੀਦਾਸ ਕਿਉਂ ਚਿੱਤ ਚੋਂ ਫੁੱਲ ਦੀ ਏ। ਪ੍ਰਸ਼ਨ ਸੰਤ ਹਰੀਦਾਸ ਜੀ ਬੈਂ, ਚੰਚਲ ਚੇਤਨਾ ਇਸਤੀ ਕੜੀ ਕਰਦਾ, ਭਾਵੇਂ ਕੇਤੜੇ ਵਾਰ ਸਮਝਾਈ ਜਾਓ। ਲੱਖਾਂ ਕੋਸ ਦਾ ਸਫ਼ਰ ਕਰ ਛੱਟ ਆਵੇ, ਨਾਲ ਸੰਗਲਾਂ ਮਨ ਬਖਾਈ ਜਾਓ। ਸਤ ਸੰਗ ਦੇ ਵਿੱਚ ਨਾ ਪੈਰ ਪਾਵੇ, ਰਾਗ ਰੰਗ ਹਰ ਰੋਜ਼ ਦਿਖਾਈ ਜਾਓ। ਅੱਖਾਂ ਰੂਪ ਨੂੰ ਦੇਖ ਨਾ ਰੱਜ ਆਵੇ, ਕੰਨੀ ਰੇਡੀਓ ਰੋਜ਼ ਸੁਣਾਈ ਜਾਓ। ਬੁੱਧ ਆਖਦੀ ਭਜਨ ਮੇਲਾ ਸੁਰਤੀ, ਮਨ ਨੱਠ ਦਾ ਸੈਰ ਕਰਾਈ ਜਾਓ। ਮਨ ਪਾਪੀ ਕੋ ਪਕੜ ਬਖਾਵਨੇ ਦੀ, ਕੋਈ ਜੁਗਤ ਦੀ ਰਮਜ ਸਮਝਾਈ ਜਾਓ। ਦੁੱਖ ਰੂਪ ਸਮੁੰਦ ਦੀ ਲਹਿਰ ਵਿੱਚੋਂ, ਕਿਸੇ ਜੁਗਤ ਸੇ ਪਾਰ ਲੰਘਾਈ ਜਾਓ। ਹਰੀਦਾਸ ਦੀ ਬੇਨਤੀ ਸੁਣੋ ਸਤਿਗੁਰ, ਅੰਧ ਘੂਰ ਨੂੰ ਨੈਣ ਦੁਆਈ ਜਾਓ।
ਹਰੀ ਦਾਸ ਦੀ ਬੇਨਤੀ ਸੁਣੋ ਸਤਿਗੁਰ, ਆਂਦੇ ਘੋਰ ਨੂੰ ਡੈਨ ਦਵਾਈ ਜਾਓ। ਦੋਹਰਾ, ਸਤਿਗੁਰ ਪਰਮ ਦਿਆਲ ਜੀ ਬੋਲੇ ਬਚਨ ਰਸਾਲ, ਮਨ ਸਮਝਾਵਣ ਕਾਰਨੇ ਜੁਗਤੀ ਕਹਿਤ ਦਿਆਲ। ਬੈਂਤ, ਗੱਗਾ ਗੱਲ ਪ੍ਰੇਮ ਨਾਲ ਸੁਣੀ ਮੇਰੀ, ਅੰਦਰ ਤ੍ਰਿਕਟੀ ਜੰਦਰਾ ਮਾਰ ਮਨ ਕੋ, ਸਬਰ ਸ਼ੁਕਰ ਸੰਤੋਖ ਦੀ ਪਾਰਸੀ, ਜਤ ਸਤ ਦੀ ਅਗਨ ਮੇ ਜਾਰ ਮਨ ਕੋ, ਗੋਸ਼ੇ ਬੈਠ ਕੇ ਰਮਜ ਨੂੰ ਸੋਚ ਲਈਏ, ਸ਼ਬਦ ਸੁਰਤ ਸੰਗਲ ਪਗ ਡਾਰ ਮਨ ਕੋ, ਮਨ ਮਰਕਟਾਂ ਵਾਂਗਰਾਂ ਕੈਦ ਕਰਕੇ, ਸਵਾਸ ਬਾਂਸ ਤੇ ਚਾੜ ਉਤਾਰ ਮਨ ਕੋ, ਆਠੋ ਜਾਮ ਅਭਿਆਸ ਦੀ ਜੇਬੜੀ ਸੇ, ਹੱਥ ਤਰਕ ਤਲਵਾਰ ਸੇ ਤਾੜ ਮਨ ਕੋ, ਆਠੋ ਜਾਮ ਅਭਿਆਸ ਦੀ ਜੇਬੜੀ ਸੇ, ਹੱਥ ਤਰਕ ਤਲਵਾਰ ਸੇ ਤਾੜ ਮਨ ਕੋ। ਪ੍ਰਸ਼ਨ ਸੰਤ ਹਰੀਦਾਸ, ਮੇਰੀ ਬੇਨਤੀ ਗੁਰੂ ਜੀ ਸੁਣੋ ਕੰਨੀ, ਮਨ ਵਿਸ਼ੇ ਬੇਕਾਰ ਤੋਂ ਮੁੜੇ ਕਿੱਦਾਂ, ਸੁਰਤ ਦਾ ਕੁੱਲ ਹਿਸਾਬ ਦੱਸੋ, ਜੁਗਤੀ ਬਿਨ ਸ਼ਬਦ ਸੁਰਤ ਜੁੜੇ ਕਿੱਦਾਂ, ਮਨ ਸਖਤ ਮਨੂਰ ਦੇ ਵਾਂਗ ਮੇਰਾ, ਮਨ ਸਖਤ ਮਨੂਰ ਦੇ ਵਾਂਗ ਮੇਰਾ, ਬਿਨਾ ਨਾਮ ਹਥੌੜਿਆਂ ਪੁਰੇ ਕਿੱਦਾਂ, ਧਾਰਨ ਗੁਰੂ ਦੀ ਖੰਡਿਓਂ ਅਤ ਤਿੱਖੀ, ਮਨ ਫੀਲ ਮਤ ਵਾਲੜਾ ਤੁਰੇ ਕਿੱਦਾਂ, ਹਰੀਦਾਸ ਦੀ ਬੇਨਤੀ ਸੁਣੋ ਸਤਿਗੁਰ, ਸਿਮਰਤ ਆਤਮਾ ਦਰਸ ਦੀ ਫੁਰੇ ਕਿੱਦਾਂ, ਹਰੀਦਾਸ ਦੀ ਬੇਨਤੀ ਸੁਣੋ ਸਤਿਗੁਰ, ਸਿਮਰਤ ਆਤਮਾ ਦਰਸ ਦੀ ਫੁਰੇ ਕਿੱਦਾਂ। ਪੁੱਤਰ ਗੁਰੂ ਜੀ, ਮੈਂ ਕੱਗਾ ਘੋਰ ਕਨਕੋਰ ਦਾ ਸ਼ਬਦ ਸੁਣ ਕੇ, ਨਾਲ ਧੁਨੀ ਦੇ ਸੁਰਤ ਮਿਲਾਈ ਦੀ ਏ, ਸ਼ਬਦ ਬਾਹਰ ਦਾ ਕੰਨ ਨਾ ਸੁਣੀ ਦਾ ਹੈ, ਅੰਦਰ ਸੁਰਤ ਸਮਾਧ ਲਗਾਈ ਦੀ ਏ, ਅੱਖਾਂ ਬੰਦ ਕਰਕੇ ਪਦਮ ਲਾ ਆਸਣ, ਹੋਠ ਜਵਾਨਾ ਮੂਲਕ ਲਾਈ ਦੀ ਏ, ਨਾਭੀ ਚੱਕਰ ਤੋਂ ਖਿੱਚ ਕੇ ਸਵਾਸ ਤਾਈ, ਅੰਦਰ ਤ੍ਰਿਕਟੀ ਬਿਰਤ ਟਕਾਈ ਦੀ ਏ, ਸਰਵਣ ਦਾਸ ਦੀ ਜੋਤ ਨੂੰ ਭੁੱਲਣਾ ਨਾ, ਸਕਲ ਆਤਮਾ ਚਮਕ ਜਗਾਈ ਦੀ ਏ, ਸਰਵਣ ਦਾਸ ਦੀ ਜੋਤ ਨੂੰ ਭੁੱਲਣਾ ਨਾ, ਸਕਲ ਆਤਮਾ ਚਮਕ ਜਗਾਈ ਦੀ ਏ, ਗੰਗਾ ਗਿਆਨ ਤੇ ਆਨ ਦੀ ਜੁੱਤ ਵਾਜੋ, ਤਾਂ ਹੀ ਜੀਵ ਕੋ ਸਖਤ ਖਰਾਬੀਆਂ ਗਏ, ਤਿੰਨ ਲੋਕ ਤੇ ਤਿੰਨ ਹੀ ਪਵਨ ਗੁੱਸੇ, ਤਿੰਨ ਦੇਵ ਹੀ ਸਮਝਣ ਰਾਜੀਆਂ ਗਏ, ਜੂਨੀ ਗਵਨ ਚੌਰਾਸੀ ਦੇ ਗੇੜ ਅੰਦਰ, ਇਸ ਜੀਵ ਨੂੰ ਡੰਗੀ ਆਜ਼ਾਦੀਆਂ ਗਏ, ਪੂਰਵ ਕਰਮ ਹੋਵੇ ਮਿਲੇ ਗੁਰੂ ਪੂਰਾ, ਮਿਲੇ ਗੁਰੂ ਬਲਾਮਤਾਂ ਭਾਗੀਆਂ ਗਏ, ਸਰਵਣ ਦਾਸ ਗਿਆਨ ਪ੍ਰਕਾਸ਼ ਕੀਤਾ, ਖੁੱਲੀ ਅੱਖ ਗਿਆਨ ਮੇ ਜਾਗੀਆਂ ਗਏ, ਸਰਵਣ ਦਾਸ ਗਿਆਨ ਪ੍ਰਕਾਸ਼ ਕੀਤਾ, ਖੁੱਲੀ ਅੱਖ ਗਿਆਨ ਮੇ ਜਾਗੀਆਂ ਗਏ। ਚੱਚਾ,
ਚੱਚਾ ਆਖਦਾ ਕਹਿ ਵੰਡ ਸਾਧਨਾ ਦੀ ਵੱਖੋ ਵੱਖਰਾ ਸਮਝ ਨਿਖਾਰ ਕਰਕੇ ਇੱਕ ਹੈ ਵੈਰਾਗ ਵਿਵੇਕ ਦੂਜਾ ਖੱਟ ਸੰਪਤੀ ਤੀਸਰੇ ਸਾਰ ਕਰਕੇ ਚੌਥੇ ਹੈ ਮਮੁਖਤਾ ਜਾਣ ਲੀਜੋ ਸਾਧਨ ਕਹੇ ਜੋ ਗੁਰੂ ਪੁਕਾਰ ਕਰਕੇ ਸਾਧਨ ਚਾਰ ਜਗਿਆ ਸੁਦੇ ਕਰਨ ਵਾਲੇ ਜੋ ਕਰੇ ਸੋਇ ਉਤਰੇ ਪਾਰ ਕਰਕੇ ਇਹੋ ਨਾਮ ਹੈ ਚਾਰੇ ਇਨ ਸਾਧਨਾਂ ਦਾ ਅੱਗੇ ਕਹੂੰਗਾ ਰੂਪ ਵਿਚਾਰ ਕਰਕੇ ਛੱਛਾ ਛੱਛਾ ਸਮਝਿਆ ਆਤਮਾ ਅਮਰ ਪਿਆਰੇ ਨਾਸ਼ ਹੋਵਣਾ ਅੰਤ ਅਸੂਲ ਜਾਣੋ ਰੰਗ ਰੂਪ ਤੇ ਨਾਮ ਸਰੂਪ ਸੁੰਦਰ ਮਾਇਆ ਜਗਤ ਦਾ ਮੁੱਢ ਔਰ ਮੂਲ ਜਾਣੋ ਫਿਰ ਅੰਤ ਨੂੰ ਕੁੱਲ ਫਨਾ ਹੋਣਾ ਜਗਤ ਆਤਮਾ ਦੇ ਪ੍ਰਤੀਕੂਲ ਜਾਣੋ ਬਿਨਾਂ ਆਤਮਾ ਕੁਝ ਨਾ ਰਹੇ ਇੱਥੇ ਲਿਪਟ ਜਾਏ ਤੇ ਆਪ ਦੀ ਭੁੱਲ ਜਾਣੋ ਸਰਵਣ ਦਾਸ ਵਿਵੇਕ ਦਾ ਰੂਪ ਏਗੋ ਇਸ ਵਾਕ ਨੂੰ ਆਪ ਅਨੁਕੂਲ ਜਾਣੋ ਸਰਵਣ ਦਾਸ ਵਿਵੇਕ ਦਾ ਰੂਪ ਏਗੋ ਇਸ ਵਾਕ ਨੂੰ ਆਪ ਅਨੁਕੂਲ ਜਾਣੋ ਜੱਜਾ ਜੱਜਾ ਯਾਦ ਰੱਖੋ ਜਰਾ ਗੱਲ ਮੇਰੀ ਇਸ ਗੱਲ ਨੂੰ ਦਿਲੋਂ ਵਿਸਾਰ ਨਾਨਾ ਇਹੋ ਮਤ ਵੈਰਾਗ ਦਾ ਰੂਪ ਜਾਣੋ ਇੰਦਰ ਲੋਕ ਦਾ ਸੁਖ ਚਿਤਾਰ ਨਾਨਾ ਦੁੱਖ ਰੂਪ ਸੰਸਾਰ ਤਿਆਗ ਰੱਖੋ ਵਿੱਚ ਸੁਪਨ ਦੇ ਸੁਖ ਵਿਚਾਰ ਨਾਨਾ ਚਿੱਤ ਰੱਜੇ ਨਾ ਭੋਗ ਦੇ ਭੋਗਣੇ ਤੋਂ ਵਿੱਚ ਅੱਗ ਦੇ ਤੇਲ ਨੂੰ ਡਾਰ ਨਾਨਾ ਸਰਵਣ ਦਾਸ ਵੈਰਾਗ ਦਾ ਰੂਪ ਏਹੋ ਜੂਏ ਜਨਮ ਮਨੁੱਖ ਦਾ ਹਾਰ ਨਾਨਾ ਸਰਵਣ ਦਾਸ ਵੈਰਾਗ ਦਾ ਰੂਪ ਏਹੋ ਜੂਏ ਜਨਮ ਮਨੁੱਖ ਦਾ ਹਾਰ ਨਾਨਾ ਚੱਜਾ ਚੱਜਾ ਝੂਠ ਛਲ ਨਿੰਦਿਆ ਛੱਡ ਕਰਕੇ ਦੇਵੀ ਸੰਪਦਾ ਚਿੱਤ ਮੈਂ ਤਾਰੀਏ ਦੀ ਹੋਵੇ ਬ੍ਰਹਮ ਪ੍ਰਾਪਤੀ ਮੋਖ ਸਮਝੋ ਸਿਰੋਂ ਕਾਲ ਜੰਜਾਲ ਨੂੰ ਟਾਰੀਏ ਜੀ ਮੋਖ ਇੱਛਿਆ ਵਾਲੜਾ ਪੁਰਖਸ਼ ਹੋਵੇ ਉਹ ਮਤ ਮੋਖ ਵਿਚਾਰੀਏ ਜੀ ਮੁਨ ਜਨਮ ਮੋਖ ਤਾ ਭਾਖ ਦੇਖੇ ਦੁੱਖ ਵਿੱਚ ਨਾ ਜਿੰਦੜੀ ਡਾਰੀਏ ਜੀ ਸਰਵਣ ਦਾਸ ਦੀ ਸਿੱਖਿਆ ਸੁਣੋ ਅੱਗੇ ਪਿੰਨ ਪਿੰਨ ਕੀ ਚਾਰੇ ਉਚਾਰੀਏ ਜੀ ਸਰਵਣ ਦਾਸ ਦੀ ਸਿੱਖਿਆ ਸੁਣੋ ਅੱਗੇ ਪਿੰਨ ਪਿੰਨ ਕੀ ਚਾਰੇ ਉਚਾਰੀਏ ਜੀ ਨਿਆਂ ਨਿਆਂ ਕਹੇ ਇਆਣਿਆ ਵਾਂਗ ਤੈਨੂੰ ਗੱਲ ਨਾਲ ਕਿਆਸ ਦੇ ਦੱਸਦੇ ਹੈ ਸਮ ਬਿਰਤ ਤੇ ਦਮਨ ਕਰ ਇੰਦਰੀਆਂ ਨੂੰ ਤੇਰੇ ਦੁੱਖ ਚੌਰਾਸੀ ਦੇ ਖੱਸਦੇ ਹੈ ਸ਼ਰਧਾ ਨਾਲ ਵਿਚਾਰਨੇ ਵਾਕ ਗੁਰਦੇ ਤਦੋਂ ਜਾਲ ਜੰਜਾਲ ਦੇ ਨੱਸਦੇ ਹੈ ਸਾਵਧਾਨ ਹੋ ਕੇ ਵਿੱਚ ਸਾਧਨਾ ਦੇ ਬਲ ਜਗਤ ਨਿਖਾਰ ਕਿਉਂ ਫਸਦੇ ਗੈ ਸਰਵਣ ਦਾਸ ਦੇ ਬਾਕ ਜੋ ਭੁੱਲ ਬੈਠੇ ਜਮ ਮਾਰ ਜੰਜੀਰ ਫਿਰ ਹੱਸਦੇ ਗੈ
ਸਰਵਨਦਾਸ ਦੇ ਬਾਗ ਜੋ ਭੁੱਲ ਬੈਠੇ ਜੰਮ ਮਾਰ ਜੰਜੀਰ ਫਿਰ ਖੱਸ ਦੇ ਗਏ ਟੈਂਕਾ ਟੈਂਕਾ ਤੁਰਦਿਆਂ ਫਿਰਦਿਆਂ ਨਾਮ ਜਪ ਲੈ ਕਿਸੇ ਚੀਜ਼ ਦੀ ਰਹੂਗੀ ਥੋੜ ਹੈ ਨਾ ਸੀਸ ਕੱਟ ਕੇ ਯਾਰ ਦੀ ਗਲੀ ਜਾਈਏ ਜਿੰਦ ਜਾਏ ਤਾਂ ਬਚਨ ਤੋਂ ਮੋੜ ਗਹਿਣਾ ਹੀਰੇ ਲਾਲ ਨਾ ਤੁੱਲ ਦੇ ਸ਼ਾਨ ਗੁਰ ਦੀ ਗੁਰੂ ਭੇਟ ਨੂੰ ਲੱਖ ਕਰੋੜ ਗਹਿਣਾ ਗੁਰੂ ਦਾਤੇ ਦੇ ਤੁੱਲ ਨਾ ਕੋਈ ਦਾਤਾ ਗੁਰੂ ਭਗਤ ਨੂੰ ਅੰਤਕ ਜੋੜ ਗਹਿਣਾ ਸਰਵਣਦਾਸ ਹੈ ਗੁਰਾਂ ਦੀ ਸ਼ਾਨ ਉੱਚੀ ਦਾਤੇ ਗੁਰੂ ਦੇ ਨਾਲ ਦਾ ਜੋੜ ਹੈ ਨਾ ਸਰਵਣਦਾਸ ਹੈ ਗੁਰਾਂ ਦੀ ਸ਼ਾਨ ਉੱਚੀ ਦਾਤੇ ਗੁਰੂ ਦੇ ਨਾਲ ਦਾ ਜੋੜ ਹੈ ਨਾ ਠੱਠਾ ਠੱਠਾ ਠਾਕ ਚਿੱਤ ਨੂੰ ਕੰਮ ਨਾ ਕਰੇ ਖੁੱਟਾ ਸਾਫ ਹੋਵ ਨਾ ਨਿਰਮਲਾ ਕਰਮ ਕਰਕੇ ਅੰਮ੍ਰਿਤ ਪੀ ਲਿਆ ਜਿਨ੍ਹਾਂ ਨੇ ਗੁਰੂ ਕੋਲੋਂ ਸਫਲਾ ਜਨਮ ਮਨੁੱਖ ਦਾ ਤਨ ਕਰਕੇ ਡੱਡਾ ਡਾਰ ਦਿੱਤੀ ਸਿਰੋਂ ਕੁੱਲ ਵਿਪਦਾ ਢਾਲ ਵੇਦ ਹਥਿਆਰ ਦੀ ਫੜੀ ਕਰਕੇ ਨਾਣਾ ਨਾਮ ਵਿਗੂਣਿਆ ਬੰਦਿਆਂ ਨੂੰ ਚੱਕਰ ਮੁੱਕਣਾ ਨਾ ਕਦੇ ਮਰ ਮਰ ਕੇ ਸਰਵਣਦਾਸ ਵਿਚਾਰ ਕੇ ਮਤ ਗੁਰ ਦੀ ਭਵ ਸਾਗਰੋਂ ਲੰਘੀਏ ਤਰ ਤਰ ਕੇ ਸਰਵਣਦਾਸ ਵਿਚਾਰ ਕੇ ਮਤ ਗੁਰ ਦੀ ਭਵ ਸਾਗਰੋਂ ਲੰਘੀਏ ਤਰ ਤਰ ਕੇ ਤੱਤਾ ਤਾਰਨਾ ਗੁਰੂ ਦੇ ਨਾਮ ਤੈਨੂੰ ਸੁਰਤ ਸਿਮਰਤੀਆਂ ਰਹੀ ਪੁਕਾਰ ਪਿਆਰੇ ਬੇਗਮਪੁਰੀ ਅਦਵੈਤ ਦੇ ਨਗਰੀ ਅੰਦਰ ਜਿਹਨੂੰ ਆਖਦੇ ਮੋਖ ਦੁਆਰ ਪਿਆਰੇ ਜਿਸ ਮੰਜ਼ਿਲ ਤੇ ਪਰਤ ਕੇ ਆਵਣਾ ਨਾ ਨੂਰ ਜਿਸ ਮੇ ਬੇਸ਼ੁਮਾਰ ਪਿਆਰੇ ਜਿੱਥੇ ਰੋਸ਼ਨੀ ਨੂਰ ਦੀ ਚਮਕਦੀ ਏ ਮਨ ਬਾਣੀ ਨਾ ਸਕੇ ਉਹ ਚਾਰ ਪਿਆਰੇ ਨਿਰਾਕਾਰ ਨਿਰੰਜਣੀ ਜੋਤ ਵਿੱਚੋਂ ਬਣ ਕੇ ਦੁਨੀਆਂ ਤੇ ਆਉਂਦੇ ਅਵਤਾਰ ਪਿਆਰੇ ਨਿਰਾਕਾਰ ਨਿਰੰਜਣੀ ਜੋਤ ਵਿੱਚੋਂ ਬਣ ਕੇ ਦੁਨੀਆਂ ਤੇ ਆਉਂਦੇ ਅਵਤਾਰ ਪਿਆਰੇ ਥੱਥਾ ਥੱਥਾ ਥਾਨ ਅਦਵੈਤ ਨੂੰ ਉਹ ਪਾਵੇ ਜਿਹੜਾ ਤਾਰਿਆ ਸਤੂਰਾਂ ਪੂਰਿਆਂ ਦਾ ਪੰਜ ਸ਼ਬਦ ਦੀ ਰੰਗਲੀ ਰੂਹ ਹੋਵੇ ਆਸ਼ਕ ਮਸਤ ਮਲੰਗ ਤੰਬੂਰਿਆਂ ਦਾ ਪੀ ਕੇ ਮਸਤ ਪਿਆ ਲੜਾ ਨਾਮ ਵਾਲਾ ਨਸ਼ਾ ਛੱਡ ਕੇ ਆਕਤ ਤੂਰਿਆਂ ਦਾ ਨਸ਼ਾ ਨਾਮ ਦਾ ਕਦੇ ਨਾ ਉਤਰੇਗਾ ਔਖਦ ਨਾਮ ਹੈ ਰੋਗ ਵਸੂਰਿਆਂ ਦਾ ਸਰਵਨਦਾਸ ਜਿਨ ਗੁਰੂ ਦੇ ਤਰਨ ਪਕੜੇ ਲੇਖਾ ਚੁੱਕਿਆ ਜੰਮ ਜੰਮੂਰਿਆਂ ਦਾ ਸਰਵਣਦਾਸ ਜਿਨ ਗੁਰੂ ਦੇ ਚਰਨ ਪਕੜੇ ਲੇਖਾ ਚੁੱਕਿਆ ਜੰਮ ਜੰਮੂਰਿਆਂ ਦਾ ਦੱਦਾ ਦਿਲ ਦੇ ਨਾਲ ਵਿਚਾਰ ਕਰ ਲੈ ਤੇਰਾ ਅੰਤ ਨੂੰ ਸੱਜਣਾ ਯਾਰ ਕੋਈ ਨਾ ਕੱਲੀ ਜਿੰਦੜੀ ਦੁੱਖੜੇ ਜਰੇ ਤੇਰੀ ਤਦੋਂ ਦੁੱਖਾਂ ਦਾ ਆਵੇ ਸ਼ੁਮਾਰ ਕੋਈ ਨਾ ਆਰਾਮ ਨਾਮ ਦੇ ਨਾਲ ਪ੍ਰੀਤ ਕਰ ਲੈ ਪਛੋ ਤਾਵੇਂ ਨਾ ਜੰਮ ਜੰਦਾਰ ਕੋਈ ਨਾ ਪਾਪੀ ਜੀਵਨ ਲਾ ਲੋਭ ਦੇ ਵਿੱਚ ਫਸਿਆ
ਆਵੇ ਕਾਲ ਤੇ ਫਿਰ ਇਕਰਾਰ ਕੋਈ ਨਾ। ਜਦੋਂ ਜਮਾਨੇ ਆਣ ਕੇ ਕੇਸ ਪੱਟੇ, ਫਿਰ ਸੁਣੇਗਾ ਤੇਰੀ ਫਰਿਆਦ ਕੋਈ ਨਾ। ਜਦੋਂ ਜਮਾਨੇ ਆਣ ਕੇ ਕੇਸ ਪੱਟੇ, ਫਿਰ ਸੁਣੇਗਾ ਤੇਰੀ ਫਰਿਆਦ ਕੋਈ ਨਾ। ਤੱਦਾ ਤੱਦਾ ਧੰਨਵਾਦ ਆਖਾਂ ਗੁਰੂ ਦਾਤਿਆਂ ਦਾ, ਜਿਨ੍ਹਾਂ ਕੱਟ 84 ਦਾ ਗੇੜ ਦਿੱਤਾ। ਧੰਨ ਸਤਿਗੁਰੂ ਮੁਕਤ ਦੇ ਆਪ ਦਾਤੇ, ਲੇਖਾ ਜੰਮਣ ਤੇ ਮਨ ਨਿਬੇੜ ਦਿੱਤਾ। ਤਨ ਤਨ ਪੁਕਾਰ ਦੇ ਵੇਦ ਚਾਰੇ, ਖੱਟ ਸ਼ਾਸਨਾ ਜਸ ਨੂੰ ਛੇੜ ਦਿੱਤਾ। ਸ਼ੇਸ਼ ਨਾਗ ਵੀ ਨਾਮ ਦਾ ਯਸ਼ ਗਾਵੇ, ਤਾਕ ਅੰਤ ਨੂੰ ਸਬਰ ਦਾ ਫੇੜ ਦਿੱਤਾ। ਸਰਵਣ ਦਾਸ ਹੈ ਗੁਰੂ ਦੀ ਊਚ ਹਸਤੀ, ਸੱਚਾ ਸਾਕ ਸਰੂਪ ਸਹੇੜ ਦਿੱਤਾ। ਸਰਵਣ ਦਾਸ ਹੈ ਗੁਰੂ ਦੀ ਊਚ ਹਸਤੀ, ਸੱਚਾ ਸਾਕ ਸਰੂਪ ਸਹੇੜ ਦਿੱਤਾ। ਨੰਨਾ ਨੰਨਾ ਆਖਦਾ ਨਿਰਮਲੀ ਮਤ ਹੋਵੇ, ਸੰਗਤ ਗੁਰਾਂ ਦੀ ਕਰਮ ਅਨੁਸਾਰ ਹੋਵੇ। ਨਾਮ ਗੁਰੂ ਦਾ ਸਿਮਰੀਏ ਦਿਨੇ ਰਾਤੀ, ਨਾਮ ਸਿਮਰ ਭਵ ਸਾਗਰੋਂ ਪਾਰ ਹੋਵੇ। ਵੇਦ ਨੇਤ ਤੇ ਨੇਤ ਜਵਾਬ ਦਿੰਦੇ, ਉਪਮਾ ਗੁਰੂ ਦੀ ਅਪਰ ਅਪਾਰ ਹੋਵੇ। ਜੇਕਰ ਪੌਣ ਦਾ ਵੇਗ ਜੁਵਾਨ ਹੋਵੇ, ਜੀਵਾ ਇੱਕ ਤੇ ਲੱਖ ਹਜ਼ਾਰ ਹੋਵੇ। ਸਰਵਣ ਦਾਸ ਸਮੁੰਦਰੋਂ ਹੱਥ ਆਵੇ, ਯਸ਼ ਗੁਰੂ ਦਾ ਬੇਸ਼ੁਮਾਰ ਹੋਵੇ। ਸਰਵਣ ਦਾਸ ਸਮੁੰਦਰੋਂ ਹੱਥ ਆਵੇ, ਯਸ਼ ਗੁਰੂ ਦਾ ਬੇਸ਼ੁਮਾਰ ਹੋਵੇ। ਪੱਪਾ ਪੱਪਾ ਪਾਰ ਬ੍ਰਹਮ ਦੇ ਖੇਲ ਸਾਰੇ, ਰਿਖੀ ਮੁਨੀ ਸਿਧਾਂਤ ਉਚਾਰ ਹੋਈ। ਫਾਸ ਦੈਤ ਰੂਪੀ ਕਟ ਚੂਰ ਕੀਤੀ, ਗੁਰੂ ਸ਼ਬਦ ਵਿਵੇਕ ਪੁਕਾਰ ਹੋਈ। ਦੂਈ ਦੂਰ ਕੀਤੀ ਨੁਕਤਾ ਚੁੱਕ ਦਿੱਤਾ, ਜੀਵ ਈਸੀ ਦਾ ਭੇਤ ਨਿਖਾਰ ਹੋਈ। ਫਰਕ ਫਿਕਰ ਨੂੰ ਮਨੋ ਮਨਸੂਫ ਕੀਤਾ, ਸ਼ਬਦ ਸੁਰਤ ਅਭਿਆਸ ਵਡਾਰ ਹੋਈ। ਸਰਵਣ ਦਾਸ ਜਿਉਂ ਜਲ ਤਰੰਗ ਇੱਕੋ, ਉਸ਼ਣ ਕੁੱਲ ਸੁਵਰਨ ਨਿਖਾਰ ਹੋਈ। ਸਰਵਣ ਦਾਸ ਜਿਉਂ ਜਲ ਤਰੰਗ ਇੱਕੋ, ਉਸ਼ਣ ਕੁੱਲ ਸੁਵਰਨ ਨਿਖਾਰ ਹੋਈ। ਬੱਬਾ ਬੱਬਾ ਆਖਦਾ ਬ੍ਰਹਮ ਵਿਚਾਰ ਪਕੜੋ, ਤਦੋਂ ਬ੍ਰਹਮ ਦੇ ਨਾਲ ਮਿਲਾਪ ਪਿਆਰੇ। ਵਿਰਤੀ ਸ਼ੁੱਧ ਹੋਵੇ, ਆਤਮ ਦਰਸ਼ ਹੋਵੇ, ਸਾਸ ਸਾਸ ਮੇ ਸ਼ਬਦ ਦਾ ਜਾਪ ਪਿਆਰੇ। ਫੁਰਨਾ ਬੰਦ ਹੋਵੇ, ਚੱਕਰ ਦੀ ਖੇਡ ਮੁਕੀ, ਰਾਗ ਮਾਇਆ ਦਾ ਖਤਮ ਆਲਾਪ ਪਿਆਰੇ। ਮਨ ਜਿੱਤਿਆਂ ਜਗਤ ਕੋ ਜਿੱਤ ਬੈਠਾ, ਟੁੱਟ ਗਿਆ ਸੀ ਪੁੰਨ ਤੇ ਪਾਪ ਪਿਆਰੇ। ਸਰਵਣ ਦਾਸ ਸੰਸਾਰ ਨੂੰ ਜਾਣ ਫੁਰਨਾ, ਫੁਰਨਾ ਬੰਦ ਤੇ ਆਪਣਾ ਆਪ ਪਿਆਰੇ। ਸਰਵਣ ਦਾਸ ਸੰਸਾਰ ਨੂੰ ਜਾਣ ਫੁਰਨਾ, ਫੁਰਨਾ ਬੰਦ ਤੇ ਆਪਣਾ ਆਪ ਪਿਆਰੇ। ਪੱਬਾ ਪੱਬਾ ਭਾਗ ਤੇ ਆਗ ਕੇ ਭਾਗ ਮਾਇਆ, ਬਿਰਤ ਆਤਮਾ ਨਾਲ ਅਨੂਪ ਜਾਣੋ। ਮਨੋ ਪਰਮ ਦੀ ਪਾਸ ਨੂੰ ਭਸਮ ਕਰਕੇ, ਪਾਗਾਂ ਬਾਲੜੇ ਆਤਮਾ ਰੂਪ ਜਾਣੋ। ਭਟਕਣ ਭਾਗ ਜਾਵੇ,
स्थिति मन पकड़े मन जितया दुख मन सुख जानो भला कर्म कर निर्मली मत होवे प्रगट आत्मा सत स्वरूप जानो भला कर्म कर निर्मली मत होवे प्रगट आत्मा सत स्वरूप जानो मम्मा मम्मा मूर्खता भार नू सिट सिर तो सपरसियों प्या बनाई जाना कलर जल तो प्यास ना मिटे तेरी डिठा ठूठ ते चोरत काई जाना नाभी विच कस्तूरी दी वास तेरे मिर्ग वांग उजाड़ में थाई जाना सिपी देख के फुलदा चित्ती अंदर चांदी समझ के लोभ वधाई जाना सरवण दास जी रमज दा भेद दिता बाजे कूड दे क्यों बजाई जाना सरवण दास जी रमज दा भेद दिता बाजे कूड दे क्यों बजाई जाना यैया यार दिलदार नू भुल बैठा क्यों यार संसार बनायोई कदी विच दरिया दे देखिया ना पकड़ पकड़ के जीवा नू खायोई जिड़ा हथ आया उही पार किता फिर उस नाल प्यार बधायोई सरवण दास जी दस दे पारोला किथे बोलिया कन लगायोई सरवण दास जी दस दे पारोला किथे बोलिया कन लगायोई रारा आखदा राम दा नाम सिमरो मम्मा नाल मिलाए के राम बनिया राम सिमर कबीर कबीर होया राम रड़त वाल्मीक दा काम बनिया राम राम नाम ध्यान गुरु मूर्ति मंत्र राम है मुक्ति थाम बनिया राम सिमर मन जमा तो मिले छुट्टी मंत्र राम दा ही आठो जाम बनिया सतगुरे आख दे सिमर ले राम ताई उस राम तो ही गुलस्तान बनिया सतगुरे आख दे सिमर ले राम ताई उस राम तो ही गुलस्तान बनिया लल्ला लल्ला आखदा लखां दा लाल सी तू मिलके गुरु ना की तड़ी पाल बंदे लख खूबन में सुरती खूबी तेरी पूरे गुरां दी कीती ना पाल बंदे रोम रोम दे बेच महबूब रमिया कुंडे रगड़िया मेहंदियों लाल बंदे जिमें कमल दी कली में अत्र मिलिया आपे अत्र ते आप गुलाब बंदे सरवण दास जी रमज नू याद रखो मिटे गमन ते बत ना काल बंदे सरवण दास जी रमज नू याद रखो मिटे गमन ते बत ना काल बंदे वाह वाह वरन ते पेख सब परम जितने माया अपने रंग बटाई जांदी चेतन सत्या नाल मिलाप करके माया जगत में खेड़ दिखाई जांदी जीव ना तरिया मिट्टी पुतले दा बाजी गर ज्यों नाच नचाई जांदी इस जीव ते तीसरे नाल माया ए आद अनाद कराई जांदी
ਸਰਵਣ ਦਾਸ ਅਸੰਗ ਹੈ ਸਦਾ ਚੇਤਨ, ਮਿਕਨਾ ਤੀਸ ਜਿਉ ਜਗ ਭਰਮਾਈ ਜਾਂਦੀ। ਸਰਵਣ ਦਾਸ ਅਸੰਗ ਹੈ ਸਦਾ ਚੇਤਨ, ਮਿਕਨਾ ਤੀਸ ਜਿਉ ਜਗ ਭਰਮਾਈ ਜਾਂਦੀ। ਅੜਾੜਾ ਅੜਾੜਾ ਆਖਦਾ ਮਿਟੇਗੀ ਡਾੜ ਮਨ ਦੀ, ਖੁੱਲ ਜਾਣਗੇ ਬੰਦ ਕੁਵਾੜ ਤੇਰੇ, ਜਗਤ ਆਤਮਾ ਸਿੰਧ ਤਰੰਗ ਇੱਕੋ, ਨਿਮਕ ਪੂਤਲੀ ਜਲ ਵਿਚਕਾਰ ਤੇਰੇ। ਕਟ ਮਿਰਤ ਕਾ ਕੁਸ਼ਨ ਸਰਬ ਸੋਨਾ, ਵਿੱਚ ਅਗਨ ਦੇ ਰੂਪ ਚੰਗਿਆਰ ਤੇਰੇ। ਮਾਰੂ ਥਲ ਬਾਂਗਰ ਜਗਤ ਪਾਸਦਾ ਏ, ਸ਼ਸ਼ ਸਿੰਘ ਤੇ ਤਨਖ ਗਗਨਾਰ ਤੇਰੇ। ਸਰਵਣ ਦਾਸ ਹੈ ਮਿਥਿਆ ਜਗਤ ਜਾਨੋ, ਅਮਰ ਰਹੇ ਜੋ ਸਦਾ ਦਾ ਤਾਰ ਤੇਰੇ। ਸਰਵਣ ਦਾਸ ਹੈ ਮਿਥਿਆ ਜਗਤ ਜਾਨੋ, ਅਮਰ ਰਹੇ ਜੋ ਸਦਾ ਦਾ ਤਾਰ ਤੇਰੇ। ਸੰਤ ਹਰੀਦਾਸ ਜੀ ਵੱਲੋਂ ਗੁਰੂ ਉਪਮਾ ਦੋਹਰਾ। ਚਰਨ ਕਮੋਦ ਸਰੋਜ ਪੈ, ਨਿਮਸ਼ਕਾਰ ਮਮ ਜਾਨ, ਪੁਲਕ ਤਿਆਂਗ ਸਰੀਰ ਕੇ, ਮਾਰਗ ਕੀਆ ਪਛਾਨ। ਪੁਲਕ ਤਿਆਂਗ ਸਰੀਰ ਕੇ, ਮਾਰਗ ਕੀਆ ਪਛਾਨ। ਚੌਪਾਈ ਤਨ ਥਨ ਗੁਰਵਤ ਕਿਰਪਾਲੋ, ਮਮਦਾਰ ਦਿਲ ਅਤੇਕ ਟਾਲੋ, ਗੁਰੂ ਨਾਨਕ ਰੀਠੇ ਜੀਵ ਕੀ ਨੋ ਮੇਠਾ, ਗੁਰੂ ਉਪਦੇਸ਼ ਹੁਆਤ ਨੀਠਾ, ਮਮ ਦਿਲ ਤਪਤ ਅਗਨ ਬੁਝਾਈ, ਨਾਮ ਕਥਾ ਕਹਿ ਬਾਰਿਸ਼ ਬਰਸਾਈ, ਰੋਮ ਰੋਮ ਮਮ ਅਤ ਹਰ ਖਾਨਾ, ਪੁਨ ਪੁਨ ਬੰਦਨ ਹੋ ਪਰਵਾਨਾ, ਤਨ ਤਨ ਹੋ ਗੁਰ ਗੰਗ ਸਰੂਪਾ, ਯਸ਼ ਗੁਰੂ ਕਾ ਅਤ ਉੱਚ ਅਨੂਪਾ, ਨਾਮ ਰੂਪ ਗੁਰ ਨਾਉ ਚਲਾਵਤ, ਭਗਤ ਜਨੋ ਗਣ ਪਾਰ ਲੰਘਾਵਤ, ਨਾਮ ਰੂਪ ਗੁਰ ਨਾਉ ਚਲਾਵਤ, ਭਗਤ ਜਨੋ ਗਣ ਪਾਰ ਲਗਾਵਤ। ਮਾਇਆ ਕੇ ਰਚਤ ਜੀਵ ਸਦਾ ਅਗਿਆਨ ਨਹਿ, ਗੁਰੂ ਕੀ ਮਿਹਰ ਸੇ ਗਿਆਨ ਨਿਜ ਪਾਏ ਹੈ। ਮਾਇਆ ਕੇ ਚੱਕਰ ਜੀਵ ਫਿਰਤ ਚੁਰਾਸੀ ਵਿੱਚ, ਨਾਮ ਰੂਪ ਦੀਪ ਗੁਰ ਖੱਟ ਨੇ ਜਗਾਏ ਹੈ। ਈਸ਼ਵਰ ਬੇਅੰਤ ਅਤ ਸੁਖਮ ਨਰੰਗ ਰੂਪ, ਗੁਰੂ ਕੀ ਮਿਹਰ ਨਿਜ ਕਟ ਨੇ ਦਿਖਾਏ ਹੈ। ਗੁਰੂ ਗੁਰੂ ਜਪ ਤਾਪ ਤੀਨ ਹੀ ਬੁਲਾਏ ਜਾਤ, ਕਹੇ ਹਰਿਦਾਸ ਸਦਾ ਗੁਰੂ ਕੀ ਪੁਜਾਏ ਹੈ। ਗੁਰੂ ਗੁਰੂ ਜਪ ਤਾਪ ਤੀਨ ਹੀ ਬੁਲਾਏ ਜਾਤ, ਕਹੇ ਹਰਿਦਾਸ ਸਦਾ ਗੁਰੂ ਕੀ ਪੁਜਾਏ ਗੈ। ਅਬ ਅੱਗੇ ਵਿਵੇਕ ਪ੍ਰਕਰਨ ਵਰਣਨ ਦੋਹਰਾ। ਗੁਰਪਗ ਉਰ ਧਿਆਨ ਥਰ,
ਬੰਦਤ ਬਾਰ ਅਨੇਕ ਮਤ ਪ੍ਰਗਟ ਕਰ ਦਾਸ ਦੀ ਉਪਜੇ ਬੁੱਧ ਵਿਵੇਕ ਮਤ ਪ੍ਰਗਟ ਕਰ ਦਾਸ ਦੀ ਉਪਜੇ ਬੁੱਧ ਵਿਵੇਕ ਪ੍ਰਸ਼ਨ ਸੰਤ ਹਰੀਦਾਸ ਵਾਰਤਕ ਹੇ ਸਤਿਗੁਰ ਪਰਮ ਕਿਰਪਾ ਕੇ ਕਰਨੇ ਵਾਲੇ ਕਿਰਪਾਲੂ ਦਿਆਲੂ ਜੀ ਆਪਨੇ ਕਿਰਪਾਲਤਾ ਕਰਕੇ ਸਭ ਸੰਗਤ ਕੇ ਹਿਤਾਰਥ ਪਰਮ ਪਵਿੱਤਰ ਪਦਾਰਥ 35 ਅੱਖਰਾਂ ਦੁਆਰਾ ਨਿਰੂਪਣ ਕਰਕੇ ਸ਼ਾਂਤੀ ਬਖਸ਼ੀ ਹੈ। ਜਿਸ ਤਰ੍ਹਾਂ ਜੇਠਾੜਵੇਂ ਜਲਦੀ ਬਲਦੀ ਧਰਤੀ ਨੂੰ ਪ੍ਰਿਥਵੀ ਪਤ ਇੰਦਰ ਬਾਰਿਸ਼ ਵਰਸਾ ਕਰ ਠੰਡੀ ਸੀਤਲ ਕਰ ਦਿੰਦਾ ਹੈ, ਤਦ ਪ੍ਰਿਥਵੀ ਮੇਂ ਹਰੀ ਭਰੀ ਸਬਜ਼ੀ ਹਰ ਤਰਫੋਂ ਨੇਤਰਾਂ ਨੂੰ ਠੰਡ ਪਾਉਣ ਵਾਲੀ ਨਜ਼ਰ ਆਉਣ ਲੱਗ ਜਾਂਦੀ ਹੈ। ਉਸੇ ਤਰ੍ਹਾਂ ਮੇਰੇ ਹਿਰਦੇ ਦੀ ਕਾਮ ਕ੍ਰੋਧ ਆਦਿ ਦੀ ਅਗਨੀ ਵਿੱਚੋਂ ਜਲਦੀ ਬਲਦੀ ਰੂਹ ਨੂੰ ਅੰਮ੍ਰਿਤ ਰੂਪ ਵਿਚਾਰ ਔਰ ਉਪਦੇਸ਼ ਰੂਪੀ ਬਾਰਸ ਵਰਸਾ ਕੇ ਮੇਰੇ ਮਨ ਤਨ ਬੁੱਧ ਰੂਪੀ ਖੇਤੀ ਨੂੰ ਸਦਾ ਵਾਸਤੇ ਹਰੀ ਭਰੀ ਕਰਕੇ ਜ਼ਿੰਦਗੀ ਅਮਰ ਬਣਾ ਦਿੱਤੀ ਹੈ ਜੀ। ਇਹ ਐਸੇ ਪ੍ਰਮਾਣ ਬ੍ਰਹਮ ਗਿਆਨ ਸਮਦਾਨ ਨਾ ਧਰਮ ਨਾ ਦਇਆ ਸਮਾਂ ਇਸ ਦੁਨੀਆਂ ਮੈਂ ਸਤਿਗੁਰ ਜੇਵੜ ਦਾਤਾ ਕੋਈ ਨਹੀਂ ਸੋ ਸਰਵ ਭੰਡਾਰ ਦੇ ਮਾਲਕ ਆਪ ਹੋ। ਮੈਂ ਆਪ ਦੇ ਦਰ ਦਾ ਭਿਕਸ਼ਕ ਆਪ ਦੀ ਭੇਟਾ ਕਿਸ ਵਸਤੂ ਦੀ ਅੱਗੇ ਰੱਖਾਂ ਕੋਈ ਐਸੀ ਚੀਜ਼ ਨਜ਼ਰ ਨਹੀਂ ਆਉਂਦੀ। ਕਵਿਤ ਫੂਲਨ ਕੀ ਭੇਟਾ ਕਰਾਂ ਭੋਰਿਆਂ ਵਿਗਾੜੇ ਸਭ ਜਲ ਕੇ ਵਿਗਾੜੇ ਮੀਨ ਸੂਤ ਕਮਲਾਵ ਤੋ ਠੰਡਾ ਤੱਤਾ ਜਾਲੀ ਕਿਤੇ ਬੂਰ ਨੇ ਵਿਗਾੜ ਦੀਨਾ ਸੁਤੇ ਹੀ ਸੁਭਾਵ ਜਲ ਠਹਿਰਨੇ ਨ ਪਾਵ ਤੋ ਪਾਰਸ ਪੱਥਰ ਸੋਨਾ ਲੋਹੇ ਕੋ ਬੁਨਾਵਤ ਹੈ ਗੁਰੂ ਸਿੱਖ ਮਿਲ ਕਰ ਗੁਰੂ ਹੀ ਬਨਾਵ ਤੋ ਗੁਰੂ ਦੇ ਪੁਜਾਰੀ ਹੀਰੇ ਲਾਲ ਨਾ ਸਮਾਨ ਕਹੂੰ ਨਾਮ ਕੇ ਸਮਾਨ ਹੈ ਬਭੂਤ ਨਾ ਕਹਾਵ ਤੋ ਯਸ ਨਾ ਸੁਣਾਏ ਸਕੂੰ ਉਪਮਾ ਨ ਗਾਏ ਸਕੂੰ ਰੂਪ ਨਾ ਬਤਾਏ ਮੇਰੀ ਰਸ ਨਾ ਟਿਕਾਵ ਤੋ ਪੀਤ ਨਾ ਬਤਾਏ ਸਕੂੰ ਸੁਰਤ ਨਾ ਟਿਕਾਏ ਸਕੂੰ ਰੰਗ ਨਾ ਬਤਾਏ ਪੁਨੇ ਧਾਮ ਨਾ ਬਤਾਵ ਤੋ ਮਨ ਕੀ ਦਲੀਲ ਕਹੂੰ ਗੁਰੂ ਸੇ ਅਪੀਲ ਕਹੂੰ ਜੁੜ ਕਰ ਦੋ ਨਿਰਾਸੀਸ ਹੀ ਨਿਵਾਵ ਤੋ ਕਹਿ ਹਰੀਦਾਸ ਮੰਗਾ ਖਿਮਾ ਹੀ ਕਾ ਦਾਨ ਮੈਥੋਂ ਉਪਮਾ ਨ ਹੋਤ ਪੁਨ ਰਸਨਾ ਥਕਾਵ ਤੋ ਕਹਿ ਹਰੀਦਾਸ ਮੰਗੂ ਖਿਮਾ ਹੀ ਕਾ ਦਾਨ ਮੈਥੋਂ ਉਪਮਾ ਨ ਹੋਤ ਪੁਨ ਰਸਨਾ ਥਕਾਵ ਤੋ ਵਾਰਤਕ ਉਹਨਾਂ ਹਰੀਦਾਸ ਜੀ ਹੱਥ ਜੋੜ ਕਰ ਸ਼੍ਰੀ ਸਤਿਗੁਰਾਂ ਅੱਗੇ ਬੇਨਤੀ ਕਰਕੇ ਆਪਣੇ ਮਨ ਦਾ ਸੰਕਲਪ ਪੇਸ਼ ਕਰ ਬੋਲੇ ਕਿ ਹੇ ਪਰਮ ਦਿਆਲੂ ਸਤਿਗੁਰੂ ਜੀ ਆਪ ਸਭ ਸੰਗਤ ਕੋ ਨਾਮ ਰੂਪ ਜਹਾਜ਼ ਮੇਂ ਬੈਠਾ ਕਰ ਸੰਸਾਰ ਸਾਗਰ ਤੋਂ ਪਾਰ ਕਰਨੇ ਕੋ ਭਗਵਾਨ ਜੀ ਨੇ ਆਪ ਕੋ ਮਲਾਹ ਰੂਪ ਦੁਨੀਆਂ ਮੇਂ ਭੇਜਿਆ ਹੈ। ਸੋ ਜਦੋਂ ਦੇ ਦੁਨੀਆਂ ਮੇਂ ਆਏ ਹੋ ਆਪਣਾ ਫਰਜ਼ ਸਮਝ ਕੇ ਅਦਾ ਕਰ ਰਹੇ ਹੋ, ਸੰਗਤ ਕੋ ਤਾਰ ਰਹੇ ਹੋ। ਕਿਸੇ ਨੂੰ ਤਨ ਮੇਂ ਦੁੱਖ ਹੈ ਤਾਂ ਦਵਾਈ ਸੇ ਦੂਰ ਕਰਦੇ ਹੋ, ਜਿਸ ਨੂੰ ਮਨ ਦਾ ਦੁੱਖ ਹੈ ਤਾਂ ਵਿਚਾਰ ਉਪਦੇਸ਼ ਕਰਕੇ ਦੂਰ ਕਰ ਦਿੰਦੇ ਹੋ, ਔਰ ਤੁਹਾਨੂੰ ਕੋਈ ਜਗਵੇਂ ਲੰਗਰਮੇ ਸਾਧ ਸੰਗਤ ਨੂੰ ਛਕਾ ਕਰ ਤਨ ਸਫਲਾ ਕਰਾ ਰਹੇ ਹੋ। ਇਸੇ ਤਰ੍ਹਾਂ ਮੇਰੇ ਮਨ ਦੇ ਸੰਸੇ ਕੋ ਨਿਵਰਤ ਕਰੋ, ਜਿਸ ਤਰ੍ਹਾਂ ਵਿਚਾਰ ਰੂਪ ਪਦਾਰਥ ਸਮਝਣੇ ਯੋਗ ਜੋ ਕਥਨ ਕੀਤਾ ਹੈ, ਪਰੰਤੂ ਜਿਸ ਨੂੰ ਪਦਾਰਥਾਂ ਦਾ ਸਾਰ ਅੰਸ਼ ਵਿਵੇਕ ਕਥਨ ਕਰਦੇ ਹੈ ਵਿਵੇਕੀ ਜਨ, ਉਸ ਵਿਵੇਕ ਦਾ ਭਿੰਨ ਭਿੰਨ ਰੂਪ ਔਰ ਨਾਮ ਵਰਣਨ ਕਰੋ। ਮੇਰੇ ਮਨ ਕਾ ਸੰਕਲਪ ਹੈ ਕਿ ਮੈਂ ਸਰਵ ਵੇਦਾਂਤ ਕਾ ਸਾਰ ਅੰਸ਼ ਵਿਵੇਕ ਨਿਰਣਾ ਸਰਵਣ ਕਰੂੰ। ਔਰ ਵੀ ਸੰਗਤ ਸੁਣ ਕਰ ਕਿਰਤਾਰਥ ਹੋਵੇਗੀ, ਹੋਰ ਵੀ ਕਈ ਰੂਹਾਂ ਵਿਚਾਰ ਕਰਕੇ ਕਿਰਤਾਰਥ ਹੋਵਣਗੀਆਂ। ਜਿਸ ਤਰ੍ਹਾਂ ਸਰੀਰ ਰੂਪੀ ਇੰਜਨ ਪੁਰਜੇ ਪੁਰਜੇ ਜੋੜ ਕੇ ਚਾਲੂ ਕੀਤਾ ਗਿਆ ਹੈ, ਕਿਰਪਾ ਕਰਕੇ ਵਿਵੇਕ ਪ੍ਰਕਰਣ ਨਿਰੂਪਣ ਕਰੋ। ਜਦ ਇਸ ਪ੍ਰਕਾਰ ਸੰਤ ਹਰੀਦਾਸ ਜੀ ਨੇ ਅਰਜ਼ ਪੇਸ਼ ਕੀਤੀ ਤਦ ਸਤਿਗੁਰੂ ਜੀ ਮੁਸਕਰਾ ਕਰਕੇ ਦਿਆਲਗੀ ਸੇ ਕਿਰਪਾਲਤਾ ਸੇ ਬੋਲੇ
ਉੱਤਰ ਦੋਹਰਾ। ਜਨ ਅਧਿਕਾਰੀ ਸਿੱਖ ਕੋ ਸਤਿਗੁਰੂ ਹੋਏ ਦਿਆਲ, ਰੂਪ ਵੇਖ ਵਿਸਾਰ ਕੇ ਕਰਤ ਪਇਓ ਕਿਰਪਾਲ। ਰੂਪ ਵੇਖ ਵਿਸਾਰ ਕੇ ਕਰਤ ਪਇਓ ਕਿਰਪਾਲ। ਦੋਹਰਾ। ਹਰੀਦਾਸ ਸੁਣ ਕਾਨ ਧਰ, ਵਰਣਨ ਕਰੂੰ ਵਿਵੇਕ, ਮ੍ਰਿਤ ਮੰਡਲ ਸਭ ਨਿਸ਼ਟ ਹੈ ਅਮਰੇ ਆਤਮਾ ਏਕ। ਤਬ ਸ਼੍ਰੀ ਗੁਰੂ ਜੀ ਕਿਰਪਾ ਕੇ ਕਰਨੇ ਵਾਲੇ ਪਿਆਰੀ ਰਸੀਲੀ ਬਾਣੀ ਸੇ ਬੋਲੇ ਕਿ ਹੇ ਉੱਤਮ ਇੱਛਾ ਵਾਲੇ, ਇਹ ਜੋ ਤੈਨੇ ਪ੍ਰਸ਼ਨ ਕੀਤਾ ਹੈ, ਇਨ ਗਿਣਤੀਆਂ ਮਿਣਤੀਆਂ ਸੇ ਮਨ ਨਿਸ਼ਚਲ ਨਹੀਂ ਹੋਤਾ। ਆਤਮਾ ਸਦਾ ਨਿਰਲੇਪ ਹੈ। ਜਿਤਨਾ ਲਾਭ ਨਾਮ ਕੇ ਸਿਮਰਨ ਸੇ ਹੈ, ਉਤਨਾ ਤਰੱਕੀ ਫਾਇਦਾ ਹੋਰ ਕਿਸੇ ਸਾਧਨ ਸੇ ਨਹੀਂ। ਪਰੰਤੂ ਤੈਨੇ ਜੋ ਸਭ ਸੰਗਤ ਦੇ ਭਲੇ ਵਾਸਤੇ ਪ੍ਰਸ਼ਨ ਕੀਤਾ ਹੈ, ਠੀਕ ਹੈ। ਉੱਤਮ ਅਧਿਕਾਰੀ ਕੋ ਵਿਵੇਕ ਦਾ ਨਿੰਨਾ ਸਮਝਣਾ ਜ਼ਰੂਰੀ ਹੈ। ਸਰੀਰ ਪਿੰਡ ਕਾ ਪਤਾ ਕਰਨਾ ਲਾਜ਼ਮੀ ਹੈ। ਅਬ ਅੱਗੇ ਵਿਵੇਕ ਨਿਰਣਾ ਪ੍ਰਕਰਨ ਚੱਲਿਆ, ਪ੍ਰੇਮ ਸੇ ਸੁਣਨਾ ਚਾਹੀਏ। ਦੋਹਰਾ। ਅਲਖ ਅਗੋਚਰ ਗਮ ਜੋ ਨਿਰਾਕਾਰ ਨਿਰਦੇਸ਼, ਰੇਖ ਭੇਖ ਰੰਗਹੀਨ ਜੋ ਚੱਕਰ ਚਹਿਨ ਨਿਰਭੇਸ਼, ਰੇਖ ਭੇਖ ਰੰਗਹੀਨ ਜੋ ਚੱਕਰ ਚਹਿਨ ਨਿਰਭੇਸ਼, ਅਫੁਰ ਬ੍ਰਹਮ ਸਦਾ ਏਕ ਹੈ ਸੁਤੰਤਰ ਫੁਰਨਾ ਧਾਰ, ਫੁਰਨਾ ਰੂਪ ਆਕਾਰ ਹੈ ਰਚਿਤ ਭਇਆ ਸੰਸਾਰ। ਟੀਕਾ। ਸ਼੍ਰੀ ਸਤਿਗੁਰੂ ਸਰਵਨ ਦਾਸ ਜੀ ਉਚਾਰਨ ਕੀਤਾ ਹੈ ਕਿ ਇਹ ਅਫੁਰ ਬ੍ਰਹਮ ਕੋ ਫੁਰਨਾ ਹੁਆ, ਤਿਸ ਫੁਰਨੇ ਸੇ ਜਗਤ ਦੀ ਉਤਪਤੀ ਹੈ। ਤਬ ਉੱਤਮ ਅਧਿਕਾਰੀ ਹਰੀਦਾਸ ਜੀ ਅਰਜ ਕੀਤੀ ਕਿ ਇਸ ਬਚਨ ਸੇ ਮੇਰੇ ਮਨ ਵਿੱਚ ਸੰਸਾ ਪੈਦਾ ਹੋਇਆ। ਉਹ ਸੰਸਾ ਇਹ ਹੈ ਕਿ ਜੋ ਆਪ ਜੀ ਕਥਨ ਕਰ ਚੁੱਕੇ ਹੈ ਕਿ ਬ੍ਰਹਮ ਅਫੁਰ ਹੈ, ਜਾਂ ਬ੍ਰਹਮ ਅਫੁਰ ਹੈ ਤਾਂ ਉਸਮੇ ਫੁਰਨਾ ਕਿੱਥੋਂ ਆਇਆ। ਤਬ ਸ਼੍ਰੀ ਗੁਰੂ ਜੀ ਕਥਨ ਕੀਤਾ ਕਿ ਇੱਕ ਬ੍ਰਹਮ ਸੇ ਫੁਰਨਾ ਇਸ ਤਰ੍ਹਾਂ ਸਮਝਣਾ ਕਿ ਜਿਸ ਤਰ੍ਹਾਂ ਜਲ ਸੇ ਤਰੰਗ ਬੁਧਵਦਾ ਪੈਦਾ ਹੋਵੇ ਹੈ। ਜਬ ਇਸ ਪ੍ਰਕਾਰ ਬਚਨ ਸੁਣਿਆ ਤਾਂ ਸਿੱਖ ਨੇ ਹੱਥ ਜੋੜ ਕਰ ਕਿਹਾ, ਹੇ ਗੁਰੂ, ਜਲ ਮੇਂ ਬੁਧਵਦਾ ਪਾਉਣ ਦੀ ਉਪਾਧੀ ਸੇ ਹੋਵੇ, ਬ੍ਰਹਮ ਮੇਂ ਕੋਈ ਉਪਾਧੀ ਨਹੀਂ, ਫੁਰਨਾ ਹੋਣੇ ਕਾ ਕੋਈ ਕਾਰਨ ਮੰਨਤਾ ਨਹੀਂ, ਕਿਸੇ ਪ੍ਰਮਾਣ ਸੇ ਸਮਝਾਵੋ ਜੀ। ਤਬ ਸ਼੍ਰੀ ਸਤਿਗੁਰੂ ਇੱਕ ਪ੍ਰਮਾਣ ਸੇ ਅਫੁਰ ਬ੍ਰਹਮ ਵਰਣਨ ਕਰਤੇ ਹੈਂ। ਕਵੇ ਸੂਰਜ ਕੀ ਸੱਤਾ ਜਿਵੇਂ ਪਾਵਕ ਜਗਾਏ ਸ਼ੀਸ਼ਾ, ਕਾਸੇ ਔਰ ਫੂਸ ਸਭ ਚੀਜ਼ ਕੋ ਜਲਾਵ ਤੋ, ਚੁੰਬਕ ਦੀ ਸੱਤਾ ਲੋਹਾ ਨਾਚਤ ਚਿਤਨ ਹੋ ਕੇ, ਚੁੰਬਕ ਨਾ ਹਾਥ ਕਵੀ ਲੋਹੇ ਕੋ ਲਗਾਵ ਤੋ, ਸੂਰਜ ਦੀ ਸੱਤਾ ਜਿਵੇਂ ਅੱਖੀਆਂ ਨੂੰ ਰੂਪ ਆਵੇ, ਰਵੀ ਪ੍ਰਕਾਸ਼ ਨੈਣ ਰੂਪ ਕੋ ਦਿਖਾਵ ਤੋ, ਤੈਸੇ ਤੁਮ ਚੇਤਨ ਕੋ ਅਕਰੇ ਵਿਚਾਰ ਲੈਣਾ, ਮਾਇਆ ਜੜ ਰੂਪ ਕੁਲ ਜਗਤ ਰਚਾਵ ਤੋ, ਤੈਸੇ ਤੁਮ ਚੇਤਨ ਕੋ ਅਕਰੇ ਵਿਚਾਰ ਲੈਣਾ, ਮਾਇਆ ਜੜ ਰੂਪ ਕੁਲ ਜਗਤ ਰਚਾਵ ਤੋ। ਟੀਕਾ। ਸ਼੍ਰੀ ਗੁਰੂ ਜੀ ਟੀਕਾ ਕਰਕੇ ਸਮਝਾਉਣੇ ਲੱਗੇ ਕਿ ਜਿਸ ਤਰ੍ਹਾਂ ਸੂਰਜ ਹਜ਼ਾਰਾਂ ਮੀਲਾਂ ਦੇ ਫਾਸਲੇ ਪਰ ਹੁੰਦਾ ਹੈ, ਤਬ ਆਤਸ਼ੀ ਸ਼ੀਸ਼ਾ ਸੂਰਜ ਦੀ ਰੋਸ਼ਨੀ ਆਪਣੇ ਹੀ ਆਪ ਆਤਿਸ਼ ਪੈਦਾ ਕਰਕੇ ਅੰਬਾਰੋਂ ਕੇ ਅੰਬਾਰ ਲੱਕੜਾਂ ਜੋ ਕੋਈ ਚੀਜ਼ ਹੋਵੇ ਸਭ ਕੋ ਭਸਮ ਕਰ ਦਿੰਦਾ ਹੈ। ਇਸੇ ਤਰ੍ਹਾਂ ਜਬ ਪੂਰਬ ਦੀ ਤਰਫ ਸੇ ਸੂਰਜ ਰੋਸ਼ਨੀ ਦਿੰਦਾ ਤਬ ਨੇਤਰ ਸਰਵ ਵਸਤੂ ਕੋ ਰੂਪ ਕੋ ਦੇਖ ਲੈਂਦੇ ਹਨ। ਇਸੇ ਤਰ੍ਹਾਂ ਚੁੰਬਕ ਦੀ ਤਾਕਤ ਪਾ ਕੇ ਲੋਹਾ ਜੜ ਵਸਤੂ ਹੈ ਪਰ ਚੇਤਨ ਦੀ ਤਰ੍ਹਾਂ ਨਿਰਤਕਾਰੀ ਕਰਨ ਲੱਗ ਜਾਂਦਾ ਹੈ। ਇਸ ਪ੍ਰਮਾਣ ਦੇ ਮੁਤਾਬਿਕ ਬ੍ਰਹਮ ਅਫੁਰ ਹੈ, ਉਸ ਬ੍ਰਹਮ ਦੀ ਤਾਕਤ ਪਾ ਕੇ ਜੜ ਮਾਇਆ ਚੇਤਨ ਹੋ ਕੇ ਜਗਤ ਰਚਣ ਲੱਗ ਜਾਂਦੀ ਹੈ। ਅੱਗੇ ਰਚਨਾ ਦੀ ਵਜ੍ਹਾ ਵਰਣਨ ਕਰਦੇ ਹਨ ਕਿ ਜੋ ਸੱਚਿਤ ਆਨੰਦ ਬ੍ਰਹਮ ਸੁਤੰਤਰ ਅਵਿਚਲ ਹੈ ਸੀ, ਜਿਸ ਕੋ ਇੱਛਾ ਹੋਈ ਕਿ ਮੈਂ ਇੱਕ ਤੋਂ ਅਨੇਕ ਰੂਪ ਪ੍ਰਗਟ ਕਰੂੰ, ਜੈਸੇ ਕਿ ਏਕੋ ਅਹੰ ਬਹੁ ਸ਼ਾਮ, ਇਸ ਬਾਣੀ ਰੂਪ ਫੁਰਨਾ ਤੇ
शक्ति माया पैदा होकर त्रिदाहंकार रजो सतो तमो की उत्पत्ति पांच भूत रूप रंग नाटक रूप दिखालने लगी। जब मोह तत् प्रकट हुआ आकाश का श्याम रंग शब्द गुण तिस आकाश के एक हिस्से में से वायु प्रकट हुई। वायु का वेग स्वभाव शब्द स्पर्श दो गुण है। इस पवन के एक हिस्से विचो अग्नि प्रकट हुई। अग्नि दा उष्ण जाने तत्ता दाहक जाने जाल देना प्रकाश जाने चरणा करना उष्ण दाहक प्रकाश रूप तीन है। शब्द स्पर्श रूप तीन गुण है। अग्नि दे एक भाग से जल पैदा हुआ ते जल दा द्रवता स्वभाव है। शब्द स्पर्श रूप रस चार गुण है ते जल दे एक हिस्से विचो पृथ्वी उत्पत्ति है। पृथ्वी का स्वभाव कठिन है। शब्द स्पर्श ते जल दा द्रवता स्वभाव है। शब्द स्पर्श रूप रस चार गुण है ते जल दे एक हिस्से विचो पृथ्वी उत्पत्ति है। पृथ्वी का स्वभाव कठिन है। शब्द स्पर्श रूप रस गंध पांच गुण है। तिस पृथ्वी के सप्तदीप नवखंड पिंड ब्रह्मांड प्रगट चौदह पवन हुए। अगे इन पांचों का खाजा दसते हैं। आकाश का खाना शब्द कुशब्द पौन का खाजा परस स्पर्श अग्नि का खाजा रूप कुरूप जल का खाजा रस कुरस पृथ्वी का खाजा गंध सुगंध आकाश का रंग काला वायु का रंग सब्ज है अग्नि का रंग लाल जल का रंग सफेद है पृथ्वी का रंग पीला। दृष्टांत पुअंकर दा आकाश का स्वाद कड़वा है वायु का जायका खट तुरस है अग्नि का जायका चरपरा है जल का जायजा खारा है पृथ्वी का जायजा मिठा है आकाश का वास शीश में वायु का वास नाभि चक्कर में है पृथ्वी वास कट में है जाने लक में है। आकाश तत्व पंच प्रकार का है काम क्रोध लोभ मोह अहंकार वायु तत्व पंच प्रकार का है तौना उछलना प्रसन्ना संकोचता चंचलता अगन तत् पंच प्रकार का होया। सुधा पिपासा आलसा निंद्रा क्रांति जल तत् पंच प्रकार का है पित रित रेत स्वेत लाला पृथ्वी तत् पंच प्रकार का है अस्त मास नाड़ी तुचा रोम यह सब मिलकर पच्ची प्रकृत माया के नाना भेद रूप रचना किते हैं। इन प्रकृति माया ते अकाल पुरुष परे है परमान राम एक आनंद स्वरूपा प्रकृति परे पुन पुरख अनुपा रजो सतो तमो तीन गुण है मन बुद्ध चित अहंकार चार अंतस्करण इस पिंड दे मालिक है। चार अंतस्करण दी चेष्टा आपो अपने अधिदेव देवता के आसरे है। इनके देवता कौन कौन है सो वखरे वखरे श्रवण करो। मन का देवता चंद्रमा है बुद्ध का देवता ब्रह्मा है चित का देवता विष्णु है हंकार का देवता रुद्र है। अगे हुण चार अंतस्करण दियां बिरतियां श्रवण करो। राग द्वैख हरक सोख लिहा ये पंज प्रकिरतां मन दियां हैं। ज्ञान अज्ञान विवेक विचार ते निश्चा ये पंज प्रकिरतां बुद्ध दियां हैं। याद लै लगन चिंता भरम ये पंज प्रकिरतां हंकार दियां हैं। अगे हुण बिरतां दसदे हैं। प्रमाण विपरजय विकल्प और निद्रा ते सिमरती ये पंज बिरतां मन दियां हैं। प्रमाण कहिए जो वस्तु जानना विपरजय कहिए जो रज्जू में सर्प जानना विकल्प कहिए रज्जू है कि सर्प है अथवा शब्द को भी जानिए शब्द के अर्थ को भी जानिए पर तात्पर्य को ना जानिए सो कहिए विकल्प। निंद्रा कहिए पदार्थ का अभाव करना। सिमरती कहिए जो पिछली चेष्टा फुरनी जागृत सुपन स्कोपत मूर्छा समाध ये पंज बिरतां बुद्ध दियां हैं। नेत्रा बिना देखना अंध थाम आदिक सर्वण बिन सुनना अनाहद शब्द आदिक पैरां बिना चलना दूसरे देश आदिक नासका बिना सुगंध लेना पुष्प आदिक हत्था बिना करना और सुपने कार्य आदि के पंज बिरतां चित दियां हैं। मलन निर्मल ते निर्विकल्प ये तीन बिरतां अहंकार दियां हैं। पांच तत्तां दे सतो असतो पंज तन मात्रा पैदा हुई। शब्द स्पर्श रूप रस गंध वाक पाद हाथ गुदा लिंग पांच कर्म इंद्रिय हैं। सर्वं तचा नेत्र ते रसना करहाण ये पांच ज्ञान इंद्रिय ये शरीर रूप इंजन के पांच कोश हैं। प्राणमय कोश अन्नमय कोश विज्ञानमय कोश और मनमय कोश अनंतमय कोश ये पांच कोश हैं। अब इनका रूप दस दें।
ਉਪਾਨ ਸਮਾਨ ਪੁਰਾਣ ਉਦਿਆਨ ਬਿਆਨ ਨਾਗਰ ਕੂਰਮ ਕਿਰਕਲ ਦੇਵਦੱਤ ਧਨੰਜੈ। ਇਹ 10 ਪੌਣਾਂ ਦੇ ਨਾਮ ਪੁਰਾਣਵੇਂ ਕੋਸ਼ ਹੈ। ਹੁਣ ਅੱਗੇ ਅਨਮੈ ਕੋਸ਼ ਦਾ ਰੂਪ ਵਰਣਨ ਕਰਦੇ ਹਾਂ। ਜੋ 4 ਪ੍ਰਕਾਰ ਦਾ ਭੋਜਨ ਹੈ ਸੋ ਕੌਣ ਕੌਣ ਹੈ? ਲੇਹਜ ਪੇਹਜ ਭੋਜ ਪੱਖ। ਲੇਹਜ ਕਿਸ ਕੋ ਆਖਦੇ ਹਨ? ਜੋ ਖੱਖੜੀ ਖਰਬੂਜਾ ਹਦਵਾਣਾ ਅੰਬ ਗੰਨਾ ਆਦਿ। ਪੇਹਜ ਇਹ ਜੋ ਦੁੱਧ ਦਹੀਂ ਛਾਛ ਸ਼ਰਬਤ ਪਾਣੀ ਆਦਿ। ਪੱਖ ਕੌਣ ਸਾ ਹੈ? ਰਿੰਨਿਆ ਭੁੰਨਿਆ ਪਕਾਇਆ ਭੋਜ। ਔਰ ਪੱਖ ਉਹ ਹੈ ਜੋ ਚਾਵਲ ਛੋਲੇ ਮੋਠ ਆਦਿ। ਇਸਕੇ ਖਾਣੇ ਸੇ ਮਾਤਾ ਸੇ ਰਿਕ ਪੈਦਾ ਹੋਤੀ ਹੈ ਔਰ ਪਿਤਾ ਕਾ ਪੁਰਸ਼ਨ ਖਾਵੇ ਪਿਤਾ ਜਾਂ ਪੁਰਸ਼ਨ ਖਾਵੇ ਤਾਂ ਬੀਰਜ ਹੋਤਾ ਹੈ। ਇਨਕੀ ਮਿਲਾਵਟ ਸੇ ਸਰੀਰ ਪੈਦਾ ਹੋਤਾ ਹੈ। ਤਾਹੀ ਕੋ ਅਨਮੈ ਕੋਸ਼ ਹੈ। ਹੁਣ ਮਨਮੈ ਕੋਸ਼ ਸੁਣ। ਜੋ 5 ਕਰਮ ਇੰਦਰੇ ਸੇਵਾ ਮਨ ਮਿਲ ਕੇ ਚੇਸ਼ਟਾ ਕਰਦੇ ਹਨ ਸੋ ਕਹੀਏ ਮਨੋਮੈ ਕੋਸ਼। ਹੁਣ ਅੱਗੇ ਆਨੰਦਮੈ ਕੋਸ਼ ਕਾ ਰੂਪ ਦੱਸਦੇ ਹਨ। ਜੋ ਸੁੱਖ ਵਿਸ਼ਾ ਮੈਂ ਅਨੁਭਵ ਕਰਤਾ ਹੈ ਉਹੀ ਸੁੱਖ ਸਕੋਵਤ ਕਾ ਜਾਣਦਾ ਹੈ। ਇਸ ਕੋ ਆਨੰਦਮੈ ਕੋਸ਼ ਸਮਝਣਾ। ਵਿਗਿਆਨਮੈ ਕੋਸ਼ ਕਾ ਕਿਆ ਰੂਪ ਹੈ? ਅਬ ਅੱਗੇ ਕਥਨ ਕੀਤਾ ਜਾ ਰਿਹਾ। ਜੋ 5 ਗਿਆਨ ਇੰਦਰੀ ਔਰ ਬੁੱਧ ਤਿਸ ਵਿਖੇ ਗਿਆਨ ਹੋ ਵਿਸ਼ੇ ਕਾ ਅਥਵਾ ਸਰੂਪ ਕਾ ਅਥਵਾ ਸਕੋਵਤ ਕਾ ਇੰਦਰੀਓ ਕੇ ਗਿਆਨ ਕਰਕੇ ਜੋ ਸੁੱਖ ਦੁੱਖ ਬੁੱਧ ਕੋ ਹੋਤਾ ਹੈ ਸੋ ਕਹੀਏ ਵਿਗਿਆਨਮੈ ਕੋਸ਼। ਜੋ ਪ੍ਰਾਣਮੈ ਕੋਸ਼ ਮੈਂ 10 ਪੌਣਾਂ ਲਿਖ ਆਏ ਹੈ ਉਸ ਪੌਣਾਂ ਦੀ ਉਤਪੱਤੀ ਔਰ ਕਿਰਿਆ ਔਰ ਜਿਸ ਜਗ੍ਹਾ ਨਿਵਾਸ ਹੈ ਹੁਣ ਅੱਗੇ ਲਿਖਦੇ ਹਾਂ। ਬੁੱਧੀ ਕੇ ਅਨੁਸਾਰ ਪਦਾਰਥ ਦੀ ਸਮਝ ਆਉਂਦੀ ਹੈ। ਸਤਿਗੁਰਾਂ ਦੀ ਸੰਗਤ ਸੇ ਜੋ ਪਾਨ ਪੌਣ ਹੈ ਉਹ ਪ੍ਰਿਥਵੀ ਦੇ ਤੱਤ 'ਤੇ ਪੈਦਾ ਹੈ। ਹਵਾ ਸਰਣੀ ਗੁਦਾ ਕੇ ਦੇ ਰਾਸਤੇ ਉਸਦੀ ਕਿਰਿਆ ਹੈ। ਸਮਾਨ ਪੌਣ ਜਲ ਤੱਤ ਵਿੱਚ ਉਤਪੰਨ ਹੈ। ਅਨਪਚਾਵਨਾ ਔਰ ਵਾਸ਼ਨਾ ਉਸਕੀ ਕਿਰਿਆ ਹੈ। ਪ੍ਰਾਣ ਪੌਣ ਅਗਨੀ ਤੱਤ ਦੀ ਉਤਪਤ ਹੈ। ਵਾਸ ਹਿਰਦੇ ਵਿੱਚ ਹੈ। ਭੁੱਖ ਤ੍ਰਿਖਾ ਉਸਦੀ ਕਿਰਿਆ ਹੈ। ਉਦਿਆਨ ਪੌਣ ਤੱਤ ਵਿੱਚੋਂ ਪੈਦਾ ਹੈ। ਵਾਸਾ ਇਸਦਾ ਕੰਠਵੇਂ ਹੈ। ਮੁੱਖ ਦੁਆਰੇ ਆਉਣਾ ਜਾਣਾ ਜਿਸ ਨੂੰ ਸਵਾ ਸਕਦੇ ਇਹ ਇਸਦੀ ਕਿਰਿਆ ਹੈ। ਜੋ ਬਿਆਨ ਪੌਣ ਹੈ ਉਹ ਆਕਾਸ਼ ਤੱਤ ਦੀ ਉਤਪਤੀ ਹੈ। ਵਾਸ ਵਿੱਚ ਇਨਕਾ ਨਿਵਾਸ ਹੈ। ਸਰਵ ਅੰਗਾਂ ਨੂੰ ਸੱਤਿਆ ਦੇਣੀ ਇਸਕੀ ਕਿਰਿਆ ਹੈ। ਨਾਗਰ ਬਾਜੂ ਕਾ ਕਰਮ ਹੈ ਡਕਾਰ ਲਿਆਉਣਾ। ਕੁਰਮ ਬਾਜੂ ਕਾ ਕਰਮ ਹੈ ਨੇਤਰ ਦੀਆਂ ਪਲਕਾਂ ਮੀਟਣਾ ਔਰ ਉਘਾੜਨਾ। ਔਰ ਜੋ ਕਿਰਕਲ ਬਾਜੂ ਹੈ ਨਿੱਛਾ ਮਾਰਨਾ ਮਗਜ਼ ਹਲਕਾ ਕਰਨਾ ਕਿਰਕਲ ਪਾਉਣ ਦੀ ਕਿਰਿਆ ਹੈ। ਦੇਵਦੱਤ ਪਾਉਣ ਦਾ ਕਰਮ ਹੈ ਉਵਾਸੀ ਲਿਆਉਣੀ ਇਸਦਾ ਕਰਮ ਹੈ। ਧਨੰਜੇ ਪਾਉਣ ਦਾ ਕਰਮ ਹੈ ਪੇਟ ਮੇਂ ਦਰਦ ਜਾਂ ਸੂਲ ਪੈਦਾ ਕਰਨਾ ਮ੍ਰਿਤਕ ਲੋਕ ਤੱਕ ਸਾਥ ਰਹਿਣਾ। ਇਹ 10-10 ਬਾਜੂ ਦਾ ਬਿਆਨ ਹੈ। ਹੁਣ ਅੱਗੇ ਜੀਵ ਦਾ ਨਿਰਣਾ ਕਿ ਜੀਵ ਵਸਤੂ ਕੀ ਹੈ। ਜੀਵ ਦੇ ਨਾਮ 3 ਹੈ। ਜੀਵ ਦੇ ਸਰੀਰ 3 ਹੈ। ਜੀਵ ਦੇ ਮਕਾਨ 3 ਹੈ। ਜੀਵ ਦੇ ਦੇਵਤਾ 3 ਹੈ। ਜੀਵ ਦੀਆਂ 3 ਅਵਸਥਾ ਹੈ। ਜੀਵ ਦੀਆਂ 3 ਵਿਰਤਾਂ ਹੈ। ਵੱਖਰਾ ਵੱਖਰਾ ਨਿਰਣਾ ਸਰਵਣ ਕਰੋ। ਵਿਸ਼ਵ ਤੈਸ਼ ਅਤੇ ਪਰਾਗ ਇਹ 3 ਨਾਮ ਜੀਵ ਕੇ ਹੈ। ਅਸਥੂਲ ਸੂਖਮ ਅਤੇ ਕਾਰਨ ਇਹ ਜੀਵ ਦੇ 3 ਸਰੀਰ ਕਥਨ ਕੀਤੇ ਜਾਂਦੇ ਹਨ। ਨੇਤਰ ਕੰਨ ਅਤੇ ਹਿਰਦਾ ਇਹ 3 ਮਕਾਨ ਹੈ। ਪ੍ਰਵਾਣ ਜਾਗਰਤ ਸੁਪਨ ਸੁਖੋਪਤ ਤੁਰੀਆ ਆਤਮ ਭੂਪਤ ਕੀ ਇਹ ਪੁਰੀਆ। ਜਾਗਰਤ ਸੁਪਨ ਅਤੇ ਸੁਖੋਪਤ ਵਿਵਸਥਾ ਹੈ। ਨਿਰਮਲ ਯਥਾਰਥ ਕੋਰ ਵਿਪਰਜੇ ਅਤੇ ਮੂੜ ਜੜ ਇਹ ਬਿਰਤਾ ਹੈ। ਹਿਰਨ ਗ੍ਰਹ ਬ੍ਰਹਮਾ ਵਿਸ਼ਵਾਨਰ ਵਿਸ਼ਨੂੰ ਅਤੇ ਰੁਦਰ ਸ਼ਿਵ ਇਹ 3 ਦੇਵਤੇ ਹਨ। 5 ਤਦੋ ਸਰੀਰ ਸਰਵ ਗਿਣਤੀ ਮਿਣਤੀ ਅੰਤਸ਼ਕਰਨ 25 ਕਿਰਤਾਂ ਕੋਸ਼ ਜਾਂ ਖੱਟ ਚੱਕਰ ਵਗੈਰਾ ਸਭ ਕੇ ਮਿਲਾਪ ਦਾ ਨਾਮ ਜੀਵ ਹੈ। ਅੰਗ ਅੰਗ ਦਾ ਨਾਮ ਲੈ ਕੇ ਦੇਖਿਆ ਜਾਏ ਅਤੇ ਅੱਖ ਨੱਕ ਹੱਥ ਪੈਰ ਹਰ ਇੱਕ ਅੰਗੋਂ ਮੈਂ ਹੱਥ ਲਗਾ ਕੇ ਇੱਕ ਬੰਦੇ ਕੋਲੋਂ ਪੁੱਛੋ ਤਾਂ ਜੀਵ ਮੈਂ ਕੋਈ ਨਾ ਦੱਸਿਆ ਜਾਏਗਾ। ਪਰ ਸਮੁੱਚੇ ਸਰਵ ਅੰਗਾਂ ਸਮੇਤ ਸਰੀਰ ਦਾ ਨਾਮ ਜੀਵ ਕਲਪਿਆ ਜਾਂਦਾ ਹੈ। ਇਸ ਮੈਂ ਜੀਵ ਕੋਈ ਨਹੀਂ ਦ੍ਰਿਸ਼ਟਾਂਤ ਨਗਰ ਦਾ ਜੰਝ ਦਾ ਔਰ ਗੱਡੇ ਦਾ ਔਰ ਬਾਗ ਦਾ। ਜੈਸੇ ਹਰੇਕ ਬੂਟਾ ਅੰਬ ਅਨਾਰ ਆੜੂ ਅਮਰੂਦ ਗੁਲਾਬ ਚੰਬਾ ਕੇਲਾ ਵਗੈਰਾ ਨਾਮ ਗਿਣੇ ਜਾਂਦੇ ਹਨ ਪਰੰਤੂ ਬਾਗ ਦਾ ਬੂਟਾ ਕੋਈ ਨਹੀਂ। ਸਾਰੇ ਬੂਟੇ ਮਿਲ ਕੇ ਬਾਗ ਆਖੀਦਾ। ਇਸ ਤਰ੍ਹਾਂ ਹੋਰ ਸਮਝਣਾ ਗੱਡਾ ਜੰਝ ਮਿਲਜੁਲ ਕੇ ਜਗਤ ਪਿੰਡ ਕਲਪਤ ਹੈ। ਇਹ ਸਰੀਰ ਮੈਂ 6 ਚੱਕਰ ਹੈ। ਮੂਲ ਚੱਕਰ ਗਣੇਸ਼ ਜੀ ਨਾਭੀ ਚੱਕਰ ਬ੍ਰਹਮਾ ਹਿਰਦਾ ਚੱਕਰ ਵਿਸ਼ਨੂੰ ਸੰਖਣੀ ਚੱਕਰ ਜੀਆਤਮਾ ਕੰਠ ਚੱਕਰ ਸ਼ਕਤੀ ਤ੍ਰਿਪਤੀ ਚੱਕਰ ਸ਼ਿਵਜੀ। ਜੋ ਇਹਨ ਖੱਟ ਚੱਕਰਾਂ ਦਾ ਸੈਰ ਅਭਿਆਸ ਕਰੇਗਾ ਸੋ ਇਸ ਪਿੰਡ ਦਾ ਪੇਤੀ ਹੋ ਜਾਵੇ। ਅੱਗੇ ਵਿਵੇਕ ਪੂਰਨ ਵਿਸਥਾਰ ਸੇ ਨਿਰੂਪਣ ਕਰਨਾ ਹੋਵੇ ਤਬ ਅਨੇਕ ਪ੍ਰਕਾਰ ਸੇ ਵਿਦਵਾਨ ਮਹਾਤਮਾ ਨੇ ਵਿਸਥਾਰ ਪੂਰਵਕ ਕਥਨ ਕੀਤੇ ਹਨ। ਵਿਵੇਕ 3 ਪ੍ਰਕਾਰ ਵੀ ਕਥਨ ਕੀਤਾ ਹੈ। ਇਹ ਨਿੱਤ ਅਨਿੱਤ ਵਿਵੇਕ ਹੈ। ਦੂਸਰੇ ਸਮਤਾ ਵਿਵੇਕ ਹੈ। ਤੀਸਰੇ ਜੀਵ ਈਸ਼ਵਰ ਦਾ ਵਿਵੇਕ ਹੈ।
इनका निर्णय कैसे है? जिथे नित अनित विवेक है तहां देह आदिक 14 लोकां दा वास्तव त्याग है। दृष्टांत गिरी बदाम का, छिलके तंदल दा जिथे जीव ईश्वर का विवेक है तहां कल्पत त्याग है। दृष्टांत रज्जू सर्प का, जहां समता विवेक है तहां वस्तु के वस्त्र जानना त्याग नहीं कहा है। दे आदिक 14 लोकां नूं असत जड़ दुख रूप जान के त्याग करना और आत्मा को सच दा आनंद रूप जान के ग्रहण करना सुखी है विवेक। सो ये जो देखण मात्र रंग रूप भांत भांत पिंड शहर बाग बगीचे रुख पर्वत नदियां बनस्पति नजर आ रही हैं, सब सुपने मात्र हैं। ये रचना मायक प्रपंच झूठ है। सच चित आनंद सदा अविनाशी अमर रहेगा, प्रमाण गीता जी का अध्याय दूजा श्लोक 23। नैनम छिदंती शास्त्राणी नैनम दहती पावक है, ना चै कले दे अंत पिया पो ना शोषति मारूत है। आत्मा ना शास्त्रों से कट्टिया जाता है ना अग्नि विच जलता है। इस तरह अंग और पुरजे जोड़ के बुत तैयार किया गया है। पौन पानी अग्नि चौथे कुदरत मिलके आकाश की बनावट सुते अपने आप तैयार हो जाती है। जैसे कोई मकान बनावे तो आकाश में कोई नहीं बनाता, आकाश आप ही मकान के नाव नाल बनता जाता है। जैसे कोई छत्र बनावे तब आकाश आप ही तैयार हो जाता है। जदों छप्पर नूं अग ला के साड़ दिंदे है तब आकाश का पता नहीं कहाँ गया। इसे तरह चेतन असंग है, अजर अमर है, मर जन्म से रहत है। तब श्री गुरु जी वचन कीता कि विवेक बहुत विस्तार से, परंतु मैंने सिर्फ मूली समान भाव से तेरे प्रति कथन किया है। तब हरिदास जी अपने दिल में प्रसन्न होकर गुरु उपमा दे पांच दोहे वर्णन करते हैं। दोहरा, गुरु उपमा सम सिंध है को न पावत पार, उड़े पंखेरु गगन में अंत डिगे गोहार। गुरु की महिमा कठिन है केतक करा बयान, जीबा करा हजार जो तो भी मत अजान। गुरु उपमा कैसे करूं चले कलम जिव पौन, गगन तार का फेतना तास गिने दस कौन। बनस्पति के पत्र ज्यों कदे न होत सुमार, गुर रचना कैसे कहे रसना गुंगो चार। दास जान मोह माफ कर अर्थ करो तुम सोध, गुरु उपमा अत कठिन है कैसे कहां अबोध। गुरु उपमा अत कठिन है कैसे कहां अबोध। सिफत डेरा कुटिया किनारा नहर चार पाश, नहर दे किनारे कुटिया पार जी, करां की सिफत बस दे दातार जी। तीन जिथे कुटिया बरांडा एक है, दोनों तरफ संता नी लगाई चिख है। अगे रख में तारो माल शाए है, कुर्सी उत्ते बैठ गल हार पाए है। नेत्रा में ऐनका बेअंत मुल जो, सजे खब्बे सज दे सुंदर फुल जो। नाम दा सतारा मुखड़ा है चंद जी, पंज सत जोड़ के सुनावा बंद जी। पंज सत जोड़ के सुनावा बंद जी, पंज सत जोड़ के सुनावा बंद जी। फुलां विच फुल सत वर्ग सज दे, चंबा केड़ा मोतिया तमाम फव दे। रात दी सी राणी दसे चंगे तौर जी, फुल है गुलाबी उत्ते फिरे पौर जी। अंब नींबू केला रुखड़ा अनार जी, सरू केला आड़ू होर कचनार जी। सीताफल फाल साते लूचा कंद जी, पंज सत जोड़ के सुनावा बंद जी। पंज सत जोड़ के सुनावा बंद जी, पंज सत जोड़ के सुनावा बंद जी। बाग दी सजावट बेअंत सजदी, संतां दी संगत उत्थे खूब लगदी। हर सगरांद सतसंग लगदे, संतां दी बड़ाई विच सारे जगदे। बाग दे विचाले नलका बहार जी, दूजे पासे लंगर दा कारोबार जी। करे जो दर्श चढ़ जांदा रंग जी, पंज सत जोड़ के सुनावां बंद जी। पंज सत जोड़ के सुनावां बंद जी, पंज सत जोड़ के सुनावां बंद जी।
ਜਾਤ ਪਾਤ ਕੋਈ ਨਾ ਵਿਪਰ ਖਤਰੀ, ਹਰ ਇੱਕ ਆਣ ਕੇ ਖੁਲਾਵੇ ਪੱਤਰੀ। ਦੁੱਖ ਜਾਂਦਾ ਨੱਠ ਮੰਦੜਾ ਸਰੀਰ ਦਾ, ਰੇਖ ਵਿੱਚ ਮੇਖ ਕੰਮ ਹੈ ਫਕੀਰ ਦਾ। ਜਲ ਵਲ ਜਾਂਦਾ ਦੁਨੀਆਂ ਦਾ ਬਾਗ ਜੀ, ਚਾਰੇ ਪਾਸੇ ਮੱਚ ਜਾਂਦੀ ਸਾਰੇ ਆਗ ਜੀ। ਸੰਤ ਜੇ ਨਾ ਆਉਂਦੇ ਮੁਕਤੀ ਮੁਕੰਦ ਜੀ, ਪੰਜ ਸੱਤ ਜੋੜ ਕੇ ਸੁਣਾਵਾਂ ਬੰਦ ਜੀ, ਪੰਜ ਸੱਤ ਜੋੜ ਕੇ ਸੁਣਾਵਾਂ ਬੰਦ ਜੀ, ਪੰਜ ਸੱਤ ਜੋੜ ਕੇ ਸੁਣਾਵਾਂ ਬੰਦ ਜੀ। ਨਾਮ ਦੇ ਵਪਾਰੀ ਰੋਗੀਆਂ ਦੇ ਦਾਰੂ ਹੈ, ਸੁੱਖਾਂ ਦੇ ਜਹਾਜ਼ ਪਾਪੀਆਂ ਦੇ ਤਾਰੂ ਹੈ। ਦੁਨੀਆਂ ਦੇ ਚੰਦ ਚਾਨਣ ਜਹਾਨ ਦੇ, ਕੱਟ ਦੇ ਅੰਧੇਰਾ ਰੂਪ ਹੈ ਗਿਆਨ ਦੇ। ਬੱਲੀ ਲਾਇਆ ਡੇਰਾ ਨਾਮ ਦੇ ਜਪਾਉਣ ਨੂੰ, ਲੋਕੀ ਚੱਲ ਆਉਂਦੀ ਹੈ ਦਰਸ਼ ਪਾਉਣ ਨੂੰ। ਤੋਤਾ ਰਾਮ ਚੌਦਵੀ ਦਾ ਗੁਰੂ ਚੰਦ ਜੀ, ਪੰਜ ਸੱਤ ਜੋੜ ਕੇ ਸੁਣਾਵਾਂ ਬੰਦ ਜੀ, ਪੰਜ ਸੱਤ ਜੋੜ ਕੇ ਸੁਣਾਵਾਂ ਬੰਦ ਜੀ, ਪੰਜ ਸੱਤ ਜੋੜ ਕੇ ਸੁਣਾਵਾਂ ਬੰਦ ਜੀ। ਸਿਫਤ ਸੰਤ ਹਰੀਦਾਸ ਜੀ ਕੁਰਲਾ ਸ਼ਬਦ। ਹਰੀਦਾਸ ਸੰਤਾਂ ਦਾ ਕਰਾਂ ਬਿਆਨ ਜੀ, ਸੰਗਤਾਂ ਨੂੰ ਚਾਹੀਦਾ ਕਰੇ ਧਿਆਨ ਜੀ। ਰੱਬ ਦਾ ਸਰੂਪ ਸਾਧੂਆਂ ਨੂੰ ਜਾਣੀਏ, ਉੱਤਮ ਸੱਚਾ ਦਿਲ ਦਾ ਪਛਾਣੀਏ। ਸ਼ਾਂਤੀ ਦੇ ਸਰੂਪ ਉੱਤਮ ਉਦਾਰ ਹੈ, ਸਮਦਮ ਬਿਰਤ ਉਪਮਾ ਅਪਾਰ ਹੈ। ਲੰਮਾ ਜਿਸ ਦਾੜਾ ਸਜਦਾ ਬੇਅੰਤ ਜੀ, ਸੀਤਲ ਸੁਭਾਉ ਦਿਲ ਮੈਂ ਆਨੰਦ ਜੀ। ਹਰ ਇੱਕ ਨਾਲ ਰੱਖਦੇ ਧਿਆਨ ਜੀ, ਹਰੀਦਾਸ ਸੰਤਾਂ ਦਾ ਕਹਾਂ ਬਿਆਨ ਜੀ, ਹਰੀਦਾਸ ਸੰਤਾਂ ਦਾ ਕਹਾਂ ਬਿਆਨ ਜੀ, ਹਰੀਦਾਸ ਸੰਤਾਂ ਦਾ ਕਹਾਂ ਬਿਆਨ ਜੀ। ਆਉਂਦੇ ਜਾਂਦੇ ਨਾਲ ਰੱਖਦੇ ਪਿਆਰ ਜੀ, ਦਿਨੇ ਰਾਤ ਰਹਿੰਦਾ ਨਾਮ ਦਾ ਉਧਾਰ ਜੀ। ਝੂਠ ਨਾ ਜ਼ਬਾਨ ਵਿੱਚ ਸਦਾ ਸੱਚ ਹੈ, ਮਿੱਠੜੇ ਬਚਨ ਨਾ ਕਹਿਣ ਕੱਚ ਹੈ। ਸੰਗਤਾਂ ਦੇ ਨਾਲ ਰੱਖਦੇ ਪਿਆਰ ਹੈ, ਦਿੰਦੇ ਸਤਿਕਾਰ ਸਾਧੂਆਂ ਦੀ ਕਾਰ ਹੈ। ਕੋਈ ਬੈਠੇ ਪਾਸ ਦੱਸਦੇ ਗਿਆਨ ਜੀ, ਹਰੀਦਾਸ ਸੰਤਾਂ ਦਾ ਕਹਾਂ ਬਿਆਨ ਜੀ, ਹਰੀਦਾਸ ਸੰਤਾਂ ਦਾ ਕਹਾਂ ਬਿਆਨ ਜੀ, ਹਰੀਦਾਸ ਸੰਤਾਂ ਦਾ ਕਹਾਂ ਬਿਆਨ ਜੀ। ਦਿਲ ਸਦਾ ਸਾਫ ਨਾ ਕਰੋਦ ਮਨ ਮੇ, ਮੁੱਖ ਪ੍ਰਸੰਨ ਤੇ ਅਰੋਗ ਤਨ ਮੇ। ਸਰਵਣ ਦਾ ਸੰਤ ਮੂਰਤ ਅਕਾਲ ਦੀ, ਹੁੰਦੀ ਨਾ ਸਿਵਤ ਮਨੋ ਰਸ ਪਾਲ ਦੀ। ਸਮਦ੍ਰਿਸ਼ ਤੇ ਆਨੰਦ ਰੂਪ ਬਾਬਾ ਜੀ, ਸੰਗਤਾਂ ਨੂੰ ਦਿਸਦੇ ਜੋ ਗੰਗ ਕਾਬਾ ਜੀ। ਕਲਪ ਵਿਰਸ਼ ਕਾਮਨਾ ਨੂੰ ਪੂਰਦੇ, ਚਾਨਣਾ ਜਗਤ ਦੇ ਭੰਡਾਰਾ ਨੂਰ ਦੇ। ਹੱਥ ਦੇ ਨੇ ਸਖੀ ਸੱਚ ਨੂੰ ਅਲਾਪ ਦੇ, ਕੀਤੀਆਂ ਦਰਸ਼ ਨਸ ਜਾਂਦੇ ਪਾਪ ਜੇ। ਦੇਸ਼ ਦੇ ਇਲਾਕਾ ਸਾਰਾ ਦਿੱਤਾ ਤਾਰ ਜੀ, ਕਹਿ ਤੋਤਾ ਰਾਮ ਮੁਖ ਸੇ ਉਚਾਰ ਜੀ। ਦੇਸ਼ ਦੇ ਇਲਾਕਾ ਸਾਰਾ ਦਿੱਤਾ ਤਾਰ ਜੀ, ਕਹਿ ਤੋਤਾ ਰਾਮ ਮੁਖ ਸੇ ਉਚਾਰ ਜੀ। ਬੈਂਤ। ਹਰੀਦਾਸ ਜੀ ਵੱਡਾ ਪ੍ਰੇਮ ਕਰਕੇ, ਬੂਟੇ ਆਪ ਹੀ ਆਪ ਲਗਾਏ ਸਾਰੇ। ਮਾਰ ਖਾਲੀਆਂ ਵੱਟਾਂ ਸਵਾਰ ਕਰਕੇ, ਬੂਟੇ ਸ਼ੌਂਕ ਦੇ ਨਾਲ ਸਜਾਏ ਸਾਰੇ। ਪਾਣੀ ਪਾਉਂਦੇ ਤੇ ਰਾਖੀਆਂ ਖੂਬ ਕਰਦੇ, ਦਿਨੋ ਦਿਨ ਮੈਂ ਸ਼ਾਂਤ ਆਏ ਸਾਰੇ। ਫੁੱਲ ਫਲਾਂ ਤੇ ਹੋਏ ਤਿਆਰ ਬੂਟੇ, ਆਪੋ ਆਪਣਾ ਰੰਗ ਬਟਾਏ ਸਾਰੇ। ਪੀਲੇ ਕਾਸਨੀ ਸੋਸ਼ਨੀ ਫੁੱਲ ਲੱਗੇ, ਚੰਬਾ ਮੋਤੀਆ ਲਪਟ ਫੁਲਾਏ ਸਾਰੇ। ਅੰਬ ਸੰਤਰਾ ਸਰੂ ਕਚਨਾਰ ਕੇਲਾ, ਆੜੂ ਫੁੱਲ ਗੁਲਾਬ ਸੁਹਾਏ ਸਾਰੇ। ਸੰਗਤ ਛਾਇਆ ਨੂੰ ਦੇਖ ਪ੍ਰਸੰਨ ਹੋਵੇ, ਸਫਾ ਬਿਸਤਰੇ ਹੇਠ ਵਿਛਾਏ ਸਾਰੇ। ਅੱਗੇ ਮੰਦਰ ਦੇ ਇੱਕ ਗਰਾਉਂਡ ਸੁੰਦਰ, ਸੰਤ ਕਥਾ ਉਚਾਰ ਸੁਣਾਏ ਸਾਰੇ। ਰਾਗੀ ਚੌਂਕੀਆਂ ਆਣ ਤਮਾਮ ਕਰਦੇ, ਸੰਗਤ ਸੁਣੇ ਤੇ ਖੁਸ਼ੀ ਮਨਾਏ ਸਾਰੇ। ਬੱਲਾ ਨਗਰ ਬੈਕੁੰਠ ਦੀ ਪੂਰੀ ਸਮਝੋ, ਸੰਗਤ ਚੱਲ ਕੇ ਯਾਤਰਾ ਆਏ ਸਾਰੇ। ਤੋਤਾ ਰਾਮ ਹੈ ਮਤ ਕਮਜ਼ੋਰ ਮੇਰੀ, ਗੁਣ ਸੰਤਾਂ ਦੇ ਲਿਖਣੇ ਨਾ ਆਏ ਸਾਰੇ। ਤੋਤਾ ਰਾਮ ਹੈ ਮਤ ਕਮਜ਼ੋਰ ਮੇਰੀ, ਗੁਣ ਸੰਤਾਂ ਦੇ ਲਿਖਣੇ ਨਾ ਆਏ ਸਾਰੇ। ਹਾਲ ਸੇਵਕਾਂ ਦਾ
ਔਰ ਡੇਰੇ ਦੀ ਸੇਵਾ ਦਾ ਹਾਲ ਮੈਂ ਸੇਵਕ ਸੰਤਾਂ ਦੇ ਆਗਿਆਕਾਰ ਸਾਰੇ ਹੁਕਮ ਮੰਨ ਕੇ ਕਾਰ ਚ ਲਾਈ ਜਾਂਦੇ ਗਰੀਬ ਦਾਸ ਦਵਾਈ ਦਾ ਕੰਮ ਕਰਦੇ ਅਨੁਪਾਨ ਵੀ ਨਾਲ ਸਮਝਾਈ ਜਾਂਦੇ ਦਾਰੂ ਬੂਟੀਆਂ ਕੁੱਟ ਤਿਆਰ ਕਰਕੇ ਅੱਗੇ ਸੰਤਾਂ ਦੇ ਆਣ ਟਿਕਾਈ ਜਾਂਦੇ ਕੁਛ ਤੇ ਗੋਲੀਆਂ ਕੁੱਲ ਤਿਆਰ ਚੂਰਨ ਕੁੱਟ ਭੰਨ ਕੇ ਕੰਮ ਚਲਾਈ ਜਾਂਦੇ ਕਿਸੇ ਕਿਸਮ ਦਾ ਚੱਲ ਬਿਮਾਰ ਆਵੇ ਉਹਦੇ ਦੁੱਖ ਨੂੰ ਝੱਬ ਹਟਾਈ ਜਾਂਦੇ ਭਾਵੇਂ ਪੱਤਰੀ ਆਣ ਖੁਲਾਵੇ ਕੋਈ ਟੇਵਾ ਉਸ ਨੂੰ ਸੱਚ ਬਤਾਈ ਜਾਂਦੇ ਹਰ ਇੱਕ ਗ੍ਰਹਿ ਦੀ ਦਸ ਪੂਜਾ ਦਾਨ ਪੁੰਨ ਵੀ ਖੂਬ ਕਰਾਈ ਜਾਂਦੇ ਦੁੱਖ ਦੂਰ ਹੁੰਦੇ ਕੁੱਲ ਰੋਗੀਆਂ ਦੇ ਦਾਰੂ ਮੁਫਤ ਹੀ ਆਪੇ ਲੁਟਾਈ ਜਾਂਦੇ ਮਾਇਆ ਆਉਂਦੀ ਨੂੰ ਤੁਰਤੀ ਹੀ ਵਰਤ ਦਿੰਦੇ ਜਿਵੇਂ ਆਉਂਦੀ ਤਿਵੇਂ ਹੀ ਲਗਾਈ ਜਾਂਦੇ ਜਗਤ ਰਾਮ ਗ੍ਰਿਸਤ ਦਾ ਛੱਡ ਕਜੀਆ ਡੇਰੇ ਵਿੱਚ ਹੀ ਸੇਵ ਕਮਾਈ ਜਾਂਦੇ ਚਿੱਤੋਂ ਲੋਭ ਨੂੰ ਛੱਡ ਫਕੀਰ ਹੋ ਗਏ ਨਾਲ ਨਾਮ ਪ੍ਰੀਤ ਵਧਾਈ ਜਾਂਦੇ ਦਿਲੋਂ ਸਮਝਿਆ ਅੰਤ ਨੂੰ ਖਾਕ ਹੋਣਾ ਉਂਝੇ ਬਿਸਤਰਾ ਰੋਜ਼ ਵਿਛਾਈ ਜਾਂਦੇ ਤੋਤਾ ਰਾਮ ਜੋ ਗੁਰਾਂ ਦੀ ਮਿਹਰ ਹੋਵੇ ਆਪਾਂ ਪਾਪੀਆਂ ਪਾਰ ਲੰਘਾਈ ਜਾਂਦੇ ਤੋਤਾ ਰਾਮ ਜੋ ਗੁਰਾਂ ਦੀ ਮਿਹਰ ਹੋਵੇ ਆਪਾਂ ਪਾਪੀਆਂ ਪਾਰ ਲੰਘਾਈ ਜਾਂਦੇ ਹਾਂ ਲੰਗਰ ਦੋਹਰਾ ਲੰਗਰ ਦੇ ਵੱਲ ਦੇਖਿਆ ਕਦੇ ਨਾ ਆਉਂਦੀ ਤੋਟ ਹਾਲ ਸੁਣਾਵਾਂ ਸੱਜਣੋ ਤਰ ਸਤਿਗੁਰ ਦੀ ਓਟ ਕੋਰੜਾ ਸ਼ੰਕ ਉੱਠ ਕੇ ਸਵੇਰੇ ਚਾਹ ਦੀਆਂ ਤਿਆਰੀਆਂ ਲਾਂਗਰੀ ਜ਼ਬਾਨਾਂ ਬੋਲਦੇ ਪਿਆਰੀਆਂ ਤੱਪੜ ਵਛਾਉਂਦੇ ਪੰਗਤਾਂ ਲਗਾਉਣ ਨੂੰ ਡੋਰੀਆਂ ਮੰਗਾਉਂਦੇ ਚਾਹਾਂ ਵਰਤਾਉਣ ਨੂੰ ਇੱਕ ਇੱਕ ਰੱਖ ਬਾਟੀਆਂ ਫੜਾਉਂਦੇ ਵਾਹਿਗੁਰੂ ਵਾਹਿਗੁਰੂ ਗੀਤ ਗਾਉਂਦੇ ਛਕਦੇ ਪ੍ਰੇਮ ਨਾਲ ਨਰ ਨਾਰੀਆਂ ਲਾਂਗਰੀ ਜ਼ਬਾਨਾਂ ਬੋਲਦੇ ਪਿਆਰੀਆਂ ਲਾਂਗਰੀ ਜ਼ਬਾਨਾਂ ਬੋਲਦੇ ਪਿਆਰੀਆਂ ਬਾਰਾਂ ਵਜੇ ਦਿਨ ਲੰਗਰ ਤਿਆਰ ਹੈ ਪੰਗਤਾਂ ਲਗਾਉਂਦੇ ਨਾਲ ਜੋ ਪਿਆਰ ਹੈ ਪੂੜੀਆਂ ਕੜਾ ਕਰੇ ਦੁੱਧ ਖੀਰ ਜੋ ਭਾਜੀਆਂ ਬਣਾਉਂਦੇ ਗੋਭੀਆਂ ਨੂੰ ਚੀਰ ਜੋ ਆਲੂ ਘੀਆ ਤੋਰੀਆਂ ਮਟਰ ਪਾਉਂਦੇ ਦੇਸੀ ਘਿਓ ਪਾ ਕੇ ਤੇ ਮਸਾਲਾ ਪਾਉਂਦੇ ਸੰਤਾਂ ਦੀ ਮਿਹਰ ਜਿਨ੍ਹਾਂ ਰੂਹਾਂ ਤਾਰੀਆਂ ਲਾਂਗਰੀ ਜ਼ਬਾਨਾਂ ਬੋਲਦੇ ਪਿਆਰੀਆਂ ਰੰਗਲੇ ਟਮਾਟਰ ਸਵਾਦ ਤੁਰਸ ਹੈ ਰੂਹ ਬੇਤਾ ਜੀ ਜਾਂ ਛਕਣ ਪੁਰਸ਼ ਹੈ ਮਾਈਆਂ ਦੀ ਪ੍ਰੀਤ ਰੋਟੀਆਂ ਪਕਾਉਂਦੀਆਂ ਦੋਨੋ ਹੀ ਵਕਤ ਲੰਗਰ ਚਲਾਉਂਦੀਆਂ ਝਾੜੂ ਤੇ ਬੁਹਾਰੀ ਨਿੱਤ ਡੇਰੇ ਮਾਰਨਾ ਤਨ ਮਨ ਧਨ ਗੁਰਾਂ ਉੱਤੇ ਵਾਰਨਾ ਹਰ ਸੰਗਰਾਂਦ ਸੰਗਤਾਂ ਮਨਾਉਂਦੀਆਂ ਐਤਵਾਰ ਦਿਨ ਸਤਸੰਗ ਲਾਉਂਦੀਆਂ ਦੇਗ ਔਰ ਤੇਗ ਦੋਨੋਂ ਕਲਾ ਭਾਰੀਆਂ ਲਾਂਗਰੀ ਜ਼ਬਾਨਾਂ ਬੋਲਦੇ ਪਿਆਰੀਆਂ ਪਿੰਡ ਵਾਲੇ ਲੋਕ ਸੇਵਾ ਆਣ ਕਰਦੇ ਛੱਡ ਦਿੰਦੇ ਕੰਮ ਕਾਰ ਸਭ ਕਰਦੇ ਹੋਰ ਕੰਮ ਕਾਰ ਸੇਵਾ ਦਾ ਨਾ ਅੰਤ ਜੀ ਆਟਾ ਦਾਣਾ ਗੁੜ ਖੰਡ ਵੀ ਅਨੰਤ ਜੀ ਪਿੰਡ ਦੀਆਂ ਸੰਗਤਾਂ ਪ੍ਰੇਮ ਕਰਦੀਆਂ ਸੰਤਾਂ ਦੇ ਚਰਨ ਸਿਰ ਆਣ ਧਰਦੀਆਂ ਦੂਰੋਂ ਦੂਰੋਂ ਸੰਗਤਾਂ ਬੇਅੰਤੀ ਆਉਂਦੀਆਂ ਰਾਗੀਆਂ ਦੇ ਜਥੇ ਬਾਣੀਆਂ ਸੁਣਾਉਂਦੀਆਂ ਲੱਗਦਾ ਦੀਵਾਨ ਸੰਗਰਾਂ ਦਵਾਰੀਆਂ ਲਾਂਗਰੀ ਜ਼ਬਾਨਾਂ ਬੋਲਦੇ ਪਿਆਰੀਆਂ ਕੋਈ ਫੜ ਕਿੰਗਰੀ ਸੁਣਾਵੇ ਰਾਗ ਨੂੰ ਕੇਤੜੇ ਗਿਆਨੀ ਫੜ ਆਏ ਸਾਜ ਨੂੰ ਆਣ ਕੇ ਕਵੀਸ਼ਰ ਉਚਾਰੇ ਛੰਦ ਨੂੰ ਸੁਣ ਬਾਣੀ ਰੂਪ ਫੜ ਦੀ ਆਨੰਦ ਨੂੰ ਹਰੀਦਾਸ ਮਿੱਠੀ ਬਾਣੀ ਮੂੰਹ ਬੋਲਦੇ ਪੜ੍ਹਦੇ ਮਹੀਨਾ ਕਹਿ ਗ੍ਰੰਥ ਖੋਲ ਕੇ ਕਹੇ ਤੋਤਾ ਰਾਮ ਨਾ ਸੁਮਾਰੇ ਆਉਂਦਾ ਹੋਵੇ ਨਾ ਸਿਫਤ ਫਤਿਹ ਹੈ ਬੁਲਾਉਂਦਾ ਕਹੇ ਤੋਤਾ ਰਾਮ ਨਾ ਸੁਮਾਰ ਆਉਂਦਾ ਹੋਵੇ ਨਾ ਸਿਫਤ ਫਤਿਹ ਹੈ ਬੁਲਾਉਂਦਾ ਧੰਨਵਾਦ ਸੇਵਾ ਵਿੱਚ ਮਾਈਆਂ ਦਾ ਤਨ ਮਾਈਆਂ ਦੀ ਕਮਾਈ ਸੇਵਾ ਡੇਰੇ ਦੀ ਚਲਾਈ ਮਿਲ ਭੈਣ ਔਰ ਭਾਈ ਤੇ ਪ੍ਰੇਮ ਗੀਤ ਗਾਉਂਦੀਆਂ
ਕੋਈ ਦੁੱਧ ਹੈ ਲਿਆਵੇ ਵਿੱਚ ਖੰਡ ਕੋ ਮਿਲਾਵੇ, ਉੱਠ ਡੇਰੇ ਬਾਲੇ ਆਵੇ ਤੇ ਮੁਕਤ ਵੱਲ ਪਾਉਂਦੀਆਂ। ਇੱਕ ਝਾੜੂ ਡੇਰੇ ਲਾਵੇ, ਦੂਜੀ ਭਾਂਡੇ ਮੰਜਵਾਵੇ, ਤੀਜੀ ਪੇੜੇ ਚੰਗੇ ਪਾਵੇ, ਚੌਥੀ ਰੋਟੀਆਂ ਪਕਾਉਂਦੀਆਂ। ਕਿਤੇ ਆਸਰਾ ਨਾ ਪਾਵੇ, ਉੱਠ ਬੱਲਾਂ ਬਾਲੇ ਆਵੇ, ਬੈਠ ਬੇਨਤੀ ਸੁਣਾਵੇ ਤੇ ਚਰਨ ਸੀਸ ਲਾਉਂਦੀਆਂ। ਆਖੇ ਬਾਲ ਨਹੀਂ ਮੇਰੇ ਤਦੋਂ ਆਈ ਗੁਰੂ ਡੇਰੇ, ਕਿਤੇ ਪਾਪ ਜੋਕ ਨੇਰੇ ਨੀਰ ਨੇਤਰੋਂ ਡੁਲਾਉਂਦੀਆਂ। ਸੀਸ ਕੋ ਨਿਭਾਵੇ ਸੋਈ ਫਲ ਇੱਥੇ ਪਾਵੇ, ਫਿਰ ਬਾਲ ਕੋ ਖਿਡਾਰੇ ਮੁੜ ਸ਼ੁਕਰ ਮਨਾਉਂਦੀਆਂ। ਸੀਸ ਕੋ ਨਿਭਾਵੇ ਸੋਈ ਫਲ ਇੱਥੋਂ ਪਾਵੇ, ਫਿਰ ਬਾਲ ਕੋ ਖਿਡਾਵੇ ਮੁੜ ਸ਼ੁਕਰ ਮਨਾਉਂਦੀਆਂ। ਮਿਲੇ ਬਾਲ ਇੱਕ ਲੋਤਾ ਫਿਰ ਦਿਲ ਮੰਗੇ ਪੋਤਾ ਆਵੇ, ਤਨ ਦਾ ਨਾ ਤੋਟਾ ਆਪਾਂ ਲੋਭ ਨਾ ਵਧਾਉਂਦੀਆਂ। ਦਾਤਾ ਵੰਡ ਦੇ ਅਥਾਹ ਹੋਵੇ ਪੋਤੇ ਦਾ ਵਿਆਹ, ਹੋਰ ਕੋਈ ਨਹੀਂ ਚਾਹ ਆਪਾਂ ਸ਼ੁਕਰ ਬੁਝਾਉਂਦੀਆਂ। ਕੋਈ ਐਸੀ ਚੱਲ ਆਵੇ ਚੌਲ ਗੁੜ ਕੋ ਮਿਲਾਵੇ, ਸਿਰ ਮੁੰਡੇ ਦੇ ਚੁਕਾਵੇ ਡੇਰੇ ਸੰਤਾਂ ਦੇ ਪਹੁੰਚਾਉਂਦੀਆਂ। ਜਿਸ ਨੀਤ ਨਾਲ ਆਵੇ ਆ ਕੇ ਫਲ ਸੋਈ ਪਾਵੇ, ਕੋਈ ਖਾਲੀ ਨੰਘੀ ਜਾਵੇ ਵੱਡਾ ਯਸ਼ ਕੋ ਵਧਾਉਂਦੀਆਂ। ਤੋਤਾ ਰਾਮ ਦੀ ਪ੍ਰੀਤ ਗਾਵਾਂ ਗੋਰਾਂ ਵਾਲੇ ਗੀਤ, ਮੇਰਾ ਦਿਲ ਹੋਵੇ ਸੀਤ ਅੱਖਾਂ ਦਰਸ਼ਨਾਂ ਨੂੰ ਚਾਹੁੰਦੀਆਂ। ਤੋਤਾ ਰਾਮ ਦੀ ਪ੍ਰੀਤ ਗਾਵਾਂ ਗੋਰਾਂ ਵਾਲੇ ਗੀਤ, ਮੇਰਾ ਦਿਲ ਹੋਵੇ ਸੀਤ ਅੱਖਾਂ ਦਰਸ਼ਨਾਂ ਨੂੰ ਚਾਹੁੰਦੀਆਂ। ਧੰਨਵਾਦ ਬਾਬਾ ਸਰਵਨ ਦਾਸ ਜੀ ਦਾ। ਤੋਤਾ ਰਾਮ ਨਿਵਾਸੀ ਧਰਮਪੁਰ ਮੁਕੇਰੀਆਂ, ਨਜ਼ਦੀਕ ਸਟੇਸ਼ਨ ਮੁਕੇਰੀਆਂ। ਤਨ ਤਨ ਬਾਬਾ ਸਰਵਨ ਦਾਸ ਜੀ, ਜਗ ਵਿੱਚ ਗੂੰਜਾਂ ਪਈਆਂ, ਅਰਸੀ ਤਾਰੇ ਚਮਕਣ ਲੱਖਾਂ, ਸੁਰਨਰ ਖਬਰਾਂ ਗਈਆਂ, ਕਰ ਕਰ ਨਾਰਾਂ ਨਾਲ ਸ਼ੌਂਕ ਦੇ ਮੰਗਲ ਗਾਵਨ ਸਈਆਂ, ਦਰਦਮੰਦ ਦੁਨੀਆਂ ਵਿੱਚ ਆਏ ਦਰਸ਼ ਕੀਤਾ ਸੁਖ ਪਈਆਂ। ਤਨ ਤਨ ਬਾਬਾ ਸਰਵਨ ਦਾਸ ਜੀ, ਜਗ ਵਿੱਚ ਗੂੰਜਾਂ ਪਈਆਂ, ਤਨ ਦੌਲਤ ਤੇਰਾ ਪਾਣੀ ਭਰਦੀ ਰਿਸੇ ਚਰਨੀ ਰੁੱਲੇ, ਕਰ ਕਰ ਦੁਖੀਏ ਅਰਜਾਂ ਕਰਦੇ ਦੁੱਖਾਂ ਦੇਰੀ ਚੁੱਲੇ, ਜਗਤ ਨਿਸ਼ਾਨੇ ਪੁੱਤਰ ਬਖਸ਼ੇ ਦਰਦ ਗੋਦ ਦੀ ਭੁੱਲੇ, ਜਿਵ ਜਿਵ ਨਜ਼ਰ ਮਿਹਰ ਦੀ ਪਾਵੋ ਪਾਪ ਕਰਮ ਜਲ ਗਈਆਂ। ਤਨ ਤਨ ਸਵਾਮੀ ਸਰਵਨ ਦਾਸ ਜੀ, ਜਗ ਵਿੱਚ ਗੂੰਜਾਂ ਪਈਆਂ, ਤਨ ਤਨ ਸਵਾਮੀ ਸਰਵਨ ਦਾਸ ਜੀ, ਜਗ ਵਿੱਚ ਗੂੰਜਾਂ ਪਈਆਂ। ਬੱਲੀ ਲੱਗਾ ਬਾਗ ਚਮਨ ਦਾ ਚਸ਼ਮਾ ਆਵੇ ਹਯਾਤੀ, ਨਾਮ ਦੀ ਨਦੀਆਂ ਦਿਨ ਔਰ ਰਾਤੀ ਹਰਦਮ ਲਹਿਰ ਵਿਗਾਤੀ, ਕਾਮ ਕ੍ਰੋਧ ਦੀ ਕੱਪ ਬਿਮਾਰੀ ਕਥਾ ਹਰੀ ਹਰ ਲਈਆਂ। ਤਨ ਤਨ ਸਵਾਮੀ ਸਰਵਨ ਦਾਸ ਜੀ, ਜਗ ਵਿੱਚ ਗੂੰਜਾਂ ਪਈਆਂ। ਨਾਮਰ ਲੰਗਰ ਦਿਨ ਤੇ ਰਾਤੀ ਵਾਂਗ ਕੁਬੇਰ ਭੰਡਾਰੀ, ਚਾਰ ਪਦਾਰਥ ਵਚਨ ਸੀਲੇ ਪਾਪ ਸ਼ਰੀ ਨੂੰ ਝਾੜੀ, ਹਰੀਦਾਸ ਵਲੇ ਖਾਰੇ ਹਰਦਮ ਸੰਗਤ ਦੇ ਹਿਤਕਾਰੀ, ਸਰਵਨ ਦਾਸ ਸਰੋਵਰ ਐਸੇ ਭਾਰ ਤੇ ਆਣ ਤਰੀਆਂ। ਤਨ ਤਨ ਸਵਾਮੀ ਸਰਵਨ ਦਾਸ ਜੀ, ਜਗ ਵਿੱਚ ਗੂੰਜਾਂ ਪਈਆਂ। ਸੁਨਰ ਆ ਕੇ ਦੇਣ ਵਧਾਈਆਂ ਅਰਸ਼ੋਂ ਫੁੱਲ ਬਰਸਾਉਂਦੇ, ਮਨਮੋਹਕਾ ਵਾਜਾਂ ਦੇ ਨਾਲ ਗੀਤ ਗੁਰਾਂ ਦੇ ਗਾਉਂਦੇ, ਆਈਆਂ ਪਰੀਆਂ ਮੰਗਲ ਗਾਵਨ ਸੁੰਦਰ ਦਰਸ਼ਨ ਪਾਉਂਦੇ, ਕਤਰਾ ਆਬੇ ਆਤੀ ਦੇ ਕਰ ਜਮਦਾ ਤਰਾਸ ਮਿਟਈਆਂ। ਤਨ ਤਨ ਸਵਾਮੀ ਸਰਵਨ ਦਾਸ ਜੀ, ਜਗ ਵਿੱਚ ਗੂੰਜਾਂ ਪਈਆਂ। ਨਜ਼ਰ ਮਿਹਰ ਦੀ ਕਰ ਦਿਓ ਸਤਿਗੁਰ ਦਰ ਦਰ ਤੱਕੇ ਖਾਵਾਨਾ, ਦਰ ਤੇ ਆਏ ਭਰਦੇ ਚੋਲੀ ਭਰਦੇ ਝੋਲੀ ਜਿੰਦੜੀ ਕੋਲੀ, ਜੂਨ ਚੁਰਾਸੀ ਜਾਵਾਨਾ, ਕਰੋ ਨਵੇੜਾ ਟੁੱਟੇ ਗੇੜਾ ਜਮਦਾ ਦਰਸ਼ਨ ਪਾਵਾਨਾ, ਰਲ ਮਿਲ ਰੂਹਾਂ ਕੂਕਣ ਦਰ ਤੇ ਚਰਨ ਗੁਰੂ ਸਰਣਈਆਂ। ਤਨ ਤਨ ਸਵਾਮੀ ਸਰਵਨ ਦਾਸ ਜੀ, ਜਗ ਵਿੱਚ ਗੂੰਜਾਂ ਪਈਆਂ। ਤਨ ਤਨ ਸਵਾਮੀ ਸਰਵਨ ਦਾਸ ਜੀ, ਜਗ ਵਿੱਚ ਗੂੰਜਾਂ ਪਈਆਂ। ਕਰ ਕਰ ਗੱਲਾਂ ਲੰਘਿਆ ਜੀਵਨ ਕੀ ਰੱਖਿਆ ਵਿੱਚ ਗੱਲਾਂ ਦੇ, ਕਿਉਂ ਜਗਤ ਤੋਂ ਖਾਲੀ ਚੱਲੇ ਨਾਮ ਜੋਤ ਵਿੱਚ ਬੱਲਾਂ ਦੇ, ਸਾ ਜਗਤ ਦਾ ਧੋਖੇ ਬਾਜੀ ਗੁਰਦਰ ਚੱਲ ਕੇ ਮੱਲਾਂਗੇ, ਹਰੀਦਾਸ ਬਲੇ ਹਾਰੇ ਹਰਦਮ ਸਤਿਗੁਰ ਜਨ ਕੁਮਈਆਂ। ਤਨ ਤਨ ਸਵਾਮੀ ਸਰਵਨ ਦਾਸ ਜੀ, ਜਗ ਵਿੱਚ ਗੂੰਜਾਂ ਪਈਆਂ। ਤਨ ਤਨ ਸਵਾਮੀ ਸਰਵਨ ਦਾਸ ਜੀ, ਜਗ ਵਿੱਚ ਗੂੰਜਾਂ ਪਈਆਂ। ਦੋਹਰਾ ਸੰਤ ਸਹਾਰਾ ਜਗਤ ਕਾ, ਜਗਤ ਸਹਾਰਾ ਕੂੜ, ਜਗਤ ਸਹਾਰਾ ਛੋੜ ਕੇ ਸੰਤ ਚਰਨ ਲਾ ਤੂਰ। ਅਬ ਸੱਤ ਵਾਰ ਸੇ ਸਵਾਲ ਜਵਾਬ ਸਵਾਮੀ ਸਰਵਨ ਦਾਸ ਜੀ ਔਰ ਸੰਤ ਹਰੀਦਾਸ ਜੀ। ਦੋਹਰਾ ਪ੍ਰਸ਼ਨ ਹਰੀਦਾਸ ਜੀ, ਐਤ ਜਾਬੋ ਛੁੱਟੀਏ ਦੱਸ ਦਿਓ ਕੋਈ ਢੰਗ, ਮਨ ਤੇਲੀ ਦਾ ਚੀਥੜਾ ਕਿਵੇਂ ਚੜੇ ਤਿਸ ਰੰਗ, ਐਤ ਅਰਜ ਇੱਕ ਗੁਰੂ ਮੈਂ ਕਰਦਾ ਜਗ ਦੁਖੋਸੇ ਬਹੁਤਾ ਡਰਦਾ, ਚਰਨ ਗੁਰਾਂ ਦੇ ਸਿਰ ਮੈਂ ਧਰਦਾ
ਕੋਈ ਐਸੀ ਜੁਗਤ ਬਤਾ ਦੇਈਏ ਅਸੀਂ ਮੁਕਤ ਪਦਾਰਥ ਪਾ ਲਈਏ। ਰੋਜੋ ਰਾਮ ਚੰਦਰ ਅਵਤਾਰੇ ਸੀ, ਦੁੱਖ ਪਾਸ ਵਿਸ਼ਿਸ਼ਟ ਵਿਚਾਰੇ ਸੀ, ਗੁਰਸਾਰੇ ਪਰਮ ਨਿਵਾਰੇ ਸੀ, ਸਿਰ ਮੁਕਤੀ ਤਾਜ ਲਗਾ ਦੇਈਏ ਅਸੀਂ ਮੁਕਤ ਪਦਾਰਥ ਪਾ ਲਈਏ। ਤੇਰੀ ਸ਼ਰਨ ਗੁਰੂ ਮਨਮਾਨੀ ਹੈ, ਕੁਲ ਦੁਨੀਆ ਦਿਸਦੀ ਫਾਨੀ ਹੈ, ਗੁਰੂ ਜਿਹੜਾ ਦਿਸਦਾ ਸ਼ਾਨੀ ਹੈ, ਮੇਰੀ ਕਸ਼ਟੋਂ ਜਿੰਦ ਬਚਾ ਦੇਈਏ ਤਦੋਂ ਮੁਕਤ ਪਦਾਰਥ ਪਾ ਲਈਏ। ਗੁਰਜੀਵੜ ਦਾਤਾ ਕੋਈ ਨਹੀਂ, ਗੁਰਬਾਜੋਂ ਮਿਲਦੀ ਟੋਈ ਨਹੀਂ, ਗੁਰਜੀਵੜ ਕਿਤੇ ਸਮੋਈ ਨਹੀਂ, ਗੁਰ ਨਜ਼ਰ ਮਿਹਰ ਦੀ ਪਾ ਦੇਈਏ ਅਸੀਂ ਮੁਕਤ ਪਦਾਰਥ ਪਾ ਲਈਏ, ਅਸੀਂ ਮੁਕਤ ਪਦਾਰਥ ਪਾ ਲਈਏ। ਉੱਤਰ ਗੁਰੂ ਦਿਨ ਸੋਮਵਾਰ ਦੋਹਰਾ। ਸੋਮਣ ਸੁਣੋ ਗੱਲ ਕੰਨ ਥਰ, ਸਮਦਮ ਸ਼ਰਧਾ ਧਾਰ, ਹਰੀਦਾਸ ਗੱਲ ਕਠਨ ਗੈ ਤਰਨਾ ਸਿੰਧ ਮਝਾਰ। ਸੁਣ ਸੁਣੋ ਗੱਲ ਨਾਲ ਪ੍ਰੀਤਾ, ਮਨ ਕੋ ਮਾਰੇ ਤਾਂ ਜਗ ਜੀਤਾ, ਇਹ ਜਾਣੋ ਸਭ ਆਦਿ ਰੀਤਾ, ਮਾਇਆ ਜਾਲ ਖਲਾਰੀ ਹੈ, ਪਰ ਜਿਉਂ ਲੱਕੜੀ ਕੁਵਾਰੀ ਹੈ, ਪਰ ਜਿਉਂ ਲੱਕੜੀ ਕੁਵਾਰੀ ਹੈ, ਦੇਖਣ ਕੋ ਨਾ ਰਸੀਲੀ ਹੈ, ਜੇ ਸੋਚਾਂ ਬਹੁਤ ਵਖੀਲੀ ਹੈ, ਪਰ ਦਿਲ ਦੀ ਬਹੁਤ ਹਠੀਲੀ ਹੈ, ਤੇ ਪਾਪਾਂ ਖਾਸ ਕਿਆਰੀ ਹੈ, ਪਰ ਜਿਉਂ ਲੱਕੜ ਕੁਵਾਰੀ ਹੈ, ਸ਼ਾਂਤੀ ਕੋ ਨਾਰ ਬਹਾਰੀ ਹੈ, ਤਨ ਢਾਲੇ ਤਾਂ ਕੁਠਾਰੀ ਹੈ, ਜਸ ਕੀਰਤ ਦੇਤ ਵਿਡਾਰੀ ਹੈ, ਗੁਰ ਸਰਵਣ ਦਾ ਸੁਚਾਰੀ ਹੈ, ਮੁਖ ਨਾਰ ਲੱਕੜ ਕੁਵਾਰੀ ਹੈ, ਮੁਖ ਨਾਰ ਲੱਕੜ ਕੁਵਾਰੀ ਹੈ, ਜੋ ਆਗ ਲੱਕੜ ਕੋ ਜਾਲੇ ਹੈ, ਨਰ ਨਾਰ ਕ੍ਰਾਂਤੀ ਢਾਲੇ ਹੈ, ਦੋ ਨੈਣ ਨਾਰ ਨਗ ਕਾਲੇ ਹੈ, ਮੁਖ ਬੋਲ ਮਿੱਠੇ ਫਨਕਾਰੀ ਹੈ, ਪਰ ਨਾਰ ਲੱਕੜ ਕੋ ਵਾਰੀ ਹੈ, ਪਰ ਨਾਰ ਲੱਕੜ ਕੋ ਵਾਰੀ ਹੈ। ਪ੍ਰਸ਼ਨ ਹਰੀਦਾਸ ਜੀ ਦੋਹਰਾ। ਮੰਗਲ ਰੂਪ ਗੁਰਬਾਕ ਹੈ, ਸੱਚੇ ਮੰਨਣ ਹਾਰ, ਜਗਤ ਨਿਸ਼ਾਨੀ ਖਤਮ ਹੈ, ਜੇ ਨਾ ਹੋਵੇ ਨਾਰ। ਜੇ ਮਾਇਆ ਵੱਡੀ ਵਿਕਾਰੀ ਹੈ, ਕਿਉਂ ਈਸ਼ਵਰ ਖੇਡ ਖਿਲਾਰੀ ਹੈ, ਦੁੱਖ ਦਿੰਦੀ ਭਗਤਾਂ ਨੂੰ ਭਾਰੀ ਹੈ, ਡਰ ਮੁੱਕੇ ਛੁੱਟੀ ਪਾ ਲਈਏ, ਕੋਈ ਐਸੀ ਜੁਗਤ ਬਤਾ ਦੇਈਏ, ਕੋਈ ਐਸੀ ਜੁਗਤ ਬਤਾ ਦੇਈਏ। ਜੇ ਨਾਰੀ ਕਹੋ ਗਿਲਾਨੀ ਹੈ, ਇਹ ਦੁਨੀਆ ਕਿਵੇਂ ਵਧਾਣੀ ਹੈ, ਵੀ ਦੁਨੀਆ ਪੁੱਤਰ ਨਿਸ਼ਾਨੀ ਹੈ, ਗੁਰ ਇਹ ਤੋਂ ਫਰਮ ਮਿਟਾ ਦੇਈਏ, ਕੋਈ ਐਸੀ ਜੁਗਤ ਬਤਾ ਦੇਈਏ। ਬਿਨ ਦੌਲਤ ਦੇ ਗੁਜਰਾਨ ਨਹੀਂ, ਬਿਨ ਔਰਤ ਧਰਮ ਇਮਾਨ ਨਹੀਂ, ਤੇ ਪੁੱਤਰਾਂ ਬਿਨਾਂ ਨਿਸ਼ਾਨ ਨਹੀਂ, ਜਾਂ ਬਿਨ ਜੰਗਲਾਂ ਦੇ ਜਾ ਬਈਏ, ਗੁਰ ਐਸੀ ਜੁਗਤ ਬਤਾ ਦੇਈਏ। ਨਾ ਦੁਨੀਆ ਛੱਡੀ ਜਾਂਦੀ ਏ, ਜੇ ਪਕੜਾਂ ਹੱਥ ਨਾ ਆਉਂਦੀ ਏ, ਤੇ ਜੋਗੀ ਆਣ ਪਸੰਦੀ ਏ, ਗੁਰ ਫਾਂਸੀ ਗਲੋ ਛੁਡਾ ਦੇਈਏ, ਕੋਈ ਐਸੀ ਜੁਗਤ ਬਤਾ ਦੇਈਏ, ਕੋਈ ਐਸੀ ਜੁਗਤ ਬਤਾ ਦੇਈਏ। ਪੁੱਤਰ ਗੁਰੂ ਦੋਹਰਾ। ਬੁੱਧ ਵਿਚਾਰ ਵਿਵੇਕ ਦੀ, ਮਨ ਕਰਮ ਪਕੜੋ ਢਾਲ, ਗੇਂਦ ਬਿਰਤ ਜਿਉਂ ਮਨ ਕਰੋ, ਸਮਝੋ ਮਾਇਆ ਜਾਲ। ਬੁੱਧ ਵਿਚਾਰੋ ਮਨ ਦੇ ਅੰਦਰ, ਜਗਤ ਬਣਾ ਹੈ ਖਰਕਾ ਮੰਦਰ, ਜਗਤ ਤਮਾਸ਼ਾ ਆਪ ਕਲੰਦਰ, ਨੂਰੋ ਨੂਰ ਪਸਾਰਾ ਹੈ, ਸਭ ਦੁਨੀਆ ਅਜਵ ਨਜ਼ਾਰਾ ਹੈ, ਆਪੇ ਬ੍ਰਹਮਾ ਵਿਸ਼ਨੂੰ ਰੁਦਰ, ਆਪੇ ਨਦੀਆਂ ਆਪ ਸਮੁੰਦਰ, ਆਪੇ ਬੂੰਦ ਕਰੋ ਪਤੇ ਸੁੰਦਰ, ਚਾਰੇ ਖਾਣ ਕਰੇ ਨਿਤਕਾਰਾ ਹੈ, ਸਭ ਦੁਨੀਆ ਅਜਵ ਨਜ਼ਾਰਾ ਹੈ। ਕਲਾ ਹਰੀ ਕੁਲ ਤਰਫੀ ਵਰਤੀ, ਆਪੇ ਪਾਣੀ ਆਪੇ ਥਰਤੀ, ਵਾਯੂ ਸਭ ਦੀ ਸੇਵਾ ਕਰਦੀ, ਚੰਦ ਸੂਰਜ ਅਵਤਾਰਾ ਹੈ, ਸਭ ਦੁਨੀਆ ਅਜਵ ਨਜ਼ਾਰਾ ਹੈ, ਸਭ ਦੁਨੀਆ ਅਜਵ ਨਜ਼ਾਰਾ ਹੈ। ਮੋਰ ਪੰਖ ਦੇ ਚਿੱਤਰਕਾਰੀ, ਕਿਹੜਾ ਲਿਖਦਾ ਕੌਣ ਲਿਖਾਰੀ, ਤੇਰੀ ਕੁਦਰਤ ਹੈ ਬਨਵਾਰੀ, ਆਪੇ ਮਿਲਿਆ ਨਿਆਰਾ ਹੈ, ਇਹ ਦੁਨੀਆ ਅਜਵ ਨਜ਼ਾਰਾ ਹੈ, ਇਹ ਦੁਨੀਆ ਅਜਵ ਨਜ਼ਾਰਾ ਹੈ। ਪ੍ਰਸ਼ਨ ਹਰੀਦਾਸ ਜੀ ਦੋਹਰਾ। ਵੀਰ ਵਿਯੋਗੀ ਰਾਮ ਕੇ, ਮਾਇਆ ਦੇਤ ਵਿਛੋੜ, ਮਨਮੂਰਖ ਨਹੀਂ ਛੋੜਦਾ ਦੇਵਤ ਸੁਰਤ ਤਰੋੜ।
ਬੁਰਾ ਵਿਛੋੜਾ ਸਤਿਗੁਰ ਤੇਰਾ, ਜੀਵਨ ਮੰਦਾ ਅਸਲੋ ਮੇਰਾ, ਆਨ ਮੁਹੱਬਤ ਕੀਤਾ ਡੇਰਾ, ਪ੍ਰੀਤ ਮੇਰੀ ਅਜਮਾ ਲਈਏ, ਜਰਾ ਸਤਿਗੁਰੂ ਦਰਸ਼ ਦਿਖਾ ਦਈਏ, ਨੈਣ ਰਗੀਲੇ ਸਤਿਗੁਰ ਤੇਰੇ, ਮੂਲ ਨਾ ਪਾਏ ਮੁੜ ਕੇ ਫੇਰੇ, ਰਾਮ ਲਗਾ ਲੈ ਜੰਗਲ ਡੇਰੇ, ਮੁੜ ਕੇ ਪਰਥ ਮਿਲਾ ਦਈਏ, ਜਰਾ ਸਤਿਗੁਰੂ ਦਰਸ਼ ਦਿਖਾ ਦਈਏ, ਜਿੰਦ ਵਾਂਸ ਸੀਜੇ ਤੜਫੇ ਗੈ, ਤੁਪਿਆਣ ਸੀਸ ਤੇ ਕੜਕੇ ਗੈ, ਪੁੰਨੂ ਗਿਆ ਊਠ ਤੇ ਚੜਕੇ ਗੈ, ਚੱਲ ਪੁੰਨੂ ਯਾਰ ਮਿਲਾ ਲਈਏ, ਜਰਾ ਸਤਿਗੁਰੂ ਦਰਸ਼ ਦਿਖਾ ਦਈਏ, ਉਹ ਦੁਨੀ ਦੇ ਛਿਨ ਛਿਨ ਫਾਨੀ, ਗੁਰਬਿਨ ਮੇਰਾ ਕੋਈ ਨਾ ਜਾਣੀ, ਨਾ ਕੋਈ ਦਿਸਦਾ ਗੁੱਦਾ ਸਾਨੀ, ਨੈਨੋ ਨੈਣ ਮਿਲਾ ਲਈਏ, ਚੱਲ ਗੁਰ ਕਾ ਦਰਸ਼ਨ ਪਾ ਲਈਏ, ਚੱਲ ਗੁਰ ਕਾ ਦਰਸ਼ਨ ਪਾ ਲਈਏ। ਜਵਾਬ ਗੁਰੂ ਜੀ ਦੋਹਰਾ, ਸ਼ੁੱਕਰਵਾਰ ਦਿਨ ਗੁਰੂ ਗੈ, ਇਸ ਤੋਂ ਸਿੱਖਿਆ ਇਹ, ਸੁਪਨ ਜਿਉ ਸੰਸਾਰ ਗੈ, ਇਸ ਕਾ ਛੋੜ ਸੁਨੇਹ। ਸ਼ੁੱਕਰਵਾਰ ਸੁਣੂ ਗੱਲ ਮੇਰੀ, ਤਾਤੇ ਮਿਟੇ ਚੁਰਾਸੀ ਤੇਰੀ, ਮੁੜ ਕੇ ਪਵੇ ਨਾ ਤੇਰੀ ਫੇਰੀ, ਛੱਡ ਦੁਨੀਆ ਫੜੋ ਕਿਨਾਰਾ ਗੈ, ਇਹ ਸੱਚਾ ਬਚਨ ਹਮਾਰਾ ਗੈ, ਬੇ ਜਲਦੇ ਜਿਵੇਂ ਤਰੰਗਾ ਗੈ, ਛਿਨ ਵੀਚ ਹੋਤ ਤੇ ਪੰਗਾ ਗੈ, ਆਤਮ ਤਿਸ ਤੇ ਰਹੇ ਅਸੰਗਾ ਗੈ, ਅਫੁਰ ਬ੍ਰਹਮ ਐ ਰਵ ਤਾਰਾ ਗੈ, ਇਹ ਸੱਚਾ ਬਚਨ ਹਮਾਰਾ ਗੈ, ਨਿਰਾਵਰਣ ਜਬ ਹੋ ਗਏ ਨੇਤਰ, ਵਿੱਚੇ ਗੰਗਾ ਵਿੱਚੇ ਛੇਤਰ, ਭਾਰਤ ਜੰਗ ਹੁਆ ਕੁਰਸ਼ੇਤਰ, ਨਾ ਕੋ ਮੂਆ ਨਾ ਮਾਰਾ ਗੈ, ਇਹ ਸੱਚਾ ਬਚਨ ਹਮਾਰਾ ਗੈ, ਸਰਵਣ ਦਾਸ ਹੁਆ ਅਵਿਨਾਸ਼ੀ, ਮਿਟ ਗਈ ਜਨਮ ਮਰਨ ਦੀ ਫਾਸੀ, ਫਿਰ ਕਿਉਂ ਮਿਲਸੀ ਗਰਭ ਸਜਾਸੀ, ਤਬ ਜਮਕਾ ਕਾਗਜ਼ ਫਾਰਾ ਗੈ, ਇਹ ਸੱਚਾ ਬਚਨ ਹਮਾਰਾ ਗੈ। ਪ੍ਰਸ਼ਨ ਹਰੀਦਾਸ ਜੀ ਦੋਹਰਾ, ਸ਼ਨੀਵਾਰ ਦਿਨ ਸਖਤ ਹੈ, ਇਸ ਕਾ ਕਰੋ ਉਪਾਏ, ਕਿਸ ਵੇਲੇ ਛੁੱਟੀ ਜੀਵ ਕੋ ਸਤਿਗੁਰੂ ਦਿਓ ਬਤਾਏ, ਇਹ ਜਗ ਸੁਪਨੇ ਦਾ ਹੈ ਸਾਥੀ, ਕਿਸ ਵੇਲੇ ਮਿਟੇ ਪਰਮ ਦੀ ਫਾਸੀ, ਅੱਗੇ ਕੌਣ ਜੀਵ ਦਾ ਸਾਥੀ, ਜਾਗਰਤ ਬਿਨਾਂ ਨਹੀਂ ਛੁਟਕਾਰਾ ਗੈ, ਦੋ ਕਾਟੋ ਗੁਰੂ ਹਮਾਰਾ ਗੈ, ਇਹ ਕਾਲ ਵੱਡਾ ਵਿਕਰਾਲੀ ਗੈ, ਤਿੰਨ ਲੋਕ ਕਾਲ ਦੀ ਜਾਲੀ ਹੈ, ਜਿੰਦ ਬੱਕਰੇ ਬਾਂਗਰ ਪਾਲੀ ਹੈ, ਸਿਰ ਮਹਾਰਾ ਕਾਲ ਕਟਾਰਾ ਹੈ, ਦੋ ਕਾਟੋ ਗੁਰੂ ਹਮਾਰਾ ਗੈ, ਛਿਨ ਛਿਨ ਛੀਨ ਕਾਲ ਤਨ ਕਰਦਾ ਗੈ, ਕੋਈ ਜੰਮਦਾ ਤੇ ਕੋਈ ਮਰਦਾ ਗੈ, ਸਿਰ ਕਾਲ ਕਟਾਰਾ ਥਰਦਾ ਹੈ, ਕਬ ਹੋਵਤ ਗੁਰ ਛੁਟਕਾਰਾ ਗੈ, ਦੋ ਕਾਟੋ ਗੁਰੂ ਹਮਾਰਾ ਗੈ, ਚੁਣ ਚੁਣ ਕਾਲ ਖਾਕ ਵਿੱਚ ਮੇਲਤ ਹੈ, ਜਿਉਂ ਗੇਂਦ ਖਿਲਾਰੀ ਖੇਲਤ ਹੈ, ਕਿਸੇ ਵਿਛੋੜੇ ਕਿਸ ਨੂੰ ਮੇਲਤ ਗੈ, ਕਰਮਨ ਸਾਥੋ ਬਾਰਾ ਗੈ, ਦੋ ਕਾਟੋ ਗੁਰੂ ਖਮਾਰਾ ਖੈ, ਦੋ ਕਾਟੋ ਗੁਰੂ ਖਮਾਰਾ ਖੈ। ਜਵਾਬ ਗੁਰੂ, ਸਰਵਣ ਦਾਸ ਗੁਰੂ ਗਲ ਆਖੀਏ, ਜਬ ਨਾਮ ਗੁਰੂ ਦਾ ਸਾਥੀਏ, ਕੀ ਕਰੋ ਸੁਪਨ ਦਾ ਸਾਥੀਏ, ਜਬ ਗਿਆਨ ਸੁਆ ਸਿਰ ਮਾਰਾ ਗੈ, ਇਹ ਮਾਨੋ ਬਚਨ ਖਮਾਰਾ ਖੈ, ਜਬ ਸੂਰਜ ਗਿਆਨ ਉਜਾਲਾ ਹੈ, ਤਬ ਰਹਿਣ ਭਰਮ ਕੋ ਟਾਲਾ ਗੈ, ਤਬ ਸੁਪਨਾ ਜਾਗ ਨਿਕਾਲਾ ਗੈ, ਜਬ ਮਿਲ ਗਿਆ ਗੁਰੂ ਸਹਾਰਾ ਗੈ, ਸਚ ਮਾਨੋ ਬਚਨ ਹਮਾਰਾ ਗੈ, ਤੂੰ ਤੀਨ ਅਵਸਥਾ ਸਾਖੀ ਹੈ, ਇਹ ਰਮਜ ਸੁਰਤੀਆਂ ਪਾਖੀ ਹੈ, ਵਿੱਚ ਮਿਲ ਜਾਏ ਜਾਏ ਅਵਿਨਾਸ਼ੀ ਹੈ, ਫਿਰ ਗਹਿਨੋ ਨੁਕਤਾ ਟਾਰਾ ਹੈ, ਇਹ ਸੱਚਾ ਬਚਨ ਹਮਾਰਾ ਗੈ, ਸਰਵਣ ਦਾਸ ਗੁਰੂ ਜਗਤਾਰਾ ਗੈ, ਸੁਪਨਾ ਜਾਨ ਛੱਡੋ ਸੰਸਾਰਾ ਗੈ, ਇਹ ਸੱਚਾ ਬਚਨ ਹਮਾਰਾ ਹੈ। ਹਰੀਦਾਸ ਕਹੇ ਬਲਿਹਾਰੇ ਗੈ, ਸਭ ਸੰਸੇ ਹਮਰੇ ਟਾਰੇ ਹੈ, ਗੁਰਲੱਖਾਂ ਪਾਪੀ ਤਾਰੇ ਹੈ, ਗੁਰਮੁਕਤੀ ਰੂਪ ਮੁਕੰਦਨ ਗੈ, ਗੁਰਚਰਨੀ ਦਾਸਨ ਬੰਧਨ ਗੈ, ਗੁਰਚਰਨੀ ਦਾਸਨ ਬੰਧਨ ਹੈ। ਅੱਗੇ ਤਰਜ ਗੱਡੀ ਪੰਡਿਤ ਤੋਤਾ ਰਾਮ ਜੀ ਦੀ ਕਲਮ, ਗੱਡੀ ਭਰ ਕੇ ਪ੍ਰਭੂ ਨੇ ਤੋਰੀ, ਵਿੱਚ ਆ ਗਈ ਮਾਤ ਲੋਕ ਦੇ ਗੱਡੀ ਗਰਭ, ਗੱਡੀ ਗਰਭ ਮਾਈ ਦਾ ਜਾਣੋ, ਜੀਵ ਮੁਸਾਫਰ ਨੂੰ ਰੱਬ ਨਾਮ ਦੇ।
ਰੱਬ ਨਾਮ ਦੇ ਜਪਣ ਨੂੰ ਭੇਜਿਆ, ਭੁੱਲ ਗਿਆ ਕਾਫਰ ਤੂੰ ਕਾਂਟਾ ਕਰਮ, ਕਾਂਟਾ ਕਰਮ ਤੇਰੇ ਗੁਰ ਮੋੜੇ, ਖੋਟੀਆਂ ਕਰਮਾਂ ਤੋਂ ਚੰਗੇ ਕਰਮ, ਚੰਗੇ ਕਰਮ ਗੁਰੂ ਨੇ ਦੱਸਣੇ, ਛੁੱਟ ਜਾਏ ਜਰਮਾਂ ਤੂੰ ਪੂਰਾ ਗੁਰੂ ਕਰਮਾਂ ਨਾਲ ਮਿਲਦਾ। ਸੋਚ ਲੈ ਵਿਚਾਰ ਕਰਕੇ ਸਤਸੰਗ, ਸਤਸੰਗ ਹੈ ਗੁਰੂ ਦਾ ਸਟੇਸ਼ਨ, ਟਿਕਟ ਕਟਾ ਲੈ ਨਾਮ ਦੀ ਗੁਰੂ ਨਾਮ ਦੀਆਂ, ਗੁਰੂ ਨਾਮ ਦੀਆਂ ਟਿਕਟਾਂ ਵੰਡ ਦੇ, ਤਨ ਮਨ ਵਾਰ ਛੱਡੀਏ ਤੇਰੀ ਉਮਰ, ਤੇਰੀ ਉਮਰ ਰੇਲ ਜਿਉਂ ਚੱਲਦੀ, ਲੈਣ ਸਵਾਸਾਂ ਤੇ ਸੰਗਲ ਡੋਨ, ਸੰਗਲ ਡੋਨ ਸਰੀਰੋਂ ਮਿਲਿਆ, ਹੱਥ ਪੈਰ ਸਿਰ ਖਿਲਦਾ ਕੈਂਟੀ ਗੱਲ, ਕੈਂਟੀ ਗੱਲ ਬਲਗਮ ਦੀ ਖੜ ਕੇ, ਮੌਤ ਗੱਡੀ ਆ ਜਾਏਗੀ ਜਿੰਦ ਮੌਤ, ਜਿੰਦ ਮੌਤ ਸਵਾਰੀ ਕਰਕੇ, ਹਵਾ ਵਿੱਚ ਉੱਡ ਜਾਏਗੀ ਪੱਲੇ ਰਿਜਕ, ਪੱਲੇ ਰਿਜਕ ਮੁਸਾਫਰ ਨਾਹੀ, ਭੁੱਖਾ ਜੀਵ ਕੀ ਖਾਏਗਾ ਨੰਗੇ ਪੈਰ, ਨੰਗੇ ਪੈਰ ਹੱਥਾਂ ਤੇ ਖਾਲੀ, ਪਿੱਟ ਪਿੱਟ ਮਰਦੇ ਨੂੰ ਨੰਗੇ ਪੈਰ, ਨੰਗੇ ਪੈਰ ਮੁਸਾਫਰ ਚੱਲਿਆ, ਤਪਦਿਆਂ ਰੇਤਾਂ ਨੂੰ ਪੱਲੇ ਨਾਮ ਦਾ, ਪੱਲੇ ਨਾਮ ਦਾ ਸਹਾਰਾ ਗੈਨ, ਲੁੱਟ ਲਿਆ ਸੱਜਣਾ ਨੇ ਜਮ ਰਾਜ ਨਾ, ਜਮ ਰਾਜ ਨਾ ਕਿਸੇ ਦੇ ਬਣ ਦੇ, ਕੇਸ ਸਿਰੋਂ ਪੱਟ ਦੇਣਗੇ ਤੈਨੂੰ ਜਨਮ, ਤੈਨੂੰ ਜਨਮ ਮਨੁੱਖ ਦਾ ਮਿਲਿਆ, ਸਤਸੰਗ ਕਰ ਬੰਦਿਆ ਤੂੰ ਤਾਂ ਵੱਲ, ਤੂੰ ਤਾਂ ਵੱਲ ਕੁਟੀਆ ਦੇ ਆਮੀ, ਜਿੱਥੇ ਤੈਨੂੰ ਰੱਬ ਮਿਲਣਾ ਸੱਚਖੰਡ ਦਾ, ਸੱਚਖੰਡ ਦਾ ਨਮੂਨਾ ਕੁਟੀਆ, ਭਾਗਾਂ ਵਾਲਿਆਂ ਨੂੰ ਗੁਰੂ ਟਿਕਟ, ਗੁਰੂ ਟਿਕਟ ਸ਼ਬਦ ਹੱਥ ਲੈ ਲੈ, ਜਮ ਰਾਜ ਮਾਣ ਕਰਦਾ ਸੱਚਖੰਡ ਨੂੰ, ਸੱਚਖੰਡ ਨੂੰ ਪਹੁੰਚਾਉਣੇ ਵਾਲਾ ਪੂਰਾ ਗੁਰੂ ਵਿੱਚ ਕੁਟੀਆ ਤੋਤਾ ਰਾਮ, ਤੋਤਾ ਰਾਮ ਸੱਚ ਦੱਸਦਾ ਪਿਆਰਿਆ, ਪਿਆਰਿਆ ਸਵਾਮੀ ਸਰਵਣ ਦਾਸ ਗੁਰੂ ਨੇ ਜਗ ਤਾਰਿਆ, ਪਿਆਰਿਆ ਸਵਾਮੀ ਸਰਵਣ ਦਾਸ ਗੁਰੂ ਨੇ ਜਗ ਤਾਰਿਆ। ਪਹਿਲੇ ਨਵਰਾਤੇ ਦੀ ਸ਼ਾਨ ਬੈਂਤ ਮੇਰੂ ਰਾਮ ਜੀ, ਜੀ ਉਸ ਪਹਿਲੇ ਨਰਾਤੇ ਦੀ ਸ਼ਾਨ ਵਾਲੀ, ਕਵੀ ਕਵਿਤਾ ਕਈ ਬਣਾ ਗਏ ਨੇ, ਮੇਰੂ ਰਾਮ ਤੇ ਗੁਰੂ ਦੀ ਮਿਹਰ ਹੋਏ, ਹੱਥ ਕਲਮ ਦਵਾਤ ਫੜਾ ਗਏ ਨੇ, ਲਾਏ ਜੋਤਰੇ ਜਿਨ੍ਹਾਂ ਨੇ ਦਿਨੇ ਰਾਤੀ, ਤਨ ਧਰਤੀ ਨੂੰ ਵਾ ਦਿਖਾ ਗਏ ਨੇ, ਵੱਲਾਂ ਵਾਸੀਆਂ ਨਗਰ ਨਿਵਾਸੀਆਂ ਦੇ ਸੁੱਤੇ ਭਾਗਾਂ ਨੂੰ ਆਣ ਜਗਾ ਗਏ ਨੇ, ਦਇਆਬਾਨ ਹੋ ਕੇ ਦੀਨਾ ਬੰਦਿਆਂ ਤੇ ਗੋਦੀ ਬਾਂਝਿਆਂ ਵਾਲ ਖਲਾ ਗਏ ਨੇ, ਦਸ ਵੀ ਅਕੀ ਨੂੰ ਲੰਘ ਅੱਗੇ ਵਿੱਚ ਵੈਰ ਤਰਬਾਣੀ ਦੇ ਨਹਾ ਗਏ ਨੇ, ਸ਼ਬਦ ਸੁਰਤ ਦਾ ਮੇਲ ਮਿਲਾਪ ਕਰਕੇ ਅਨਹਦ ਦੀ ਬੀਨ ਬਜਾ ਗਏ ਨੇ, ਹਰੀਦਾਸ ਨੂੰ ਕੱਢ ਕੇ ਕੌਡੀਆਂ ਚੋਂ
ਹੀਰਾ ਲਾਲਾਂ ਦੇ ਵਿੱਚ ਮਿਲਾ ਗਏ ਨੇ। ਕਮਰ ਹੱਥ ਧਰ ਕੇ ਸਾਡੇ ਗੁਰੂ ਪੂਰੇ ਰਾਮ ਨਾਮ ਦੀ ਜੋਤ ਜਗਾ ਗਏ ਨੇ। ਸਰਵਨ ਦਾਸ ਜੀ ਦੇ ਕੇ ਤਾਜ ਸਿਰ ਤੇ ਹਰੀਦਾਸ ਵਜ਼ੀਰ ਬਣਾ ਗਏ ਨੇ। ਕਰਕੇ ਦਾਤ ਬਖਸ਼ੀਸ ਜਵਾਨ ਵਿੱਚੋਂ ਜੋਤੀ ਜੋਤ ਦੇ ਵਿੱਚ ਸਮਾ ਗਏ ਨੇ। ਹਾਹਾਕਾਰ ਗੁਜਰੀ ਸਾਰੇ ਨਗਰ ਅੰਦਰ ਜੈ ਜੈ ਪ੍ਰਲੋਕ ਕਰਾ ਗਏ ਨੇ। ਉਸ ਵਕਤ ਸੰਤ ਹਰੀਦਾਸ ਜੀ ਦੇ ਹੰਝੂ ਅੱਖੀਆਂ ਸ਼ੈਬਰਾਂ ਲਾ ਗਏ ਨੇ। ਹਰੀਦਾਸ ਜੀ ਸੁਰਤ ਵਿਸਮਾਦ ਹੋ ਗਏ, ਤਨ ਹੋਸ਼ ਹਵਾਸ਼ ਭੁਲਾ ਗਏ ਨੇ। ਕੀਤੇ ਲਾਡ ਪਿਆਰ ਦੇ ਯਾਦ ਕਰਕੇ ਰੋਏ ਰੋਏ ਕੇ ਨੀਰ ਬਹਾ ਗਏ ਨੇ। ਮੇਰੂ ਰਾਮ ਦੇ ਕਰਮ ਬੁਲੰਦ ਕੀਤੇ, ਖੋਟੇ ਕਰਮਾਂ ਦਾ ਖਾਤਮਾ ਪਾ ਗਏ ਨੇ। ਮੇਰੂ ਰਾਮ ਦੇ ਕਰਮ ਬੁਲੰਦ ਕੀਤੇ, ਖੋਟੇ ਕਰਮਾਂ ਦਾ ਖਾਤਮਾ ਪਾ ਗਏ ਨੇ। ਜੱਗੂ ਰਾਮ ਪ੍ਰੇਮੀ ਸਿਫਤ ਕੁਟੀਆ ਨੂਰੀ ਪਿੰਡ ਰਾਜਪੁਰ। ਅਸਾਂ ਕੁਟੀਆ ਚ ਰੱਬ ਦਾ ਜਹੂਰ ਵੇਖਿਆ, ਸੋਮਾ ਪ੍ਰੇਮ ਤੇ ਪਿਆਰ ਦਾ ਖਜੂਰ ਵੇਖਿਆ। ਅਸਾਂ ਕੁਟੀਆ ਚ ਰੱਬ ਦਾ ਜਹੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜਹੂਰ ਵੇਖਿਆ। ਸਰਵਣ ਦਾਸ ਇੱਥੇ ਬੈਠੇ ਪੂਰਨ ਫਕੀਰ ਜੀ, ਸਰਵਣ ਦਾਸ ਇੱਥੇ ਬੈਠੇ ਪੂਰਨ ਫਕੀਰ ਜੀ। ਏਤ ਜੀਵਨ ਦਾ ਦਸ ਦੇ ਪੀਰਾਂ ਦੇ ਪੀਰ ਜੀ, ਏਤ ਜੀਵਨ ਦਾ ਦਸ ਦੇ ਪੀਰਾਂ ਦੇ ਪੀਰ ਜੀ। ਨੂਰੀ ਮੁਖੜਾ ਤੇ ਅੱਖਾਂ ਚ ਸਰੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜਹੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜਹੂਰ ਵੇਖਿਆ। ਇੱਥੇ ਦੁਖੀਆਂ ਗਰੀਬਾਂ ਦਾ ਸਹਾਰਾ ਵੇਖਿਆ, ਇੱਥੇ ਦੁਖੀਆਂ ਗਰੀਬਾਂ ਦਾ ਸਹਾਰਾ ਵੇਖਿਆ। ਉੱਲੇ ਪਟਕਿਆਂ ਲਈ ਚਾਨਣ ਮੁਨਾਰਾ ਵੇਖਿਆ, ਉੱਲੇ ਪਟਕਿਆਂ ਲਈ ਚਾਨਣ ਮੁਨਾਰਾ ਵੇਖਿਆ। ਮੂਸਾ ਵਾਲਾ ਅਸਾਂ ਇੱਥੇ ਕੋਹੇ ਤੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜਹੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜਹੂਰ ਵੇਖਿਆ। ਗੁੱਜੀ ਰਾਮ ਜਿਹਨੂੰ ਕੋਈ ਬਿਰਲਾ ਪਛਾਣਦਾ, ਗੁੱਜੀ ਰਾਮ ਜਿਹਨੂੰ ਕੋਈ ਬਿਰਲਾ ਪਛਾਣਦਾ, ਜਿਹੜਾ ਬੁੱਝ ਲੈਂਦਾ ਮਾਸਤੀ ਚ ਮੌਜਾਂ ਮਾਣਦਾ, ਜਿਹੜਾ ਬੁੱਝ ਲੈਂਦਾ ਮਾਸਤੀ ਚ ਮੌਜਾਂ ਮਾਣਦਾ। ਇਹਦੀ ਨਜ਼ਰਾਂ ਦੇ ਵਿੱਚ ਮਨਜੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜਹੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜਹੂਰ ਵੇਖਿਆ। ਇਹ ਤਾਂ ਕੱਟਦੇ ਨੇ ਗੇੜ ਸਾਰਾ ਆਬਾ ਗਾਉਂਦਾ, ਇਹ ਤਾਂ ਕੱਟਦੇ ਨੇ ਗੇੜ ਸਾਰਾ ਆਬਾ ਗਾਉਂਦਾ, ਟੰਗ ਦੱਸ ਕੇ ਸੁਖਾਲਾ ਮੁਕਤੀ ਨੂੰ ਪਾਉਂਦਾ, ਟੰਗ ਦੱਸ ਕੇ ਸੁਖਾਲਾ ਮੁਕਤੀ ਨੂੰ ਪਾਉਂਦਾ। ਸ਼ੀਸ਼ਾ ਹੋਮੇ ਵਾਲਾ ਹੁੰਦਾ ਇੱਥੇ ਚੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜਹੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜਹੂਰ ਵੇਖਿਆ। ਇਹਦੇ ਚਰਨਾਂ ਚ ਗੰਗਾ ਦਾ ਨਜ਼ਾਰਾ ਵੇਖਿਆ, ਇਹਦੇ ਚਰਨਾਂ ਚ ਗੰਗਾ ਦਾ ਨਜ਼ਾਰਾ ਵੇਖਿਆ, ਗੰਗਾ ਜਮਨਾ ਸਰਸਵਤੀ ਦਾ ਇਸ਼ਾਰਾ ਵੇਖਿਆ, ਗੰਗਾ ਜਮਨਾ ਸਰਸਵਤੀ ਦਾ ਇਸ਼ਾਰਾ ਵੇਖਿਆ। ਜਿਨ੍ਹਾਂ ਕੀਤਾ ਇਸ਼ਨਾਨ ਭਰਪੂਰ ਵੇਖਿਆ,
ਅਸਾਂ ਕੁਟੀਆ ਚ ਰੱਬ ਦਾ ਜ਼ਹੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜ਼ਹੂਰ ਵੇਖਿਆ। ਦਿਨ ਰਾਤ ਇੱਥੇ ਚੱਲ ਸੰਗਤਾਂ ਨੇ ਆਉਂਦੀਆਂ, ਦਿਨੇ ਰਾਤ ਇੱਥੇ ਚੱਲ ਸੰਗਤਾਂ ਨੇ ਆਉਂਦੀਆਂ, ਸਤਨਾਮ ਸਤਨਾਮ ਰਸਨਾ ਚੋਂ ਗਾਉਂਦੀਆਂ, ਸਤਨਾਮ ਸਤਨਾਮ ਰਸਨਾ ਚੋਂ ਗਾਉਂਦੀਆਂ। ਮਾਇਆ ਮੋਹ ਦਾ ਜੰਜਾਲ ਇੱਥੋਂ ਦੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜ਼ਹੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜ਼ਹੂਰ ਵੇਖਿਆ। ਹਰੀਦਾਸ ਹੀਰਾ ਵਿੱਚ ਮਾਲਾ ਦੇ ਪਰੋਲਿਆ, ਹਰੀਦਾਸ ਹੀਰਾ ਵਿੱਚ ਮਾਲਾ ਦੇ ਪਰੋਲਿਆ, ਚਾੜੀ ਨਾਮ ਦੀ ਰੰਗਣ ਰਾਮ ਰਾਮ ਬੋਲਿਆ, ਚਾੜੀ ਨਾਮ ਦੀ ਰੰਗਣ ਰਾਮ ਰਾਮ ਬੋਲਿਆ। ਜੁੜੀ ਜੋਤ ਨਾਲ ਜੋਤ ਨੂਰੋ ਨੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜ਼ਹੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜ਼ਹੂਰ ਵੇਖਿਆ। ਜਿਨ੍ਹਾਂ ਪੀ ਲਿਆ ਪਿਆਲਾ ਮੇਰ ਤੇਰ ਭੁੱਲ ਗਏ, ਜਿਨ੍ਹਾਂ ਪੀ ਲਿਆ ਪਿਆਲਾ ਮੇਰ ਤੇਰ ਭੁੱਲ ਗਏ, ਟੁੱਟੇ ਭਰਮਾਂ ਦੇ ਜਿੰਦੜੇ ਕੁਵਾੜ ਖੁੱਲ ਗਏ, ਟੁੱਟੇ ਭਰਮਾਂ ਦੇ ਜਿੰਦੜੇ ਕੁਵਾੜ ਖੁੱਲ ਗਏ। ਊਚ ਨੀਚ ਦਾ ਭੁਲੇਖਾ ਇੱਥੋਂ ਦੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜ਼ਹੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜ਼ਹੂਰ ਵੇਖਿਆ। ਮੈਂ ਵੀ ਟਹਿ ਪਿਆ ਦੁਆਰੇ ਗੁਨਾਗਾਰ ਬਾਬਾ ਜੀ, ਮੈਂ ਵੀ ਟਹਿ ਪਿਆ ਦੁਆਰੇ ਗੁਨਾਗਾਰ ਬਾਬਾ ਜੀ, ਖੁੰਡੇ ਨਾਲ ਲਾ ਦੇ ਮੇਰਾ ਬੇੜਾ ਪਾਰ ਬਾਬਾ ਜੀ, ਖੁੰਡੇ ਨਾਲ ਲਾ ਦੇ ਮੇਰਾ ਬੇੜਾ ਪਾਰ ਬਾਬਾ ਜੀ, ਤਾਂ ਵੀ ਬਖਸ਼ ਦੇ ਮੀ ਮੇਰਾ ਜੀ ਕਸੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜ਼ਹੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜ਼ਹੂਰ ਵੇਖਿਆ। ਸੋਮਾ ਪ੍ਰੇਮ ਤੇ ਪਿਆਰ ਦਾ ਖਜੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜ਼ਹੂਰ ਵੇਖਿਆ, ਅਸਾਂ ਕੁਟੀਆ ਚ ਰੱਬ ਦਾ ਜ਼ਹੂਰ ਵੇਖਿਆ। ਬੋਲੋ ਕਰਮਚੰਦ ਪ੍ਰੇਮੀ ਪਿੰਡ ਲਾਲੇ ਲੱਦੇ ਵਾਲੀ ਆਬਾਦੀ ਨਵੀਂ। ਧੰਨ ਧੰਨ ਬਾਬਾ ਪਿੱਪਲਦਾਸ ਜੀ ਤੇਰੀ ਧੰਨ ਕਮਾਈ, ਧੰਨ ਧੰਨ ਬਾਬਾ ਪਿੱਪਲਦਾਸ ਜੀ ਤੇਰੀ ਧੰਨ ਕਮਾਈ, ਅਰਸ਼ੀ ਪਰੀਆਂ ਮੰਗਲ ਗਾਵਣ ਦੇਵਤੇ ਫੁੱਲ ਵਰਸਾਉਂਦੇ, ਖਿੜਿਆ ਚਮਨ ਸਚਾਈ ਬਾਲਾ ਫੋਰੇ ਗੂੰਜਾਂ ਪਾਉਂਦੇ, ਚੰਦਰਮਾ ਦੇ ਵਾਂਗ ਦਾਤਾ ਤੇਰੀ ਜੋਤ ਘਰੇ ਰੁਸ਼ਨਾਈ, ਧੰਨ ਧੰਨ ਬਾਬਾ ਪਿੱਪਲਦਾਸ ਜੀ ਤੇਰੀ ਧੰਨ ਕਮਾਈ, ਧੰਨ ਧੰਨ ਬਾਬਾ ਪਿੱਪਲਦਾਸ ਜੀ ਤੇਰੀ ਧੰਨ ਕਮਾਈ। ਆਪ ਖੁਦਾ ਨੇ ਤੇਰੇ ਅੰਦਰ ਭਰਿਆ ਨੂਰ ਕਨੇਰਾ, ਵਿੱਚ ਦੁਨੀਆ ਦੇ ਪ੍ਰਗਟ ਹੋਇਓ ਧੰਨ ਜਨਮ ਹੈ ਤੇਰਾ, ਆਸ਼ਾ ਪੂਰੀ ਹੁੰਦੀ ਸਭ ਦੀ ਐਸੀ ਖੇਡ ਰਚਾਈ, ਧੰਨ ਧੰਨ ਬਾਬਾ ਪਿੱਪਲਦਾਸ ਜੀ ਤੇਰੀ ਧੰਨ ਕਮਾਈ, ਧੰਨ ਧੰਨ ਬਾਬਾ ਪਿੱਪਲਦਾਸ ਜੀ ਤੇਰੀ ਧੰਨ ਕਮਾਈ, ਆਪਣੇ ਚਰਨੀ ਲਾ ਕੇ ਦਾਤਾ ਲੱਖਾਂ ਪਾਪੀ ਤਾਰੇ, ਤੇਰੀ ਸਫਲ ਕਮਾਈ ਉੱਤੋਂ ਦਾਤਾ ਸਦ ਬਲਿਹਾਰੇ, ਜਰੇ ਜਰੇ ਦੇ ਵਿੱਚ ਤਾਤਾ ਤੇਰੀ ਜੋਤ ਸਮਾਈ, ਧੰਨ ਧੰਨ ਬਾਬਾ ਪਿੱਪਲਦਾਸ ਜੀ ਤੇਰੀ ਧੰਨ ਕਮਾਈ, ਧੰਨ ਧੰਨ ਬਾਬਾ ਪਿੱਪਲਦਾਸ ਜੀ ਤੇਰੀ ਧੰਨ ਕਮਾਈ। ਰਹਿੰਦੀ ਦੁਨੀਆ ਤੋੜੀ ਸਵਾਮੀ ਤੇਰੀ ਉਪਮਾ ਹੋਵੇ, ਜਿਹੜਾ ਤੇਰੀ ਸ਼ਰਣੀ ਆਵੇ ਜਨਮਾਂ ਦੀ ਮਲ ਧੋਵੇ, ਦਿਨ ਪਰ ਦਿਨ ਹੇ ਬਾਬਾ ਜੀ ਤੇਰੀ ਮਹਿਮਾ ਦੂਣ ਸੁਆਈ,
ਤਨ ਬਾਬਾ ਪਿੱਪਲਦਾਸ ਜੀ ਤੇਰੀ ਧਨ ਕਮਾਈ, ਤਨ ਤਨ ਬਾਬਾ ਪਿੱਪਲਦਾਸ ਜੀ ਤੇਰੀ ਧਨ ਕਮਾਈ। ਸਰਵਣ ਦਾਸ ਦੁਲਾਰੇ ਤਾਈ ਸਾਰੀ ਕਾਰ ਸੰਭਾਲੀ, ਇਸ ਬਾਗ ਦਾ ਆਪਣੇ ਹੱਥੀ ਆਪ ਬਣਾ ਗਏ ਮਾਲੀ, ਆਪਣੀ ਤਾਕਤ ਇਹਨਾਂ ਨੂੰ ਦੇ ਕੇ ਕਰ ਗਏ ਆਪ ਚੜ੍ਹਾਈ। ਤਨ ਤਨ ਬਾਬਾ ਪਿੱਪਲਦਾਸ ਜੀ ਤੇਰੀ ਧਨ ਕਮਾਈ, ਤਨ ਤਨ ਬਾਬਾ ਪਿੱਪਲਦਾਸ ਜੀ ਤੇਰੀ ਧਨ ਕਮਾਈ। ਸਰਵਣ ਦਾਸ ਸੁਆਮੀ ਆਪਣਾ ਪੂਰਾ ਫਰਜ਼ ਨਿਭਾਉਂਦੇ, ਪੁੱਲੇ ਪੜ ਕੇ ਜੀਵਾਂ ਨੂੰ ਭਵ ਸਾਗਰੋਂ ਪਾਰ ਲੰਘਾਉਂਦੇ, ਅੱਖਾਂ ਨਾਲ ਪਛਾਣੂ ਰਹਿੰਦੇ ਸਦਾ ਸਮਾਧੀ ਲਾਈ। ਤਨ ਤਨ ਬਾਬਾ ਪਿੱਪਲਦਾਸ ਜੀ ਤੇਰੀ ਧਨ ਕਮਾਈ, ਤਨ ਤਨ ਬਾਬਾ ਪਿੱਪਲਦਾਸ ਜੀ ਤੇਰੀ ਧਨ ਕਮਾਈ। ਹਰੀਦਾਸ ਨੇ ਦਾਸ ਗੁਰਾਂ ਦੇ ਸੱਚੀ ਸੇਵਾ ਕਰਦੇ, ਲਿਖਣੇ ਦੇ ਵਿੱਚ ਸਿਫਤ ਨਾ ਆਵੇ ਹੰਸਨ ਡੂੰਘੇ ਸਰਦੇ, ਧਨ ਬੱਲਾ ਅਸਥਾਨ ਹੈ ਜਿੱਥੇ ਹੁੰਦੀ ਨਾਮ ਕਮਾਈ। ਤਨ ਤਨ ਬਾਬਾ ਪਿੱਪਲਦਾਸ ਜੀ ਤੇਰੀ ਧਨ ਕਮਾਈ, ਤਨ ਤਨ ਬਾਬਾ ਪਿੱਪਲਦਾਸ ਜੀ ਤੇਰੀ ਧਨ ਕਮਾਈ। ਗਮੀਆਂ ਦੂਰ ਹੋਈਆਂ ਦੁਨੀਆਂ ਤੋਂ ਨਰ ਨਾਰੀ ਖੁਸ਼ੀ ਮਨਾਵੇ, ਮੰਦਰਾਂ ਦੇ ਵਿੱਚ ਮੰਗਲ ਗਾਵਣ ਪ੍ਰੇਮੀ ਅਰਜ ਸੁਣਾਵੇ, ਦਾਤਾ ਜੀ ਸਾਰੀ ਸੰਗਤ ਉੱਤੇ ਹਰਦਮ ਰਹੋ ਸੁਹਾਈ। ਤਨ ਤਨ ਬਾਬਾ ਪਿੱਪਲਦਾਸ ਜੀ ਤੇਰੀ ਧਨ ਕਮਾਈ, ਤਨ ਤਨ ਬਾਬਾ ਪਿੱਪਲਦਾਸ ਜੀ ਤੇਰੀ ਧਨ ਕਮਾਈ। ਧੰਨਵਾਦ ਕੁਟੀਆ ਦਾ ਤੋਤਾ ਰਾਮ ਪੰਛੀ ਧਰਮਪੁਰ ਡਾਕਖਾਨਾ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ। ਕੁਟੀਏ ਕਰਮਾਂ ਬਾਲੀਏ ਤੈਂ ਕੌਣ ਤਪੱਸਿਆ ਕੀਨ, ਦੇਸ਼ ਨਗਰ ਕੁਲ ਤਨ ਹੈ ਮੰਗਲ ਰੂਪ ਜਮੀਨ, ਦੋਹਰਾ ਸੰਤ ਚਰਨ ਜਿਸ ਭੂ ਪੈ ਤੀਰਥ ਤੇ ਅਵਤਾਰ, ਦੇਸ਼ ਨਗਰ ਕੁਲ ਤਨ ਹੈ ਤਾਂ ਪਗ ਕਰੂੰ ਜੁਹਾਰ, ਦੇਸ਼ ਨਗਰ ਕੁਲ ਤਨ ਹੈ ਤਾਂ ਪਗ ਕਰੂੰ ਜੁਹਾਰ। ਕੁਟੀਆ ਕੱਟ ਦੀ ਕਰਮ ਤੇ ਕਲਪਨਾ ਨੂੰ, ਕੁਟਲ ਕਾਮ ਕ੍ਰੋਧ ਦਾ ਦੂਰ ਕੁਟੀਆ, ਇੰਦਰ ਸਭਾ ਅੰਦਰ ਨਿਰਤ ਬੇਸ਼ਵਾ ਦਾ, ਇੱਥੇ ਵਰਸ ਦਾ ਨਾਮ ਦਾ ਨੂਰ ਕੁਟੀਆ, ਦੇਵ ਲੋਕ ਅੰਦਰ ਪੁੰਨ ਖੀਣ ਹੁੰਦੇ, ਚਸ਼ਮਾ ਨਾਮ ਦਾ ਸਦਾ ਭਰਪੂਰ ਕੁਟੀਆ, ਦੁੱਖ ਦੂਰ ਹੁੰਦੇ ਦੂਰੋਂ ਦੇਖ ਕੁਟੀਆ, ਆਯੁਰਵੈਦਗੀ ਲਾਜ ਮਸ਼ਹੂਰ ਕੁਟੀਆ, ਕਰਮ ਕੱਟ ਕਨਿਸ਼ਟ ਸੁਰਿਸ਼ਟ ਕਰਦੀ, ਰਹਿੰਦਾ ਧਰਮ ਦਾ ਸਦਾ ਜਹੂਰ ਕੁਟੀਆ, ਤਿੰਨ ਤਾਪ ਸੰਤਾਪ ਸਭ ਦੂਰ ਹੁੰਦੇ, ਅਰਜਾਂ ਆਜ ਜੀ ਸਾਲ ਮਨਜੂਰ ਕੁਟੀਆ, ਪਾਗਾਂ ਵਾਲਿਆਂ ਚੱਲ ਕੇ ਦਰਸ਼ ਕੀਤੇ, ਧਰਮ ਮੂਰਤੀ ਖੁਦ ਹਜੂਰ ਕੁਟੀਆ, ਜਿਹੜਾ ਈਸਾ ਨੂੰ ਆਣ ਖੁਦਾ ਮਿਲਿਆ, ਜਿਨ ਮਿਲਣਾ ਤੇ ਆਓ ਕੋ ਧੂਰ ਕੁਟੀਆ, ਪੰਚ ਵਟੀ ਭਗਵਾਨ ਤਿਆਗ ਆਏ, ਜਿਸ ਮਿਲਣਾ ਤੇ ਆਓ ਜ਼ਰੂਰ ਕੁਟੀਆ, ਗੋਕੁਲ ਮਥੁਰਾ ਤਿਆਗ ਦੁਆਰਿਕਾ ਨੂੰ, ਜਿਸ ਮਿਲਣਾ ਤੇ ਵੱਡੀ ਨਹੀਂ ਦੂਰ ਕੁਟੀਆ, ਤੀਰਥ ਯਾਤਰਾ ਪਾਪ ਨਿਵਿਰਤ ਹੁੰਦੇ, ਰਸਤਾ ਗਿਆਨ ਦਾ ਅਸਲ ਦਸਤੂਰ ਕੁਟੀਆ, ਕਰਮ ਕੱਟ ਕਪਾਲ ਬਹਾਲ ਹੁੰਦਾ, ਸ਼ੰਕਰ ਆ ਜਾਂਦਾ ਕਦੀ ਮਕਾਨ ਕੁਟੀਆ, ਲੰਕਾ ਸੋਨੇ ਦੀ ਬਿਪਤਾ ਦਾ ਰੂਪ ਹੋ ਗਈ, ਰਾਵਣ ਸੁਖ ਨਾ ਮਿਲੇ ਸਮਾਨ ਕੁਟੀਆ, ਦੌਲਤਮੰਦ ਦਲੀਲਾਂ ਦੇ ਚੱਕਰ ਅੰਦਰ
ਕਰੇ ਸੰਗਤੇ ਜੀਵ ਕਲਿਆਣ ਕੁਟਿਆ ਚਿੰਤਾ ਦੂਰ ਹੋਵੇ ਆਣ ਵਿੱਚ ਕੁਟਿਆ ਲੱਗ ਜਾਂਦਾ ਹੈ ਸਹਿਜ ਧਿਆਨ ਕੁਟਿਆ ਸਤ ਸੰਗ ਦਾ ਰੰਗ ਆਨੰਦ ਦਿੰਦਾ ਸੱਚ ਖੰਡ ਦਾ ਤਖਤ ਭਗਵਾਨ ਕੁਟਿਆ ਆਏ ਬੰਦੇ ਦਾ ਆਤਮਾ ਖੁਸ਼ੀ ਹੁੰਦਾ ਕੁੱਲ ਰੂਹਾਂ ਨੂੰ ਮਿਲਦਾ ਉੱਚਾ ਮਾਣ ਕੁਟਿਆ ਕਥਾ ਨਿਤ ਵਿਸ਼ਿਸ਼ਟ ਪੁਰਾਣ ਕਰਦੇ ਭਗਵਤ ਕਥਾ ਪੁਰਾਣ ਸੁਨਾਣ ਕੁਟਿਆ ਕਦੀ ਕਥਾ ਗ੍ਰੰਥ ਵਿਚਾਰ ਕਰਦੇ ਕਦੇ ਪਰਥਰੀ ਮਿਲਣ ਪ੍ਰਮਾਣ ਕੁਟਿਆ ਆ ਕੇ ਖੜੀ ਰੋ ਖੜੀ ਜਾਂ ਸੁਣੇ ਬੰਦਾ ਛੱਡ ਕਲਪਨਾ ਮਿਲੇ ਭਗਵਾਨ ਕੁਟਿਆ ਗੰਗਾ ਜਮਨਾ ਸਰਸਵਤੀ ਮੈਂ ਪੁੱਲ ਜਿਤਨਾ ਦਰਸ਼ਨ ਕਰਦਿਆਂ ਫਲ ਪ੍ਰਮਾਣ ਕੁਟਿਆ ਪੂਰਨ ਇੱਛਿਆ ਕੁੱਲ ਗੁਰਸਤੀਆਂ ਦੀ ਸੰਤ ਦੂਰ ਤੋਂ ਆਉਣ ਤਕਾਨ ਕੁਟਿਆ ਡਰਦੀ ਰਾਤ ਜਹਾਨ ਚੋਂ ਨਸ ਜਾਂਦੀ ਸੰਤਾਂ ਪਕੜਿਆ ਨਾਮ ਦਾ ਬਾਣ ਕੁਟਿਆ ਚਾਰ ਵਜੇ ਇਸ਼ਨਾਨ ਤੇ ਨਾਮ ਜਪਦੇ ਸਾਰਾ ਦਿਨ ਭਗਵਾਨ ਦਾ ਗਾਣ ਕੁਟਿਆ ਸਦਾ ਭਾਨ ਗਿਆਨ ਦਾ ਚਮਕਦਾ ਹੈ ਪਾਪ ਕਰਮ ਦਾ ਨਹੀਂ ਨਿਸ਼ਾਨ ਕੁਟਿਆ ਜੇਠ ਹਾੜ ਨਾ ਰੁੱਤ ਪਾਏ ਕੁਟਿਆ ਉਹ ਮਾਗ ਨਾ ਜਰਾ ਬਰਫਾਨ ਕੁਟਿਆ ਆਠੋ ਜਾਮ ਹੀ ਰੁੱਤ ਬਸੰਤ ਰਹਿੰਦੀ ਸਦਾ ਗਿਆਨ ਦਾ ਗੈਸ ਜਗਾਨ ਕੁਟਿਆ ਸਾਂ ਕਪਲ ਮੁਨੀ ਜੀ ਸਾਂਖ ਉਪਦੇਸ਼ ਕਰਦੇ ਕਰਦਮ ਰਿਖੀ ਦਾ ਇਹ ਵਿਵਾਨ ਕੁਟਿਆ ਧਰਤੀ ਧਾਰ ਇੱਟਾਂ ਦਾ ਰੂਪ ਆਈ ਕਮਰੇ ਬਣੂ ਤੇ ਬਣੂ ਵਿਸ਼ਰਾਮ ਕੁਟਿਆ ਬ੍ਰਹਮਾ ਪਿੱਪਲ ਦਾ ਰੂਪ ਸੀ ਥਾਰ ਆਇਆ ਦੇਖ ਧਰਮ ਤੇ ਚੱਲਦਾ ਦਾਨ ਕੁਟਿਆ ਰਿੱਧ ਸਿੱਧ ਬਟਾ ਕੇ ਰੂਪ ਆਉਂਦੀ ਸਦਾ ਵਾਸਤੇ ਹੁੰਦਾ ਇਮਤਿਹਾਨ ਕੁਟਿਆ ਸ਼੍ਰੀ ਸਰਵਨਦਾਸ ਤੇ ਹਰੀਦਾਸ ਵਾਲਾ ਸਦਾ ਚੁੱਲਦਾ ਰਹੇ ਨਿਸ਼ਾਨ ਕੁਟਿਆ ਸ਼੍ਰੀ ਸਰਵਨਦਾਸ ਤੇ ਹਰੀਦਾਸ ਵਾਲਾ ਸਦਾ ਚੁੱਲਦਾ ਰਹੇ ਨਿਸ਼ਾਨ ਕੁਟਿਆ ਤੋਤਾ ਰਾਮ ਹੈ ਸੁਖਨ ਸੰਸਾਰ ਸਾਰਾ ਰਹੁ ਰਾਮ ਜਾਂ ਰਹਿ ਸੰਤ ਸਥਾਨ ਕੁਟਿਆ ਤੋਤਾ ਰਾਮ ਹੈ ਸੁਖਨ ਸੰਸਾਰ ਸਾਰਾ ਰਹੁ ਰਾਮ ਜਾਂ ਰਹੇ ਸੰਤ ਸਥਾਨ ਕੁਟਿਆ ਵਾ ਕਵੀ ਕਵੀ ਕੇਤੜੇ ਕਥਨ ਕਰੋੜ ਕਰ ਗਏ ਗੁਣ ਸੰਤਾਂ ਦੇ ਨਹੀਂ ਮੁਕਾਨ ਅੰਦਰ ਮੇਰੀ ਮਤ ਕਮਜ਼ੋਰ ਕੀ ਆਖ ਸਕਾ ਸਿਰਫ ਅਰਜ ਹੈ ਮਾਫ ਫਰਮਾਨ ਅੰਦਰ ਗਲਤੀ ਬੋਲ ਜੋ ਸੰਤਾਂ ਦੀ ਸ਼ਾਨ ਅੰਦਰ ਮਾਫੀ ਬਖਸ਼ਣੀ ਸੰਤ ਜਵਾਨ ਅੰਦਰ ਦਿਲੋਂ ਸ਼ੌਕ ਲੱਗਾ ਸੰਤਾਂ ਦਾ ਜਸ਼ ਗਾਵਾਂ ਨਾਮ ਰਹੇ ਜੇ ਇਸ ਜਹਾਨ ਅੰਦਰ ਹਰੀਦਾਸ ਦਾ ਸਭ ਉਪਕਾਰ ਸਮਝੋ
ਮਾਇਆ ਖਰਚ ਕੇ ਕਥਾ ਛਪਾਣੇ ਅੰਦਰ। ਹਰੀਦਾਸ ਜੀ ਉੱਠ ਤਿਆਰ ਹੋਏ, ਤੋਤਾ ਰਾਮ ਨੂੰ ਸੇਵਾ ਮੈਂ ਲਾ ਦਿੱਤਾ। ਛੇਤੀ ਕਰੋ ਜੀ ਇਹ ਤਿਆਰ ਕਾਪੀ, ਕਥਾ ਸੰਤਾਂ ਦੀ ਤੇ ਵੱਡਾ ਚਾਅ ਕੀਤਾ। ਕਾਗਜ਼ ਕਲਮ ਤੇ ਮਾਇਆ ਦੀ ਲੋੜ ਜਿਤਨੀ, ਹਰੀਦਾਸ ਜੀ ਬਚਨ ਸੁਣਾ ਦਿੱਤਾ। ਯਾਦਗਾਰ ਵਾਲੀ ਸਭ ਕਰੋ ਕਵਿਤਾ, ਤੋਤਾ ਰਾਮ ਨੂੰ ਹਾਲ ਸਮਝਾ ਦਿੱਤਾ। ਪਿੱਪਲ ਦਾਸ ਜੀ ਬ੍ਰਹਮ ਦਾ ਬੀਜ ਮੰਤਰ, ਕਲਪ ਵਿਰਸ਼ ਬੂਟਾ ਬਲੀ ਲਾ ਦਿੱਤਾ। ਸਰਵਣ ਦਾਸ ਜੀ ਕਲਪ ਵਿਰਸ਼ ਜਾਣੋ, ਮੁਖ ਮੰਗਿਆ ਫਲ ਦੁਆ ਦਿੱਤਾ। ਕੋਈ ਹੋਰ ਨਾ ਇਸ ਤੇ ਹੱਕ ਰੱਖੇ, ਕਵੀ ਸੱਚ ਦਾ ਬਚਨ ਅਲਾ ਦਿੱਤਾ। ਹਰੀਦਾਸ ਨੂੰ ਹੱਕ ਛਪਾਵਣੇ ਦਾ, ਨਾਲ ਕਲਮ ਦੇ ਤੋਤਾ ਰਾਮ ਗਾ ਦਿੱਤਾ। ਨਾਲ ਕਲਮ ਦੇ ਤੋਤਾ ਰਾਮ ਗਾ ਦਿੱਤਾ। ਜਦੋਂ ਦਿਲ ਤੇ ਆਣ ਟਕੋਰ ਲੱਗੀ, ਬਾਣੀ ਸੰਤਾਂ ਦੀ ਆਈ ਧਿਆਨ ਅੰਦਰ। ਅੱਖੀ ਦੇਖ ਕੇ ਕਲਮ ਦੇ ਨਾਲ ਲਿਖਿਆ, ਆਪ ਪੜਿਆ ਜੋ ਇਸ ਬਿਆਨ ਅੰਦਰ। ਸਦਾ ਨਹੀਂ ਸਰੀਰ ਦੀ ਜ਼ਿੰਦਗਾਨੀ, ਆਉਣ ਜਾਣ ਦੀ ਚਾਲ ਜਗਾਨ ਅੰਦਰ। ਨੇਕੀ ਬਦੀ ਜਹਾਨ ਤੇ ਛੱਡ ਜਾਂਦਾ, ਗੁਰੂ ਨਾਮ ਜਾਂ ਪ੍ਰੇਮ ਲਗਾਉਣ ਅੰਦਰ। ਮਿੱਠਾ ਬੋਲਣਾ ਵਾਕ ਜਬਾਨ ਵਿੱਚੋਂ, ਬਿਰਤੀ ਜੁੜੇਗੀ ਤਦੋਂ ਭਗਵਾਨ ਅੰਦਰ। ਮਿੱਠਾ ਬੋਲਣਾ ਆਤਮਾ ਸ਼ਾਂਤ ਹੋਵੇ, ਕੌੜਾ ਬੋਲ ਕੇ ਦਿਲ ਤਪਾਨ ਅੰਦਰ। ਬੇਲੀ ਰਾਮ ਦਾ ਕੰਠ ਪ੍ਰੇਮ ਭਰਿਆ, ਡੇਰੇ ਬੈਠ ਕੇ ਕਥਾ ਸੁਣਾਉਣ ਅੰਦਰ। ਸੇਵਾ ਵਿੱਚ ਹੁੰਦਾ ਹਾਜ਼ਰ ਆ ਕਰਕੇ, ਇੱਕ ਮੰਗ ਹੈ ਖੁਦ ਕਲਿਆਣ ਅੰਦਰ। ਗੁਰੂ ਮਿਹਰ ਜਮਾਨੇ ਦੀ ਮਿਹਰ ਜਾਣੋ, ਬਿਰਤੀ ਜੁੜੇ ਗੁਰ ਚਰਨ ਦੌਰਾਨ ਅੰਦਰ। ਸੰਗਤ ਨਾਲ ਪ੍ਰੇਮ ਦੇ ਨਿਤਿਆਂ ਦੀ, ਬੱਲਾਂ ਪੁਰੀ ਬੈਕੁੰਠ ਪਹੁੰਚਾਉਣ ਅੰਦਰ। ਹਰੀਦਾਸ ਜੀ ਵੱਡਾ ਪ੍ਰੇਮ ਕੀਤਾ, ਮਾਇਆ ਸਫਲ ਕਿਤਾਬ ਛਪਾਣ ਅੰਦਰ। ਤੋਤਾ ਰਾਮ ਦੇ ਨਾਲ ਦਲੀਲ ਜੋੜੀ, ਕਾਗਜ਼ ਕਲਮ ਦਾ ਕੰਮ ਚਲਾਉਣ ਅੰਦਰ। ਤੋਤਾ ਰਾਮ ਦੇ ਨਾਲ ਦਲੀਲ ਜੋੜੀ, ਕਾਗਜ਼ ਕਲਮ ਦਾ ਕੰਮ ਚਲਾਉਣ ਅੰਦਰ। ਸੰਤ ਚੇਤਨ ਦਾਸ ਜੀ, ਚੇਤਨ ਦਾਸ ਜੀ ਸਦਾ ਨਿਵਾਸ ਕਰਦੇ, ਨਾਲ ਸੰਤਾਂ ਦੇ ਵੱਡਾ ਪਿਆਰ ਕਰਦੇ। ਸਦਾ ਵਾਸ ਸਮਾਧ ਦੇ ਦੇਸ਼ ਅੰਦਰ, ਨਾਲ ਆਤਮਾ ਦਾ ਚਮਤਕਾਰ ਕਰਦੇ। ਸਦਾ ਮੁਖ ਪ੍ਰਸੰਨ ਜਿਉਂ ਫੁੱਲ ਚੰਬਾ, ਹੱਸ ਹੱਸ ਕੇ ਬਚਨ ਉਚਾਰ ਕਰਦੇ। ਦਿੰਦੇ ਵਿਦਿਆ ਦਾਨ ਜਗਿਆਸੂਆਂ ਨੂੰ, ਬਾਣੀ ਆਤਮਾ ਤਤ ਵਿਚਾਰ ਕਰਦੇ। ਦਿੰਦੇ ਵਿਦਿਆ ਦਾਨ ਜਗਿਆਸੂਆਂ ਨੂੰ, ਬਾਣੀ ਆਤਮਾ ਤਤ ਵਿਚਾਰ ਕਰਦੇ। ਤੋਤਾ ਰਾਮ ਮਹਾਤਮਾ ਰੱਬ ਜਾਣੋ, ਹੱਥ ਜੋੜ ਕੇ ਚਰਨ ਜੁਹਾਰ ਕਰਦੇ। ਤੋਤਾ ਰਾਮ ਮਹਾਤਮਾ ਰੱਬ ਜਾਣੋ, ਹੱਥ ਜੋੜ ਕੇ ਚਰਨ ਜੁਹਾਰ ਕਰਦੇ। ਦੋਹਰਾ, ਕਲਮ ਕਮਰ ਤੇ ਪਾਟ ਗਈ, ਲਿਖਤ ਲਿਖਤ ਗਈ ਹਾਰ, ਗੁਰ ਯਸ ਖਤਮ ਨ ਕਰ ਸਕੀ, ਤਾਂ ਤੇ ਗੁਰੂ ਜੁਹਾਰ। ਦੋਹਰਾ, ਸੰਮਤ ਦੋ ਹਜ਼ਾਰੀ ਅਵਰ ਅਕਾਠ ਵਿਚਾਰ, ਜੇਠ ਮਹੀਨਾ ਖਤਮ ਸੀ ਹੁਆ ਗ੍ਰੰਥ ਤਿਆਰ।
ਸੰਮਤ ਦੋ ਹਜ਼ਾਰੀ ਅਵਰ ਅਕਾਠ ਵਿਚਾਰ ਜੇਠ ਮਹੀਨਾ ਖਤਮ ਸੀ ਹੁਆ ਗ੍ਰੰਥ ਤਿਆਰ ਓਮ ਤਤ ਸਤ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ।